ਹੀ ਠਹਿਰਾਏ, ਨੀਚਾ ਹੋਏ ਸੋ ਭਰ ਪੀਏ, ਉੱਚਾ ਪਿਆਸਾ ਜਾਏ। ਪਾਣੀ ਹਮੇਸ਼ਾ ਨੀਵੀਂ ਜਗ੍ਹਾ ਜਾ ਕੇ ਖੜਦਾ। ਇਸੇ ਤਰ੍ਹਾਂ ਮਾਲਕ ਦੀ ਰਹਿਮਤ ਵੀ ਉੱਥੇ ਆ ਕੇ ਖੜਦੀ ਹੈ ਜਿਹੜਾ ਆਦਮੀ ਆਪਣੇ ਆਪ ਨੂੰ ਨੀਵਾਂ ਕਰਦਾ, ਸਾਰੇ ਪਾਸੋਂ ਨੀਵਾਂ ਕਰਦਾ। ਕੋਈ ਦੋ ਗਾਲਾਂ ਕੱਢ ਜਾਵੇ, ਚੰਗਾ ਮਾਲਕ ਤੇਰਾ ਸ਼ੁਕਰ ਹੈ, ਕੀ ਪਤਾ ਮੈਂ ਤਾਂ ਬਦਲਾ ਦੇਣਾ ਸੀ ਕੋਈ ਗਾਲਾਂ ਦਾ। ਆਪਣੇ ਆਪ ਨੂੰ ਨੀਵਾਂ ਕਰੇ ਫਿਰ ਹੀ ਕੁਛ ਬਣਦਾ, ਬਿਨਾਂ ਨੀਵਾਂ ਹੋਇਆ ਕੁਛ ਵੀ ਨਹੀਂ। ਹੰਕਾਰੀ ਸਾਰੇ ਰਾਵਣ ਕਿੱਡਾ ਹੰਕਾਰੀ ਸੀਗਾ, ਆਖਿਰ ਖਤਮ ਹੋਇਆ। ਬਸ ਨੀਵਾਂ ਹੋਣਾ ਹੀ ਔਖਾ, ਵੱਡੀ ਚੀਜ਼ ਇਹੀ ਹੈ ਸਾਰਿਆਂ ਨਾਲ, ਚਾਹੇ ਉਹ ਦੁਨੀਆਦਾਰੀ ਚ ਹੈ ਚਾਹੇ ਫਕੀਰੀ ਚ ਹੈ, ਸਭ ਤੋਂ ਵੱਡੀ ਚੀਜ਼ ਹੈ ਨੀਵਾਂ ਹੋ ਕੇ ਰਹੋ ਬਸ ਇੱਕ ਦੂਜੇ ਦੇ। ਇਹ ਨਹੀਂ ਵੀ ਉਹਨੇ ਮੈਨੂੰ ਗਾਲ ਕਰਤੀ ਜਾਂ ਉਸਨੇ ਮੈਨੂੰ ਮਾੜੀ ਅੱਖ ਦਿਖਾਤੀ ਤਾਂ ਮੈਂ ਉਹਨੂੰ ਹੁਣ ਤਲਵਾਰ ਦਿਖਾਵਾਂ, ਨਾ। ਹੱਥ ਜੋੜ ਕੇ ਰਹੋ, ਆਪਣਾ ਨੀਵਾਂ ਹੋ ਕੇ 4 ਦਿਨ ਜ਼ਿੰਦਗੀ ਦੇ ਨੇ ਆਪਾਂ ਪੂਰੇ ਕਰਕੇ ਜਾਣਾ ਹੈ। ਉਹ ਸਾਰਾ ਇੱਥੇ ਬੈਠੇ ਥੋੜ੍ਹਾ ਰਹਿਣਾ, ਹੰਕਾਰ ਤਾਂ ਉਹ ਕਰੇ ਜਿਹੜਾ ਇੱਥੇ ਬੈਠੇ, ਆਪਣੀ ਤਾਂ 4 ਦਿਨ ਦੀ ਜ਼ਿੰਦਗੀ ਹੈ, ਆਏ ਆਏ ਫਿਰ ਚਲੇ ਗਏ ਬਸ। ਜਿਹੜਾ ਨੀਵਾਂ ਹੋ ਕੇ ਜਾਂਦਾ ਉਹ ਨਾ ਪਿਆਰਾਂ ਦਾ ਉਮਰਾਂ ਭਰ, ਜਿਹੜੇ ਹੰਕਾਰੀ ਨੇ ਨਾ ਉਹਨਾਂ ਦਾ ਵੀ ਪਿਆਰ, ਉਹਨਾਂ ਜੁੱਤੀਆਂ ਪੈਂਦੀਆਂ ਰਹਿੰਦੀਆਂ। ਫਕੀਰ ਦੇਖ ਲਓ, ਗੁਰੂ ਨਾਨਕ ਸਾਹਿਬ ਨੇ ਕਿਹਾ ਹਮ ਨੀਚਣ ਕੇ ਨੀਚ, ਮਸਤਾਨਾ ਜੀ ਕਹਿੰਦੇ ਹੁੰਦੇ ਸੀ ਅਸੀਂ ਸੇਵਾਧਾਰੀ ਜੁੜ ਜਾਗ ਨਾਲ ਵੀ ਸੰਗਤ ਦੇ। ਇੱਕ ਵਾਰੀ ਖੁਸ਼ੀ ਰਾਮ ਆ ਕੇ ਕਹਿਣ ਲੱਗਿਆ ਮਸਤਾਨਾ ਜੀ ਨੂੰ, ਕਹਿੰਦਾ ਅਖੇ ਜੀ ਦੁਨੀਆਂ ਤੁਹਾਨੂੰ ਗਾਲਾਂ ਕੱਢਦੀ ਹੈ। ਮਸਤਾਨਾ ਜੀ ਬੱਲਾ ਫੜ ਕੇ ਕਹਿਣ ਲੱਗੇ ਵੀ ਦਿਖਾ ਖੁਸ਼ੀ ਰਾਮ ਕਿੱਥੇ ਲੱਗੀ ਹੈ ਸਾਡੇ, ਸਾਡੇ ਤਾਂ ਕਿਤੇ ਲੱਗੀ ਨਹੀਂ। ਦੇਖੋ ਇੰਨਾ ਉਹ ਸਾਡੇ ਵਾਸਤੇ ਦਿਖਾਉਂਦੇ ਸੀ ਵੀ ਇੰਨੀ ਦੀਨਤਾ, ਇੰਨਾ ਅੰਦਰ ਨਿਮਰਤਾ ਰੱਖੋ ਆਪਣੇ, ਇੰਨਾ ਨੀਵਾਂ ਹੋਵੋ, ਪਰਵਾਹ ਨਾ ਕਰੋ ਕਿਸੇ ਦੀ। ਦੁਨੀਆਂ ਨੇ ਗਾਲਾਂ ਵਾਲੇ ਨੇ ਗਾਲਾਂ ਕੱਢਣੀਆਂ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਸਭ ਅੱਗੇ ਹੱਥ ਜੋੜ ਕੇ ਆਪਣੇ ਆਪ ਨੂੰ ਨੀਵਾਂ ਰੱਖ ਕੇ ਚੱਲ, ਨਾਲਕ ਦੀ ਰਹਿਮਤ ਤਾਂ ਹੀ ਉਹਦੇ ਅੰਦਰ ਆਉਂਦੀ। ਹਾਂਜੀ, ਛੋਟਾ ਸਾ ਹੋ ਕੇ ਚਲੋ ਮਨ ਮੇਰੇ, ਕੱਲ ਤੋਂ ਗਰਮ ਦਿਵਾਨਾ। ਛੋਟਾ ਸਾ ਹੋ ਕੇ ਚਲੋ ਰੇ ਮਨ ਮੇਰਾ, ਦਾਦੀ ਦੇ ਗਰਬ ਘੁਮਾਨਾ। ਛੋਟਾ ਸਾ ਹੋ ਕੇ ਚਲੋ ਰੇ ਮਨ ਮੇਰਾ, ਦਾਦੀ ਦੇ ਗਰਬ ਘੁਮਾਨਾ। ਧੰਨ ਧੰਨ ਸਤਿਗੁਰੂ। ਤੇਰੇ ਕਰਨੇ ਸੋਦਾ ਪਾਰੀ ਲੰਘਣ ਦਾ, ਕਰਨੇ ਰੇ ਕਰਨੇ ਸੋਦਾ ਪਾਰੀ ਲੰਘਣ ਦਾ, ਅੱਗੇ ਅੱਗੇ ਹੱਥ
ਕੱਚੀਆਂ ਹੋਣ, ਕੱਚੀਆਂ ਇੱਟਾਂ ਹੋਣ ਤੇ ਬਾਲੂ ਦਾ ਮਤਲਬ ਰੇਤ ਦਾ ਹੀ ਗਾਰਾ ਹੋਵੇ ਤਾਂ ਉਹਦਾ ਕੀ ਟਿਕਾਣਾ, ਕਿੰਨਾ ਚਿਰ ਠਹਿਰੂਗਾ? ਇੱਟਾਂ ਕੱਚੀਆਂ ਹੋਣ ਤੇ ਰੇਤ ਦਾ ਗਾਰਾ ਹੋਵੇ, ਥੋੜਾ ਜਿਹਾ ਪਾਣੀ ਪਿਆ ਖਤਮ, ਥੱਲੇ ਬਹਿ ਜੂ। ਇਹ ਹਾਲ ਸਾਡਾ ਹੈ, ਰੇਤ ਦਾ ਗਾਰਾ ਤੇ ਇੱਟਾਂ ਕੱਚੀਆਂ, ਪੱਕਾ ਬਣਾ ਕੇ ਬੈਠਿਆ ਸੀ ਉਹਨੂੰ, ਕਿਉਂ ਉਹਨੂੰ ਪਤਾ ਨੀ ਕਿਹੜੇ ਵੇਲੇ ਢਾ ਲੱਗ ਜਾਵੇ। ਸਾਡਾ ਸਰੀਰ ਹੈ ਕਿਸ਼ਨ ਭੰਗਰ ਦਾ, ਪਤਾ ਨੀ ਮਿੰਟ ਸਾਹ ਆਵੇ ਨਾ ਆਵੇ, ਕੀ ਭਰੋਸਾ ਦਮਦਾ ਕਰੇ ਦਮ ਆਵੇ ਨਾ ਆਵੇ, ਤੇ ਅਸੀਂ ਬਣਾ ਕੇ ਬੈਠੇ ਜੁਗ ਜੁਗ ਪੱਕੀਆਂ ਐਸੀਆਂ ਨੀਆਂ ਲਾਈਆਂ ਵੀ ਅਸੀਂ ਜਾਣਾ ਹੀ ਨੀ ਕਦੇ, ਸਦਾ ਇੱਥੇ ਹੀ ਰਹਿਣਾ ਅਸੀਂ। ਇਹ ਸਾਡਾ ਦੇਸ਼ ਹੈ, ਸਾਡੇ ਕੋਲ ਦਾ ਅੱਗੇ ਦਾ ਨਾ ਹੋਊਗਾ ਅਸੀਂ ਨਾ ਅਸੀਂ ਜਾਣਾ, ਐਸਾ ਸਮਝ ਕੇ ਬੈਠੇ ਹਾਂ ਅਸੀਂ ਅਸੀਂ ਆਪਣਾ ਬਣਾ ਕੇ ਬੈਠੇ ਹਾਂ। ਕਬੀਰ ਸਾਹਿਬ ਕਹਿੰਦੇ ਕੱਚੀ ਕੱਚੀ ਇੰਟ ਬਾਲੂ ਦਾ ਘਰ ਹੈ ਨਾ, ਇਹਨੂੰ ਪੱਕਾ ਨਾ ਬਣਾ ਕੇ ਬੈਠ, ਇਹਨੇ ਖਤਮ ਹੋ ਜਾਣਾ ਇੱਕ ਦਿਨ। ਪੱਕਾ ਘੜਾ ਚਾਰ ਦਿਨ ਚੱਲ ਜੂ, ਕੱਚਾ ਘੜਾ ਜਦੋਂ ਪਾਣੀ ਚ ਰੱਖਾਂਗੇ ਨਾਲ ਦੀ ਨਾਲ ਖੁਰ ਜਾਣਾ। ਅਸੀਂ ਕੱਚੇ ਘੜੇ ਹਾਂ, ਪਤਾ ਨੀ ਕਿਹੜੇ ਵੇਲੇ ਸਾਨੂੰ ਅਸੀਂ ਖੁਰਜੀਏ, ਉਸ ਟਾਈਮ ਤੋਂ ਅਸੀਂ ਫਾਇਦਾ ਨਹੀਂ ਲੈ ਸਕਦੇ। ਇਹਨੂੰ ਅਸੀਂ ਵਿਸ਼ੇ ਵਿਕਾਰ ਆ ਜੀ, ਇੱਧਰ ਉੱਧਰ ਸਾਰਿਆਂ ਨੂੰ ਗਵਾ ਰਹੇ ਹਾਂ। ਪੱਕੇ ਕਰ ਲਏ ਮਕਾਨ, ਅਸੀਂ ਨੀਹਾਂ ਖੋਲਦੇ ਹਾਂ ਅਸੀਂ ਥੱਲੇ, ਵੀ ਜੁੜਾਂ ਜੁਗੇ ਟਵੇ ਨਾ, ਸਾਡਾ ਭਰੋਸਾ ਇੱਕ ਮਿੰਟ ਦਾ ਨਹੀਂ। ਹਾਂਜੀ, ਕੱਚੀ ਕੱਚੀ ਇੰਟ ਬਾਲੂ ਦਾ ਘਰ, ਪੱਕਾ ਪੱਕਾ ਮੰਦਿਰ ਬਣਾ ਕਿਉਂ ਲਿਆ? ਕੱਚੀ ਕੱਚੀ ਇੰਟ ਬਾਲੂ ਦਾ ਘਰ, ਕੱਚੀ ਕੱਚੀ ਇੰਟ ਬਾਲੂ ਦਾ ਘਰ, ਪੱਕਾ ਪੱਕਾ ਮੰਦਿਰ ਚਿਲਵਾਏ ਤੋਂ ਲਿਆ, ਕੋਈ ਪੱਕਾ ਪੱਕਾ ਮੰਦਿਰ ਚਿਲਵਾਏ ਤੋਂ ਲਿਆ, ਆਦਮੀ ਕਿਤੇ ਬਾਹਰ ਜਾਂਦਾ, ਕਿਸੇ ਅੱਛੇ ਸ਼ਹਿਰ ਚ ਜਾਂਦਾ ਜਾਂ ਬਾਹਰਲੇ ਮੁਲਕ ਚ ਜਾਂਦਾ, ਉੱਥੇ ਜਾ ਕੇ ਸੋਚਦਾ ਵੀ ਮੈਂ ਕੋਈ ਚੀਜ਼ ਇੱਥੋਂ ਲੈ ਚੱਲਾਂ ਜਿਹੜੀ ਸਾਡੇ ਨਹੀਂ ਮਿਲਦੀ, ਇੱਥੋਂ ਮੈਂ ਲੈ ਕੇ ਜਾਵਾਂ, ਤੇ ਚੰਗੀ ਚੀਜ਼ ਵਾਸਤੇ ਸੋਚਦਾ ਵੀ ਮੈਂ ਚੰਗੀ ਚੀਜ਼ ਲੈ ਕੇ ਜਾਵਾਂ ਸਾਡੇ ਨਹੀਂ ਮਿਲਦੀ। ਇਸ ਦੁਨੀਆਂ ਚ ਅਸੀਂ ਚੰਗੀ ਚੀਜ਼ ਖਰੀਦਣ ਵਾਸਤੇ ਹੀ ਆਏ ਹਾਂ, ਕਰਲੇ ਕਰਲੇ ਸੌਦਾ ਪਾਰ ਲੰਘਣ ਦਾ, ਅੱਗੇ ਅੱਗੇ ਹੱਟੜੀ ਬਾਜ਼ਾਰ ਨਹੀਂ ਰਹੀ।
ਹੁਣ ਸਾਨੂੰ ਦੁਬਾਰਾ ਵੀ ਸਾਨੂੰ ਇਹ ਨਹੀਂ ਮਿਲਣੀ, ਨਾ ਇਹ ਬਾਜ਼ਾਰ ਮਿਲੇ ਨਾ ਇਹ ਹੱਟੀ ਮਿਲੇ। ਹੁਣ ਸਾਨੂੰ ਇਸ ਦੁਨੀਆਂ 'ਚ ਬਾਜ਼ਾਰ ਵੀ ਮਿਲਿਆ, ਹੱਟੀ ਵੀ ਮਿਲੀ ਹੈ। ਹੱਟੀ ਕਿਹੜੀ? ਇੱਕ ਰਾਮ ਨਾਮ ਦੀ। ਸੌਦਾ ਅਸੀਂ ਕਿਹੜਾ ਕਰਨਾ? ਰਾਮ ਨਾਮ ਦਾ। ਸਾਨੂੰ ਜਨਮ ਕਿਉਂ ਮਿਲਿਆ? ਸਿਰਫ ਰਾਮ ਨਾਮ ਜਪਣ ਵਾਸਤੇ ਮਿਲਿਆ, ਦੁਨੀਆਂ ਦੇ ਧੰਦੇ ਵਾਸਤੇ ਨਹੀਂ ਮਿਲਿਆ। 83 ਲੱਖ ਜੀ ਆਜੂਨ ਭੂਤ ਕੇ ਬੰਦਾ ਆਉਂਦਾ ਹੈ, ਕਿੰਨੇ ਯੁਗਾਂ ਤੋਂ ਬਾਅਦ ਇਸ ਦੁਨੀਆਂ 'ਚ। ਸਿਰਫ ਇੱਕ ਮੌਕਾ ਦਿੱਤਾ ਜਾਂਦਾ ਹੈ ਵੀ ਆਪਣੇ ਆਪ ਨੂੰ ਇਹ ਰਾਮ ਨਾਮ ਜਪ ਕੇ ਆਪਣਾ ਛੁਟਕਾਰਾ ਕਰ ਲਵੇ, ਆਪਣੇ ਘਰ ਚਲੇ ਜਾਵੇ। ਜਿੱਥੋਂ ਇਹ ਆਇਆ, ਮਾਲਕ ਦੀ ਅਸੀਂ ਅਣਸ ਹਾਂ। ਸਮੁੰਦਰ ਦੀ ਬੂੰਦ ਸਮੁੰਦਰ 'ਚ ਰਲ ਜਾਵੇ, ਮਾਲਕ ਖੁਸ਼ ਹੁੰਦਾ ਉਹਦੇ 'ਚ। ਸਾਡਾ ਉੱਧਰ ਧਿਆਨ ਹੀ ਨਹੀਂ ਜਾਂਦਾ, ਸਾਡਾ ਧਿਆਨ ਹੋਰ ਪਾਸੇ ਜਾਂਦਾ। ਤੇ ਦੁਬਾਰਾ ਨਾ ਇਹ ਬਾਜ਼ਾਰ ਮਿਲੇ ਨਾ ਇਹ ਹੱਟੀ ਮਿਲੇ। ਪਤਾ ਨਹੀਂ ਕਿਸ ਤਰੀਕੇ ਨਾਲ ਮਾਲਕ ਨੇ ਮਿਹਰ ਕੀਤੀ ਦਾ ਇਨਸਾਨੀ ਜਾਮਾ ਮਿਲਦਾ। ਕਈ ਜੁਗਾਂ ਤੋਂ ਭੜਕ ਭੜਕ ਕੇ ਵੀ, ਪਰ ਇਹਦੀ ਅਸੀਂ ਬੇਕਦਰੀ ਐਸੀ ਕੀਤੀ ਹੈ, ਵਿਸ਼ੇ ਵਿਕਾਰਾਂ 'ਚ ਇਹਨੂੰ ਖਰਾਬ ਕਰਤਾ, ਜ਼ਮੀਨਾਂ ਜਾਇਦਾਦਾਂ 'ਚ, ਇੱਧਰ ਉੱਧਰ ਲੜਾਈ ਝਗੜਿਆਂ 'ਚ, ਹੰਕਾਰ 'ਚ, ਕੁਛ ਪੱਲੇ ਨਹੀਂ ਸਾਡੇ ਰਿਹਾ, ਸਾਰਾ ਖਤਮ ਕਰਕੇ ਚਲੇ ਗਏ। ਕੋਈ ਇੱਕ ਮਿੰਟ ਸੋਚਦਾ ਵੀ ਨਹੀਂ। ਰਾਤ ਨੂੰ ਮਸਾਨਾ ਜੀ ਕਹਿੰਦੇ ਹੁੰਦੇ ਸੀ, ਰਾਤ ਨੂੰ ਬੈਠ ਕੇ ਸੋਚੇ ਵੀ ਅਸੀਂ ਕਿਉਂ ਆਇਆ ਦੁਨੀਆ 'ਚ, ਸਾਡੇ ਬਿਨਾਂ ਕੀ ਥੋੜਿਆ ਹੋਇਆ ਸੀ, ਇੱਥੇ ਕਿਉਂ ਆਇਆ, ਕਿੱਥੋਂ ਆਇਆ, ਕਿੱਥੇ ਜਾਣਾ ਆਖਰ ਅਸੀਂ। ਕਦੇ ਬੰਦਾ ਇੱਕ ਮਿੰਟ ਵੀ ਬੈਠ ਕੇ ਇਹ ਚੀਜ਼ ਨੂੰ ਨਹੀਂ ਸੋਚਦਾ ਵੀ ਅਸੀਂ ਜਿਹੜਾ ਇਹਨਾਂ ਮਾਲਕ ਦਾ ਦਿੱਤਾ ਖਾ ਰਹੇ ਹਾਂ, ਕੀ ਗਰਜ ਸੀ ਉਹਨੂੰ ਸਾਨੂੰ ਇੰਨਾ ਦੇਣ ਦੀ। ਸਾਡੇ ਵਰਗੇ ਹੋਰ ਜਾਨਵਰ ਦੇਖੋ ਕਿੰਨੀਆਂ ਜੂਨਾਂ ਨੇ, ਕਿੰਨੇ ਔਖੇ ਹੁੰਦੇ ਨੇ, ਸਾਰਾ ਦਿਨ ਅਸੀਂ ਬਲਦਾਂ ਤੋਂ ਕੰਮ ਲੈਂਦੇ ਹਾਂ, ਡੰਡੇ ਮਾਰਦੇ ਹਾਂ, ਹੈ ਤਾਂ ਉਹ ਵੀ ਜੀਵ, ਅਸੀਂ ਉਹਨਾਂ ਦੇ ਡੰਡੇ ਮਾਰਦੇ ਹਾਂ, ਸਾਡਾ ਉਹ ਕੰਮ ਕਰਦੇ ਨੇ। ਕਿਉਂ? ਕਰਮਾਂ ਦਾ ਉਹਨਾਂ ਨੇ ਹਿਸਾਬ ਕੀਤਾ, ਕਰਮਾਂ ਦੇ ਹਿਸਾਬ ਨਾਲ ਸਾਨੂੰ ਮਾਲਕ ਜਨਮ ਮਿਲ ਗਿਆ। ਅਸੀਂ ਇਹਦਾ ਜੇ ਫਾਇਦਾ ਨਹੀਂ ਲਵਾਂਗੇ ਜਾਂ ਇਸ ਤੋਂ ਜਿਹੜਾ ਸਾਨੂੰ ਹੁਕਮ ਹੈ ਉਹ ਨਹੀਂ ਪੂਰਾ ਕਰਾਂਗੇ, ਤਾਂ ਸਾਨੂੰ ਇੱਕ ਦਿਨ ਫਿਰ ਉਹੀ ਬੈਗ ਬਣਨਾ ਪਊਗਾ, ਉਹੀ ਉੱਠ ਬਣੋ, ਉਹੀ ਗਧੇ ਬਣੋ। ਕਬੀਰ ਗੁਰ ਕੀ ਭਗਤੀ ਬਿਨ ਰਾਜਾ ਗਧਾ ਹੋਏ, ਮਾਟੀ ਲਦੇ ਘੁਮਾਰ ਕੀ ਘਾਸ ਨਾ ਡਾਰੇ ਕੋਏ। ਆਖਿਰ ਗਧੇ ਬਣਨਾ ਪਊਗਾ, ਬੇਸ਼ੱਕ ਰਾਜੇ ਬਣ ਜਾਓ, ਆਖਿਰ ਫਿਰ ਗਧੇ ਬਣਨਾ ਪਊ, ਉਹੀ ਮਿੱਟੀ ਢੋਣੀ ਪਊਗੀ। ਬਹੁਤ ਤੇਜ਼ ਅੱਖਾਂ 'ਤੇ ਨਾ ਮਰ ਚੰਗਾ ਫਿਰ। ਇਸ ਤਰ੍ਹਾਂ ਇਨਸਾਨੀ ਜਾਮੇ ਦਾ ਅੱਗੇ ਅੱਗੇ ਹੱਟੜੀ ਬਾਜ਼ਾਰ ਨਹੀਂ, ਫਿਰ ਦੁਬਾਰਾ ਆਪਾਂ ਨੂੰ ਇਹ ਨਾ ਇਨਸਾਨੀ ਜਾਮਾ ਮਿਲੇ ਨਾ ਇਹ ਮਾਲਕ ਮਿਲੇ ਇੱਥੇ ਕਿਸੇ। ਇਹੀ ਨਮੂਨਾ, ਇਹੀ ਇੱਕ ਦੁਨੀਆਂ ਦਾ ਵਿੱਚ ਹੈ ਇਨਸਾਨੀ ਜਾਮੇ ਦਾ ਲਾਭ ਵੀ ਆਪਣੇ ਮਾਲਕ ਨੂੰ ਜਪ ਕੇ ਆਪਣੇ ਘਰ ਪਹੁੰਚੋ। ਠੀਕ ਹੈ, ਦੁਨੀਆਦਾਰੀ ਵੀ ਕਰਨੀ, ਆਪਾਂ ਇਸ 'ਚ ਰਹਿਣਾ, ਰਹਿ ਕੇ ਪਰ ਇਸ 'ਚ ਦਿੱਲੀ ਫਸਾਉਣਾ ਆਪਾਂ ਨੇ। ਜੇ ਦਿਲ ਫਸ ਗਿਆ ਤਾਂ ਆਪਣੇ ਹੱਥ ਕੜੀ ਲੱਗ ਗਈ, ਆਪਾਂ ਇੱਥੇ ਰਹਿ ਜਾਣਾ। ਇਸ ਤੋਂ ਬਾਹਰ ਜਦੋਂ ਜਾਵਾਂਗੇ ਖਿਆਲ ਬਾਹਰ ਰੱਖੋ ਆਪਣਾ। ਮੁਰਗਾਵੀ ਜਾਨਵਰ ਹੁੰਦਾ ਉਹ ਪਾਣੀ 'ਚ ਰਹਿੰਦੀ ਹੈ ਹਮੇਸ਼ਾ, ਪਰ ਜਦੋਂ ਉੱਡਦੀ ਹੈ ਚਾਹੇ ਵਿਚਾਲੇ ਬੈਠੀ ਹੋਵੇ ਸਿੱਧੀ ਉੱਡ ਜਾਂਦੀ ਹੈ, ਉਹਦੇ ਫੰਗਾਂ ਨੂੰ ਪਾਣੀ ਨਹੀਂ ਲੱਗਦਾ। ਆਮ ਜਾਨਵਰ ਜੋ ਵੀ ਹੈ, ਚਿੜੀ ਪਤੰਗੇ ਜੋ ਵੀ ਨੇ, ਉਹ ਬਾਹਰ ਬੈਠਣਗੇ, ਪਹਿਲਾਂ ਫੰਗ ਆਪਣੇ ਸੁਕਾਉਣਗੇ ਫਿਰ ਉੱਠਣਗੇ। ਪਰ ਮੁਰਗਾਵੀ 'ਚ ਤਾਕਤ ਹੁੰਦੀ ਹੈ, ਜਾਂ ਕਿੰਨੇ ਪਾਣੀ ਡੂੰਘੇ 'ਚ ਹੋਵੇ ਉਹ ਨਾਲ ਦੀ ਨਾਲ ਸਿੱਧੀ ਉੱਡ ਜਾਂਦੀ ਹੈ। ਆਪਣੇ ਆਪ ਨੂੰ ਇਨਸਾਨ ਜਿਹੜਾ ਹੈ ਮੁਰਗਾਵੀ ਤਰ੍ਹਾਂ ਸਮਝੇ, ਬਾਲ ਬੱਚਿਆਂ 'ਚ ਰਹਿ ਕੇ ਇਹਨਾਂ ਤੋਂ ਦੂਰ ਰਵੇ, ਇਹਨਾਂ 'ਚ ਦਿਲ ਨਾ ਫਸਾਓ, ਮਾਲਕ ਦੀ ਸਮਝ ਕੇ, ਦਾਤ ਸਮਝ ਕੇ ਇਹਨਾਂ ਨੂੰ ਵਰਤੋ, ਇਹਨਾਂ ਦੀ ਸੇਵਾ ਕਰੋ ਵੀ ਇਹ ਮਾਲਕ ਨੇ ਸਾਡੇ ਜੁੰਮੇ ਲਾਏ ਨੇ ਬੱਚੇ, ਅਸੀਂ ਇਹਨਾਂ ਦੀ ਸੇਵਾ ਕਰਨੀ ਹੈ। ਜਿਸ ਤਰ੍ਹਾਂ ਕੋਈ ਦੁਕਾਨਦਾਰ ਨੇ ਇੱਕ ਨੌਕਰ ਰੱਖਿਆ ਹੁੰਦਾ ਹੈ, ਤਾਂ ਨੌਕਰ ਸਾਰਾ ਦਿਨ ਉਹਦੇ ਕੋਲ ਕੰਮ ਕਰਦਾ ਹੈ, ਸ਼ਾਮ ਨੂੰ ਹਿਸਾਬ ਉਹ ਮਾਲਕ ਨੂੰ ਦੇ ਕੇ ਜਾਂਦਾ ਹੈ। ਮਾਲਕ ਨੂੰ ਨਫ਼ਾ ਹੋਵੇ ਚਾਹੇ ਨੁਕਸਾਨ ਹੋਵੇ, ਨੌਕਰ ਆਪਣੀ ਤਨਖਾਹ ਲੈ ਕੇ ਚਲੇ ਜਾਂਦਾ ਹੈ। ਥੋੜ੍ਹਾ ਉੱਚਾ ਰੱਖ ਲਈ ਜਾ, ਮਾਲਕ ਆਪਣੀ ਤਨਖਾਹ ਲੈ, ਨੌਕਰ ਆਪਣੀ ਤਨਖਾਹ ਲੈ ਕੇ ਚਲੇ ਜਾਂਦਾ ਹੈ, ਨਫ਼ਾ ਨੁਕਸਾਨ ਸਾਰਾ ਮਾਲਕ ਦਾ। ਇਸੇ ਤਰ੍ਹਾਂ ਹੀ ਮਾਲਕ ਨੇ ਸਾਡੇ ਸਪੁਰਦ ਕੀਤੇ ਨੇ ਬੱਚੇ, ਇਹਨਾਂ ਦੀ ਸੇਵਾ ਅਸੀਂ ਉਹਦਾ ਸਮਝ ਕੇ ਇਹਨਾਂ ਦੀ ਸੇਵਾ ਕਰਨੀ ਹੈ, ਆਪਣਾ ਸਮਝ ਕੇ ਨਹੀਂ ਕਰਨੀ। ਜੇ ਸਾਡਾ ਕੋਈ ਹੋਵੇ ਤਾਂ ਸਾਡੇ ਕੋਲ ਹਮੇਸ਼ਾ ਰਹਿਣ, ਅੱਜ ਆਇਆ ਮਰ ਗਿਆ ਫਿਰ ਆਪਾਂ ਰੋਂਦੇ ਰਹਿੰਦੇ ਹਾਂ, ਜੇ ਆਪਣਾ ਹੁੰਦਾ ਤਾਂ ਆਪਣੇ ਕੋਲ ਨਾ ਰਹਿੰਦਾ, ਸਾਡਾ ਕੋਈ ਨਹੀਂ।
ਸਿਰਫ ਲੈਣ ਦੇਣ ਦੇ ਸੰਬੰਧ ਨੇ, ਲੈਣ ਦੇਣ ਦੇ ਸੰਬੰਧ ਕਰਕੇ ਆਪਾਂ ਇੱਕ ਦੂਜੇ ਦੇ ਘਰ ਪੈਦਾ ਹੁੰਦੇ ਹਾਂ, ਸਾਡੇ ਸੰਸਕਾਰ ਬਣਦੇ ਨੇ। ਜਿਸ ਨੂੰ ਅਸੀਂ ਦੁੱਖ ਦਿੱਤਾ ਉਹ ਦੁੱਖ ਦੇਣ ਵਾਸਤੇ ਘਰ ਬਹਾਨਾ ਕਰਕੇ ਪੈਦਾ ਹੁੰਦਾ, ਸਾਨੂੰ ਉਹਦੇ ਕੋਲ ਫਿਰ ਦੁੱਖ ਲੈਣੇ ਪੈਂਦੇ ਨੇ। ਚਾਹੇ ਜ਼ੋਰ ਲਾ ਲਓ, ਕਰਮ ਐਸੇ ਨੇ ਉਹ ਕੱਟੇ ਬਿਨਾਂ ਛੁਟਕਾਰਾ ਕਦੇ ਨਹੀਂ ਹੈ ਇਨਸਾਨ ਦਾ। ਅਸੀਂ ਰੋਂਦੇ ਰਹਿੰਦੇ ਹਾਂ, ਅਸੀਂ ਇਹ ਹੋ ਗਿਆ ਜੀ, ਉਹ ਹੋ ਗਿਆ ਜੀ, ਫਲਾਣਾ ਬਿਮਾਰ ਹੈ, ਸਾਰੀ ਉਮਰ ਹੋ ਗਿਆ ਜੀ, ਮੁੰਡਾ ਦੁੱਖ ਹੀ ਦੇਈ ਜਾਂਦਾ ਹੈ, ਇਹਦੇ ਪਹਿਲਾਂ ਲੱਤ ਖਰਾਬ ਸੀ, ਹੁਣ ਬਾਂਹ ਖਰਾਬ ਹੋ ਗਈ, ਹੁਣ ਅੱਖ ਖਰਾਬ ਹੋ ਗਈ। ਉਹਨੇ ਬਦਲਾ ਸਾਡੇ ਕੋਲੋਂ ਲੈਣਾ, ਕਰਜ਼ਾ ਸਾਡੇ ਕੋਲ ਲੈਣਾ, ਅਸੀਂ ਕਰਜ਼ਾ ਉਹਦਾ ਦੇਣਾ। ਹੱਸ ਕੇ ਦੇ ਦਈਏ ਚਾਹੇ ਰੋ ਕੇ ਦੇ ਦਈਏ, ਹੱਸ ਕੇ ਦਿਆਂਗੇ ਮਾਲਕ ਦੀ ਰਜ਼ਾ ਦੇ ਵਿੱਚ, ਰੋ ਕੇ ਦਿਆਂਗੇ ਤਾਂ ਮਾਲਕ ਦੀ ਰਜ਼ਾ ਤੋਂ ਦੂਰ ਦੇਣਾ ਜ਼ਰੂਰ ਪੈਣਾ, ਛੁਟਕਾਰਾ ਵੀ ਨਹੀਂ ਹੈ ਉਹਦੇ ਬਿਨਾਂ। ਅਤੇ ਦੁਨੀਆਂ ਆਪਣੀ ਰਹਿਣ ਦੀ ਜਗ੍ਹਾ ਨਹੀਂ ਹੈ, ਇਹ ਤਾਂ ਸਰਾਏ ਆ ਇੱਕ। ਕਿਸੇ ਨੇ ਪੁੱਛਿਆ ਬਾਦਸ਼ਾਹ ਨੂੰ ਇਹ ਸਰਾਏ ਕਿਹਦੀ ਹੈ, ਫਕੀਰ ਨੇ ਪੁੱਛਿਆ, ਉਹ ਕਹਿੰਦਾ ਇਹ ਸਰਾਏ ਆ, ਇਹ ਤਾਂ ਮੇਰੇ ਮਹਿਲ ਨੇ। ਕਹਿੰਦਾ ਅੱਛਾ, ਇੱਥੇ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦਾ ਮੇਰਾ ਪਿਓ। ਉਸ ਤੋਂ ਪਹਿਲਾਂ ਕੌਣ ਰਹਿੰਦਾ ਸੀ? ਕਹਿੰਦਾ ਮੇਰਾ ਦਾਦਾ। ਫਿਰ ਕਹਿੰਦਾ ਸਰਾ ਨਾ ਹੋਈ ਤਾਂ ਹੋਰ ਕੀ ਹੋਇਆ, ਵੀ ਉਹ ਆਏ ਉਹ ਚਲੇ ਗਏ, ਦੂਜਾ ਆਇਆ ਦੂਜਾ ਚਲੇ ਗਿਆ, ਤੂੰ ਆਇਆ ਤੂੰ ਵੀ ਕੱਲ ਨੂੰ ਜਾਏਗਾ, ਸਰਾ ਹੀ ਹੈ। ਰਾਤ ਮੁਸਾਫਰ ਟਿਕਦਾ, ਸਵੇਰੇ ਚਲੇ ਜਾਂਦਾ, ਮਾਲਕ ਕੋਈ ਹੋਰ ਹੁੰਦਾ ਸਰਾਂ ਦਾ। ਇਹ ਸਰਾਏ ਆਏ ਇਸ ਜਗ ਤੇ, ਸਰਾਏ ਮੈਂ ਕਿਉਂ ਦਿਲ ਕੋ ਲਗਾ ਬੈਠਾ, ਅਸੀਂ ਇਹਦੇ ਵਿੱਚ ਦਿਲ ਲਾ ਕੇ ਬੈਠੇ ਹੈ ਜਬ ਸਰਾਏ। ਸਿਰਫ ਚਾਰ ਦਿਨ ਦੀ, ਕਿਸੇ ਨੇ ਸਾਲ, ਕਿਸੇ ਨੇ ਦੋ ਸਾਲ, ਕਿਸੇ ਦਸ ਸਾਲ, ਕਿਸੇ ਵੀਹ ਸਾਲ, ਇੱਥੇ ਰਹਿ ਕੇ ਸੁਪਨੇ ਮੰਗੂ। ਜਿਵੇਂ ਰਾਤ ਨੂੰ ਸੁਪਨਾ ਆਉਂਦਾ ਆਪਾਂ ਨੂੰ, ਸੁਪਨਾ ਦੇਖਿਆ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਜਾਂਦੇ ਹਾਂ, ਜਾਗ ਖੁੱਲੀ ਕੁਛ ਵੀ ਨਹੀਂ, ਕੋਈ ਮੰਜੇ ਤੇ ਅਸੀਂ ਪਏ ਹਾਂ। ਇਸੇ ਤਰ੍ਹਾਂ ਹੀ ਇਹ ਸੁਪਨਾ, ਕੋਈ ਵੀਹ ਸਾਲ ਦਾ ਸਮਝ ਲਓ, ਪੰਜਾਹ ਸਾਲ ਦਾ ਸਮਝ ਲਓ, ਸੌ ਸਾਲ ਦਾ ਸਮਝ ਲਓ, ਜਦੋਂ ਅੱਖ ਖੁੱਲੀ ਫਿਰ ਸਾਨੂੰ ਪਤਾ ਲੱਗੂਗਾ ਉਹ ਕਿੱਥੇ ਅਸੀਂ ਬੈਠੇ ਸੀ ਤੇ ਕਿੱਥੇ ਕਰਨ ਕੀ ਗਏ ਸੀ ਤੇ ਕਰਿਆ ਕੀ, ਅਸੀਂ ਸਾਡੇ ਪੱਲੇ ਕੀ ਪਿਆ। ਹਾਂਜੀ, ਕੱਚੀ ਕੱਚੀ ਇੰਟ ਬਾਲੂ ਦਾ ਘਰ ਆ, ਕੱਚੀ ਕੱਚੀ ਇੰਟ ਬਾਲੂ ਦਾ ਘਰ ਆ, ਕੱਚੀ ਕੱਚੀ ਇੰਟ ਬਾਲੂ ਦਾ ਘਰ ਆ, ਪੱਕਾ ਪੱਕਾ ਮੰਦਰ ਚਿਲਵਾਏ ਟੋਲੇ ਆ, ਬਈ ਪੱਕਾ ਪੱਕਾ ਮੰਦਰ ਚਿਲਵਾਏ ਟੋਲੇ ਹੋ ਜਾਂਦਾ ਇਨਸਾਨ, ਕੰਨਾਂ ਚ ਮੁੰਦਰਾਂ ਪਵਾ ਲੈਂਦਾ ਵੀ ਮੈਂ ਦੁਨੀਆਂ ਛੱਡਤੀ, ਦੁਨੀਆਂ ਤੋਂ ਦੂਰ ਹੋ ਗਿਆ, ਪਰ ਅੰਦਰੋਂ ਦੂਰ ਨਹੀਂ ਹੁੰਦਾ ਉਹ, ਬਾਹਰੋਂ ਦੂਰ ਹੋ ਜਾਂਦਾ ਪਰ ਅੰਦਰੋਂ ਦੂਰ ਨਹੀਂ ਹੁੰਦਾ। ਮਾਇਆ ਐਸੀ ਹੈ, ਉਹਨੂੰ ਕੋਈ ਨਾ ਕੋਈ ਰੂਪ ਬਣਾ ਕੇ ਘੇਰ ਲੈਂਦੀ ਹੈ,
ਐਸਾ ਫਸਾਉਂਦੀ ਹੈ ਮੁੜ ਕੇ ਉਹ ਮੁੰਦਰਾ ਮੰਦਰ ਤਾਂ ਸਾਰੀਆਂ ਭੁੱਲ ਜਾਂਦਾ, ਵਿੱਚੇ ਰਹਿ ਜਾਂਦਾ, ਅੱਖਾਂ 'ਚ ਨਾ ਪਾਇਆ ਥੋੜ੍ਹਾ ਰੱਖ ਨਹੀਂ। ਜੋਗੀ ਹਰ ਆਦਮੀ ਜੋਗੀ ਹੈ, ਗ੍ਰਿਸ਼ਤੇ 'ਚ ਰਹਿ ਕੇ ਵੀ ਆਦਮੀ ਜੋਗੀ ਹੈ। ਗ੍ਰਿਸ਼ਤੇ ਰਹਿ ਕੇ ਤੁਸੀਂ ਖਿਆਲ ਦੂਰ ਰੱਖੋ ਤਾਂ ਜੋਗੀ ਜੋਗੀ ਆਦਮੀ। ਖਿਆਲ ਦੁਨੀਆਂ ਤੋਂ ਦੂਰ ਕਰਨਾ, ਜੋ ਕਰ ਛੱਡਣਾ ਨਹੀਂ, ਦੁਨੀਆਂ ਨੂੰ ਨਹੀਂ ਛੱਡਣਾ, ਘਰ ਬਾਰ ਨਹੀਂ ਛੱਡਣਾ, ਵਿੱਚ ਰਹਿ ਕੇ ਇਸ ਤੋਂ ਦੂਰ ਰਹਿਣਾ, ਫਿਰ ਤਾਂ ਹੈ ਬਹਾਦਰੀ, ਉਹ ਜੋਗੀ ਆ ਅਸਲ 'ਚ। ਸਾਨੂੰ ਜੋਗੀ ਹੋ ਗਏ, ਜੁਗਤ ਤਾਂ ਉਹਦੀ ਆਉਂਦੀ ਨਹੀਂ, ਫਿਰ ਜੋਗੀ ਬਣਨ ਦਾ ਫਾਇਦਾ ਕੋਈ ਨਹੀਂ। ਜੁਗਤ ਤੋਂ ਅਸੀਂ ਦੂਰ ਹਾਂ। ਜੁਗਤ ਕੀ ਹੈ? ਗ੍ਰਿਸ਼ਤ 'ਚ ਰਹਿ ਕੇ ਹੱਕ ਹਲਾਲ ਦੀ ਰੋਜ਼ੀ ਕਰੋ, ਆਪਣੇ ਬਾਲ ਬੱਚਿਆਂ 'ਚ ਰਹਿ ਕੇ ਹੱਕ ਹਲਾਲ ਦੀ ਖਾ ਕੇ ਮਾਲਕ ਦਾ ਭਜਨ ਕਰੋ, ਔਰ ਰਾਤ ਨੂੰ ਜਾਗੋ, ਮਾਲਕ ਅੱਗੇ ਫਰਿਆਦ ਕਰੋ, ਮਾਲਕ ਹੈ ਵਾਰੀ ਵਾਰੀ ਟਾਈਮ ਨਹੀਂ ਸਾਨੂੰ ਮਿਲਣਾ, ਸਾਨੂੰ ਆਪਣੀ ਦਰਗਾਹ 'ਚ ਲੈ ਚੱਲ, ਜਿਵੇਂ ਵੀ ਕਰ ਪਰ ਤੇਰੀ ਦਰਗਾਹ 'ਚ ਲੈ ਚੱਲ। ਇਹ ਹੈ ਜੋਗ, ਛੱਡ ਕੇ ਦੁਨੀਆਂ ਨੂੰ ਬਾਹਰ ਜਾਣਾ ਇਹ ਜੋਗ ਨਹੀਂ ਹੈ, ਕਿਸੇ ਜਗ੍ਹਾ 'ਤੇ ਰਹਿਣਾ ਇਹ ਜੋਗ ਨਹੀਂ ਹੁੰਦਾ। ਉੱਥੇ ਫਿਰ ਮਾਇਆ ਘੇਰਦੀ ਹੈ, ਉਹਨੂੰ ਫਿਰ ਲੋੜ ਪੈਂਦੀ ਹੈ, ਰੋਟੀ ਕਿੱਥੋਂ ਖਾਵੇ ਹੁਣ, ਤਾਂ ਬਾਹਰੋਂ ਕਿਤੋਂ ਆਊਗਾ ਹੀ। ਜਦੋਂ ਮਾਇਆ ਆਉਣ ਲੱਗ ਗਈ ਤਾਂ ਫਿਰ ਉਹ ਜੇ ਲਾਲਚ ਵੱਧ ਜਾਂਦਾ ਅੱਗੇ ਤੋਂ ਅੱਗੇ, ਕਿਉਂਕਿ ਜੋ ਕਿੱਥੇ ਰਹਿ ਗਿਆ, ਜੋ ਤਾਂ ਦੂਰ ਹੋ ਗਿਆ ਸੀ। ਨਹੀਂ, ਵਿੱਚ ਰਹਿ ਗਏ ਇਸ ਤੋਂ ਦੂਰ ਰਹੋ, ਫਿਰ ਉਹ ਜੋਗ ਹੈ ਅਸਲ 'ਚ। ਹਾਂਜੀ, ਜੋਗੀ ਹੋ ਕੇ ਜੁਗਤ ਨਾ ਜਾਣੀ, ਕੰਨਾਂ ਵਿੱਚ ਮੁੰਦਰਾਂ ਪਵਾ ਕੇ ਲਈਆਂ। ਜੋਗੀ ਹੋ ਕੇ ਜੁਗਤ ਨਾ ਜਾਣੀ, ਜੋਗੀ ਹੋ ਕੇ ਜੁਗਤ ਨਾ ਜਾਣੀ, ਕੰਨਾਂ ਵਿੱਚ ਮੁੰਦਰਾਂ ਪਵਾਏ ਤੋਂ ਲਿਆ, ਨਹੀਂ ਕੰਨਾਂ ਵਿੱਚ ਮੁੰਦਰਾਂ ਪਵਾਏ ਤੋਂ ਲਿਆ, ਕਰ ਲੇ ਰੇ ਕਰ ਲੇ ਚੋਦਾ ਪਾਰੀਆਂ ਖੜੀ ਦਾ, ਕਰ ਲੇ ਰੇ ਕਰ ਲੇ ਅੱਗੇ ਅੱਗੇ ਹੱਟੇ ਦੀ ਬਜਾਈ ਨਹੀਂ, ਅੱਗੇ ਅੱਗੇ ਹੱਟੇ ਦੀ ਬਜਾਈ ਨਹੀਂ। ਕਬੀਰ ਸੁਣੋ ਰੇ ਭਾਈ ਸਾਧੋ, ਕਹਿਤੇ ਕਬੀਰ ਸੁਣੋ ਰੇ ਭਾਈ ਸਾਧੋ, ਇਸ ਤਨ ਦਾ ਇਤਬਾਰ ਵੀ ਨਹੀਂ ਆ, ਤਨ ਦਾ ਇਤਬਾਰ ਵੀ ਨਹੀਂ ਆ, ਕਰ ਲੇ ਰੇ ਕਰ ਲੇ ਤੋਦਾ ਪਾਰ ਲੰਘਣ ਦਾ, ਕਰ ਲੇ ਰੇ ਕਰ ਲੈ ਤੋਦਾ ਲੰਘਣਾ, ਅੱਗੇ ਅੱਗੇ ਹੱਟੇ ਬਜਾਈ ਨਹੀਂ, ਹੱਟੇ ਦੀ ਬਜਾਈ ਨਹੀਂ। ਦੰਦ ਸਤਿਗੁਰੂ ਤੇਰੇ ਯਾਰ, ਕਿਸੇ ਨੇ ਸੁਣਾ ਤਾ, ਕਿਸੇ ਨੇ ਸੁਣ ਲਿਆ, ਦੋਨੇ ਪੱਲਾ ਝਾੜ ਕੇ ਚਲੇ ਗਏ, ਪੱਲੇ ਸਾਡੇ ਕੁਛ ਵੀ ਨਹੀਂ ਰਹਿੰਦਾ। ਨਹੀਂ, ਇਹ ਅਮਲ ਕਰਨ ਦੀ ਗੱਲ ਹੈ, ਸਾਰੀ ਸੋਚਣ ਦੀ ਗੱਲ ਹੈ, ਵਿਚਾਰਨ ਦੀ ਗੱਲ ਹੈ। ਇਹ ਬੜੇ ਅੱਖਾਂ ਤੋਂ ਅੱਗੇ ਦਿਸਦਾ ਕੁਛ ਨਹੀਂ, ਇਹ ਨਾ ਕਰੋ ਚੰਗਾ। ਇਹ ਵਿਚਾਰਨ ਦੀ ਗੱਲ ਹੈ ਵੀ ਅਸੀਂ ਦੁਨੀਆਂ 'ਚ ਆਏ ਹਾਂ, ਕਿਸ ਮਤਲਬ ਲਈ ਆਏ ਹਾਂ, ਸਾਡੇ ਬਿਨਾਂ ਕੀ ਕੰਮ ਖੜਾ ਸੀ ਇੱਥੇ, ਦੱਸੋ। ਨਹੀਂ, ਇਹਦਾ ਛੁਟਕਾਰਾ ਕਿਸੇ ਫਕੀਰ ਦੇ ਨਾਲ ਲੱਗ ਕੇ ਹਮੇਸ਼ਾ ਦੇਖੋ ਨਾ, ਤਾਂ ਕਿਸੇ ਮੱਝ ਦੇ ਜ਼ਰੀਏ, ਅੱਜ ਤੱਕ ਸਾਨੂੰ ਪਤਾ ਹੈ ਫਕੀਰ ਆਏ, ਫਕੀਰਾਂ ਦੇ ਜ਼ਰੀਏ ਦੁਨੀਆਂ ਜਾਂਦੀ ਹੈ, ਜਿੰਨੇ ਵੀ ਜਾਂਦੇ ਨੇ। ਹਰ ਯੁੱਗ ਦੇ ਵਿੱਚ ਸੰਤ ਆਪਣਾ ਰੂਪ ਧਾਰ ਕੇ ਆਉਂਦੇ ਰਹਿੰਦੇ ਨੇ,
ਕਦੇ ਕਿਸੇ ਰੂਪ ਚ ਕਦੇ ਕਿਸੇ ਰੂਪ ਚ। ਜਿੰਨਾ ਚਿਰ ਕੋਈ ਜੀਵ ਉਹਦੇ ਨਾਲ ਨਹੀਂ ਲੱਗਦਾ, ਉਸ ਤੋਂ ਨਾਮ ਨਹੀਂ ਲੈਂਦਾ, ਉਨਾ ਚਿਰ ਛੁਟਕਾਰਾ ਨਹੀਂ ਇਹਦਾ ਹੁੰਦਾ। ਜ਼ਰੀਆ ਇੱਕ ਮਾਲਕ ਨੇ ਹੀ ਬਣਾਇਆ। ਦੁਨੀਆਂ ਚ ਜੀਵ ਦਾ ਆਉਣ ਦਾ ਇੱਕੋ ਤਰੀਕਾ, ਚਾਹੇ ਉਹ ਕੋਈ ਵੀ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਕਿਸੇ ਕੌਮ ਦਾ, ਦੁਨੀਆਂ ਚ ਆਉਣ ਦਾ ਸਭ ਦਾ ਇੱਕੋ ਤਰੀਕਾ ਹੈ, ਔਰ ਜਾਣ ਦਾ ਵੀ ਇੱਕੋ ਹੀ ਤਰੀਕਾ ਹੋਊ, ਦੋ ਕਿਸੇ ਦੇ ਨਹੀਂ ਹੋਣੇ। ਇਹ ਬੇਸ਼ੱਕ ਕੋਈ ਭੁੱਲਿਆ ਨਾ ਰਵੇ, ਕੋਈ ਕਹਿੰਦਾ ਮੈਂ ਹਿੰਦੂ ਹਾਂ ਤਾਂ ਮੈਂ ਆਪਣੀ ਪੜ੍ਹ ਕੇ ਜਾਵਾਂਗਾ, ਕੋਈ ਸਿੱਖ ਕਹਿੰਦਾ ਮੈਂ ਆਪਣੀ ਪੜ੍ਹ ਕੇ ਜਾਵਾਂਗਾ, ਨਹੀਂ, ਉਹਦਾ ਰਾਹ ਇੱਕੋ ਹੀ ਹੈ, ਚਾਹੇ ਉਹਨੂੰ ਕਿੰਨੇ ਜਨਮ ਲੈਣੇ ਪੈਣ, ਤਾਂ ਇੱਕੋ ਰਾਹ ਹੋ ਕੇ ਜਾਣਾ ਪੈਣਾ। ਪਾਣੀ ਦੇ ਵਿੱਚ ਕਿਸੇ ਚੀਜ਼ ਨੂੰ ਤੁਸੀਂ ਸਿੱੜ ਦਿਓ, ਜਿੰਨਾ ਚਿਰ ਉਹ ਚੀਜ਼ ਅਲੱਗ ਪਈ ਰਹੂਗੀ, ਜਿੰਨਾ ਚਿਰ ਉਹ ਗਲਦੀ ਨਹੀਂ ਤਾਂ ਅਲੱਗ ਦਿਸੂਗੀ। ਪੱਤੀ ਹੈ ਤਾਂ ਪੱਤੀ ਉਹਨੂੰ ਕਹਿਣਗੇ ਵੀ ਪਾਣੀ ਤੇ ਪੱਤੀ ਦੋ ਚੀਜ਼ ਹੈ। ਜਦੋਂ ਉਹਦੇ ਵਿੱਚ ਗਲ ਗਈ, ਸੜ ਗਈ, ਇੱਕ ਹੋ ਗਈ, ਉਸ ਤੋਂ ਬਾਅਦ ਕਹਿਣਗੇ ਵੀ ਹੁਣ ਪਾਣੀ ਹੈ ਇਹ। ਇਸੇ ਤਰ੍ਹਾਂ ਹੀ ਸਾਡਾ ਹਿਸਾਬ ਹੈ, ਜਿੰਨਾ ਚਿਰ ਅਸੀਂ ਆਪਣੇ ਮਾਲਕ ਦੇ ਨਾਲ ਨਹੀਂ ਮਿਲਦੇ, ਆਪਣੇ ਆਪ ਨੂੰ ਗਾਲ ਕੇ ਖਤਮ ਕਰਕੇ ਉਹਦੇ ਨਾਲ ਨਹੀਂ ਮਿਲਾਉਂਦੇ, ਉਹਨਾਂ ਚਿਰ ਸਾਡਾ ਛੁਟਕਾਰਾ ਨਹੀਂ। ਪਾਣੀ ਦੀ ਬੂੰਦ ਆ ਹੌਲੀ ਹੌਲੀ ਕਰਕੇ ਪਾਣੀ ਦੇ ਵਿੱਚ ਜਾ ਕੇ ਮਿਲੂਗੀ ਤਾਂ ਸਮੁੰਦਰ ਹੋਊ, ਨਹੀਂ ਤਾਂ ਬੂੰਦ ਹੀ ਰਹੂਗੀ ਅੱਡ। ਉਹਨਾਂ ਚਿਰ ਸਾਡਾ ਛੁਟਕਾਰਾ ਨਹੀਂ। ਫਕੀਰ ਆਪਣਾ ਰੂਪ ਧਾਰ ਕੇ ਆਉਂਦਾ, ਉਹ ਹਿਸਾਬ ਨਾਲ ਨਾਮ ਦੇ ਕੇ, ਆਪਣਾ ਨਾਮ ਜਪਾ ਕੇ, ਆਪਣਾ ਰੂਪ ਬਣਾ ਕੇ ਫਿਰ ਉਹ ਲੈ ਕੇ ਜਾਂਦਾ। ਜ਼ਰੀਆ ਇੱਕੋ ਹੀ ਹੈ, ਜਾਣ ਦਾ ਦੋ ਨਹੀਂ ਹੈ। ਜੇ ਕੋਈ ਨਹੀਂ ਮੰਨਦਾ ਵੀ ਸਾਡਾ ਪਰੰਪਰਾ ਜਿਹੜੀ ਸਾਡੀ ਰੀਤ ਇਹ ਹੈ, ਤਾਂ ਠੀਕ ਹੈ, ਉਹਨੂੰ ਫਿਰ ਦੂਜਾ ਜਨਮ ਲੈਣਾ ਪਊ, ਤੀਸਰਾ ਜਨਮ ਲੈਣਾ ਪਊ, ਪਰ ਉਸ ਲਾਈਨ ਤੇ ਆ ਕੇ, ਉਸੇ ਲਾਈਨ ਤੇ ਚੜ੍ਹ ਕੇ ਤਾਂ ਹੀ ਜਾ ਸਕਦਾ, ਦੂਸਰੀ ਲਾਈਨ ਹੀ ਨਹੀਂ, ਉਸ ਘਰ ਚ ਨਹੀਂ ਜਾਂਦੀ। ਉਹਦੇ ਘਰ ਨੂੰ ਇੱਕੋ ਰਸਤਾ ਜਾਂਦਾ, ਔਰ ਇੱਕ ਹੋ ਕੇ ਜਾਣਾ ਪਊਗਾ, ਦੋ ਹੋ ਕੇ ਕਦੇ ਨਹੀਂ ਜਾਂਦਾ। ਜਿੱਥੇ ਦੋ ਹੋ ਗਏ ਉੱਥੇ ਦੂਈ ਹੋ ਗਈ, ਉਹਨੇ ਤਾਂ ਮਿਲਾ ਕੇ ਲੈ ਕੇ ਜਾਣਾ ਆਪਣੇ ਨਾਲ, ਅੱਗੇ ਜੀਵ ਜਾ ਨਹੀਂ ਸਕਦਾ। ਔਰ ਜਾਣਾ ਸਭ ਨੂੰ ਪੈਣਾ ਵਾਰੀ ਵਾਰੀ, ਚਾਹੇ ਕੋਈ ਇੱਕ ਜਨਮ ਚ ਜਾਵੇ ਚਾਹੇ ਦਸ ਜਨਮ ਚ ਜਾਵੇ। ਜਿਹਦੇ ਸੰਸਕਾਰ ਅੱਛੇ ਨੇ ਮੰਨ ਗਿਆ, ਉਹ ਫਕੀਰਾਂ ਦੇ ਚਰਨ ਚਲੇ ਜਾਂਦਾ, ਨਾਮ ਲਿਆ, ਛੁਟਕਾਰਾ ਹੋ ਗਿਆ। ਬਲਖ ਬੁਖਾਰੇ ਦਾ ਬਾਦਸ਼ਾਹ ਹੀ ਛੱਡ ਕੇ ਆ ਗਿਆ ਕਬੀਰ ਸਾਹਿਬ ਦੇ ਕੋਲ ਰਿਹਾ, ਨਹੀਂ ਤਾਂ ਉਹਦੇ ਕੋਲ ਕਿਹੜੀ ਕਮੀ ਸੀ? ਬਾਦਸ਼ਾਹ ਸੀ, ਹੁਕਮ ਹਾਸਲ ਸੀ, ਸਭ ਕੁਝ ਸੀ ਉਹਦੇ ਕੋਲ, ਹੁਣ ਕੀ ਕਰ ਸੀ? ਸਿਰਫ ਮੌਤ ਦਾ ਇੱਕ ਡਰ ਸੀਗਾ ਵੀ ਆਖਰ ਤੇਰੇ ਤੇ ਇੱਕ ਚੀਜ਼ ਆਉਣੀ ਹੈ, ਇਸ ਤੋਂ ਛੁਟਕਾਰਾ ਨਹੀਂ ਹੈ। ਉਹ ਤਾਂ ਬਚਾਉਣ ਵਾਲਾ ਇੱਕ ਪਰਮ ਸੰਤ ਹੀ ਹੁੰਦੇ ਨੇ, ਨਹੀਂ ਤਾਂ ਕੋਈ ਚੀਜ਼ ਨਹੀਂ ਦੁਨੀਆਂ 'ਚ ਬਚਾਉਣ ਵਾਲੀ ਮੌਤ ਤੋਂ। ਜਿਹੜਾ ਮੌਤ ਦੇ ਡਰ ਤੋਂ ਪਰਮ ਸੰਤਾਂ ਦੇ ਨੇੜੇ ਆ ਗਿਆ, ਪਰਮ ਸੰਤ ਉਹਨੂੰ ਉਸਦੀ ਅੱਗ ਤੋਂ ਬਚਾ ਲੈਂਦੇ ਨੇ, ਮੌਤ ਦੀ ਤੋਂ ਆਪਣੀ ਸਾਇਆ 'ਚ ਲੈ ਲੈਂਦੇ ਨੇ। ਇਸ ਦੁਨੀਆਂ ਦੇਖ ਲਓ, ਜਿੰਨੇ ਵੀ ਪ੍ਰੇਮੀ ਮਸਤਾਨੀ ਦੇ ਟਾਈਮ ਦੇ ਵੀ ਦੇਖਦੇ ਆ, ਚੋਲਾ ਛੱਡਦੇ ਨੇ, ਤਾਂ ਮੌਤ ਦੇ ਟਾਈਮ ਉਹਨਾਂ ਦੀ ਸੰਭਾਲ ਹੁੰਦੀ ਹੈ, ਖੁਸ਼ੀ ਖੁਸ਼ੀ ਜਾਂਦੇ ਨੇ। ਲੜਕੇ ਲੜਕੀ ਨੂੰ ਜਿਵੇਂ ਵਿਆਹ ਦੀ ਖੁਸ਼ੀ ਹੁੰਦੀ ਹੈ, ਇਸੇ ਤਰ੍ਹਾਂ ਉਹਨਾਂ ਨੂੰ ਮਰਨ ਦੇ ਟਾਈਮ 'ਤੇ ਆਪਣੀ ਖੁਸ਼ੀ ਹੁੰਦੀ ਹੈ ਵੀ ਅਸੀਂ ਆਪਣੇ ਉਹਦੇ ਸਤਿਗੁਰ ਦੇ ਨਾਲ ਜਾ ਰਹੇ ਹਾਂ, ਆਪਣੇ ਦਰਬਾਰ 'ਚ ਸਾਡਾ ਸਤਿਗੁਰ ਸਾਡੇ ਨਾਲ ਹੈ, ਅਸੀਂ ਜਾ ਰਹੇ ਹਾਂ, ਖੁਸ਼ੀ ਹੁੰਦੇ ਨੇ। ਦੁਨੀਆਂ ਰੋਂਦੀ ਹੈ, ਮੌਤ ਆਉਂਦੀ ਹੈ ਤਾਂ ਰੋਂਦੀ ਹੈ ਦੁਨੀਆਂ, ਕਿਉਂ ਕਾਲ ਲੈ ਜਾਂਦਾ, ਟੱਟੀ ਕੱਢਦਾ, ਮਾਰਦਾ, ਜਿਹੜੇ ਤੈਨੂੰ ਵੀ ਆਹ ਹੁਣ ਉਹਨੇ ਸਭ ਆਪਾਂ ਨੂੰ ਉਧਾਰ ਦਿੱਤਾ ਹੋਇਆ, ਇਹ ਸਰੀਰ ਜਿਹੜਾ ਕਾਲ ਨੇ ਦਿੱਤਾ, ਇਹ ਸਾਨੂੰ ਉਧਾਰ ਦਿੱਤਾ ਉਹਨੇ ਉਧਾਰ। ਉਹ ਕਹਿੰਦਾ ਇਹਦੇ ਕੋਲੋਂ ਕੰਮ ਲਓ, ਰਾਮ ਨਾਮ ਕੱਢੋ, ਇਹਦੇ ਵਿੱਚੋਂ ਨਹੀਂ ਕੱਢਿਆ ਤਾਂ ਆਖਰ ਹਿਸਾਬ ਪੁੱਛੂਗਾ, ਕਹੂਗਾ ਤੂੰ ਇਹਦੇ 'ਚ ਕੀ ਕੱਢਿਆ, ਦੱਸ ਦੇ ਬਦਲਾ ਹੁਣ ਇਹਦਾ। ਸਾਡੇ ਕੋਲ ਬਦਲਾ ਦੇਣ ਵਾਸਤੇ ਵੀ ਪੂੰਜੀ ਕੋਈ ਨਹੀਂ, ਕਾਲ ਨੂੰ ਫਿਰ ਕੁੱਟਦਾ, ਟੱਟੀ ਪਿਸ਼ਾਬ ਨਿਕਲਦਾ, ਰੋਮ ਰੋਮ 'ਚ ਖਿੱਚੇ ਕੱਢਦਾ ਸਾਨੂੰ। ਫਿਰ ਉਸ ਚੀਜ਼ ਤੋਂ ਬਚਣ ਵਾਸਤੇ ਬਾਦਸ਼ਾਹੀਆਂ ਛੱਡ ਕੇ ਆਉਂਦੇ ਨੇ, ਨਹੀਂ ਤਾਂ ਕਿਸੇ ਨੂੰ ਕੀ ਗਰਜ ਪਈ ਹੈ? ਰੂਪਾ ਬਿਸ਼ਨੋਈ ਸੀ ਮਹਿੰਦਪੁਰ ਦਾ, ਫਤਿਹਾਬਾਦ ਦੇ ਕੋਲ ਆ ਮਹਿੰਦਪੁਰ, ਉਹਦਾ ਸੱਗਾ ਸਮਝ ਲਓ ਜਾਂ ਕੁੜਮ ਸਮਝ ਲਓ, ਆਪਾਂ ਕੁੜਮ ਕਹਿੰਦੇ ਨੇ ਆਮ ਪੰਜਾਬੀ, ਇਹ ਬਾਗੜੀ ਸੱਗਾ ਕਹਿੰਦੇ ਨੇ, ਮਾਂਦਲੀ ਦਾ ਸੀਗਾ, ਲੱਖਾਂ ਪਤੀ ਸੀ ਉਹਨਾਂ ਦਿਨਾਂ 'ਚ। ਉਹਨੇ ਕਿਹਾ ਵੀ ਆਪਣੇ ਸੱਗੇ ਨੂੰ, ਤੂੰ ਜਾ ਕੇ ਮਸਤਾਨਾ ਜੀ ਕੋਲ ਜਾ, ਨਾਮ ਲੈ ਲੈ। ਉਹ ਕਹਿਣ ਲੱਗਿਆ ਰੂਪਾ ਮੈਨੂੰ ਕੀ ਕਰਜ਼ਾ, ਇੰਨੀ ਜਾਇਦਾਦ, ਇੰਨੇ ਪੈਸੇ,
ਇੰਨੇ ਮੇਰੇ ਲੜਕੇ, ਮੈਨੂੰ ਕੋਈ ਗਲਤੀ ਹੋਵੇ ਤਾਂ ਮੈਂ ਜਾਵਾਂ। ਜਦੋਂ ਉਹਦਾ ਅੰਤ ਸਮਾਂ ਆਇਆ, ਇੰਨਾ ਔਖਾ ਹੋਇਆ, ਇੰਨਾ ਔਖਾ ਬੁਰਾ ਹਾਲ ਉਹਦਾ ਹੋ ਗਿਆ, ਟੱਟੀ ਨਿਕਲ ਗਈ, ਸਾਲ ਦੋ ਸਾਲ ਮੰਜੇ ਦੇ ਪਿਆ, ਲੱਤਾਂ ਰਗੜਦਾ ਰਿਹਾ ਉਹ। ਆਖਿਰ ਰੂਪੇ ਨੇ ਇੱਕ ਦਿਨ ਬੁਲਾ ਕੇ ਕਹਿਣ ਲੱਗਿਆ ਕਿ ਰੂਪਾ, ਤੇਰੇ ਬਾਬੇ ਨੂੰ ਕਹਿ ਮੇਰੀ ਜਿੰਦ ਛੁਡਾ ਦੇਵੇ, ਭਾਵੇਂ ਲੱਖ ਲੈ ਲਵੇ, ਦੋ ਲੱਖ ਲੈ ਲਵੇ। ਉਹ ਕਹਿੰਦਾ ਹੁਣ ਭਾਵੇਂ ਸਾਰਾ ਕੁਛ ਦੇ, ਤੈਨੂੰ ਉਸ ਵੇਲੇ ਕਿਹਾ ਸੀਗਾ, ਤੂੰ ਕਹਿੰਦਾ ਸੀ ਮੈਨੂੰ ਕੀ ਕਰਜਾ, ਮੇਰੇ ਕੋਲ ਇੰਨਾ ਕੁਛ ਹੈ, ਹੁਣ ਛੁਡਾ ਤੇਰੇ ਪੈਸੇ ਨਾਲ ਛੁੱਟ ਜਾ, ਜੇ ਤੇਰੇ ਪੈਸੇ ਛੁਡਾਉਂਦੇ ਨੇ ਤਾਂ ਛੁੱਟ ਜਾ, ਹੁਣ ਤੂੰ ਕਾਰਨ ਤਾਂ ਬਦਲਾ ਲੈਣਾ ਹੀ ਲੈਣਾ ਤੇਰੇ ਕੋਲ। ਆਖਿਰ ਉਹਨੂੰ ਮਰਨਾ ਪਿਆ, ਔਖੇ ਹੋ ਕੇ ਕਾਲ ਨੇ ਫਿਰ ਉਹ ਜਾ ਕੇ ਗੋਹ ਬਣਾਈ, ਉਹਨੂੰ ਗੋਹ ਬਣ ਕੇ ਉਹਦਾ ਬਦਲਾ ਦਿੱਤਾ ਸਾਰਾ। ਫਿਰ ਵੀ ਮਸਤਾਨਾ ਜੀ ਨੇ ਜਿੰਦ ਛੁਡਾਈ, ਉਹਦੀ ਜਾ ਕੇ ਸੋਟੀ ਲਾਈ, ਗੋਹ ਨੂੰ ਫੜਕੀ ਲਿਆਏ, ਬਾਹਰ ਗਏ ਸੀ ਲੱਕੜਾਂ ਲੁੱਕੜਾਂ ਚੁਗਣ ਵਾਸਤੇ ਸਭ, ਉਹ ਲਿਆਏ ਚੱਕ ਕੇ ਫੜ ਕੇ, ਉੱਥੇ ਇੱਟਾਂ ਨਾ ਬੰਨਤੀ। ਮਸਤਾਨਾ ਜੀ ਬਾਹਰ ਆਏ, ਉਹਨਾਂ ਨੂੰ ਦਿਖਾਈ, ਮਸਤਾਨਾ ਜੀ ਨੇ ਸੋਟੀ ਲਈ ਤਾਂ ਛੋਲਾ ਛੁੱਟਿਆ ਉਹਦਾ। ਕਹਿੰਦੇ ਰੂਪਾ ਆਵਾਜ਼ ਮਾਰ ਕੇ ਕਹਿੰਦੇ, ਉਹ ਤੇਰਾ ਸਗਾ ਅਹੰਕਾਰੀ ਦੇਖ ਜਿਹੜਾ ਕਹਿੰਦਾ ਸੀ ਮੈਨੂੰ ਕੀ ਕਰਜਾ, ਉਹ ਦੇਖ ਅਗੇ ਸਾਡਾ ਅਹੰਕਾਰ ਤਾਂ ਇੰਨਾ ਕਹਿ ਨਹੀਂ। ਮਾਲਕ ਤੋਂ ਡਰ ਕੇ ਜਿਸਨੇ ਜ਼ਿੰਦਗੀ ਦਿੱਤੀ ਹੈ, ਦੋ ਮਿੰਟ, ਚਾਰ ਮਿੰਟ, ਦਸ ਮਿੰਟ ਉਹਦਾ ਬਹਿ ਕੇ ਜ਼ਰੂਰ ਗੁਣ ਗਾਉਣਾ ਚਾਹੀਦਾ ਹੈ। ਸਾਨੂੰ ਖਾਣ ਨੂੰ ਦਿੰਦਾ, ਸਭ ਕੁਛ ਪਹਿਨਣ ਨੂੰ ਦਿੰਦਾ, ਕਿਹੜੀ ਸਾਡੀ ਬਾਦਸ਼ਾਹੀ ਬਣਾਈ ਹੈ, ਤਾਂ ਉਹਦਾ ਦੋ ਮਿੰਟ ਗੁਣ ਗਾਉਣਾ ਚਾਹੀਦਾ। ਇੱਕ ਆਦਮੀ ਕਿਸੇ ਗਰੀਬ ਆਦਮੀ ਹੁੰਦਾ, ਜੇ ਕੋਈ ਉਹਨੂੰ ਕੱਪੜਾ ਨੰਗਾ ਹੋਵੇ ਤਾਂ ਕੁੜਤਾ ਦੇ ਦੇ, ਤਾਂ ਸਾਰਾ ਦਿਨ ਕਹਿੰਦਾ ਨਹੀਂ ਥੱਕਦਾ, ਫਲਾਣੇ ਨੇ ਮੈਨੂੰ ਕੁੜਤਾ ਦਿੱਤਾ, ਫਲਾਣੇ ਨੇ ਮੈਨੂੰ ਕੁੜਤਾ ਦਿੱਤਾ। ਤੇ ਜਿਹਨੇ ਸਾਨੂੰ ਐਡਾ ਕੁਛ ਦਿੱਤਾ ਸੀ, ਕਦੇ ਉਹਦਾ ਮੰਗਾਇਆ ਦੋ ਮਿੰਟ, ਕੁਛ ਕਿਹਾ ਕਦੇ ਕਿਸੇ ਨੇ? ਬਿਲਕੁਲ ਨਹੀਂ ਕਿਸੇ ਨੇ ਕਿਹਾ। ਕਹਿੰਦੇ ਤਾਂ ਸਾਡਾ ਹੀ ਹੈ ਸਭ ਕੁਛ, ਨਹੀਂ ਇਹ ਉਸ ਮਾਲਕ ਦੀ ਜਿਹਨੂੰ ਦਿੱਤੀ ਹੈ ਦਾਤ, ਉਹ ਮਿੰਟ ਚ ਲੈਣ ਵੀ ਜਾਣਦਾ। ਸਾਨੂੰ ਸੁੱਖ ਉਹਨੇ ਤਾਂ ਦਿੱਤਾ ਵੀ ਮਸਾਨੀ ਕਹਿੰਦੇ ਹੁੰਦੇ ਸੀ ਵੀ ਇਹ ਜਲੇਬੀ, ਲੱਡੂ, ਦੁੱਧ, ਘੀ, ਹਰ ਚੀਜ਼ ਮਾਲਕ ਨੇ ਕਿਉਂ ਪੈਦਾ ਕੀਤੀ ਹੈ? ਵੀ ਮੇਰਾ ਬੱਚਾ ਖਾਵੇ, ਰਾਤ ਨੂੰ ਬੈਠ ਕੇ ਮੇਰਾ ਗੁਣ ਗਾਵੇ। ਪਰ ਉਹ ਨਮਕ ਹਰਾਮੀ ਖਾ ਕੇ ਨਾ ਭੁੱਲ ਗਿਆ। ਅਸੀਂ ਐਸੇ ਨਮਕ ਹਰਾਮੀ ਆ, ਉਹਦੀ ਦਾਤ ਖਾ ਕੇ ਉਹਦੀ ਦਾਤ ਨੂੰ ਭੁੱਲ ਗਏ ਸਾਰੀ ਨੂੰ। ਅਸੀਂ ਆਪਣੀ ਬਣਾ ਲਈ, ਉਹ ਉਹਨੂੰ ਛੱਡਤਾ, ਇਹ ਸਾਡੀ ਹੈ ਸਾਰਾ ਕੁਛ। ਨਹੀਂ ਇਹ ਟਾਈਮ ਫੇਰ ਨਹੀਂ ਦੁਬਾਰਾ ਮਿਲਣਾ, ਇਹ ਬੜੀ ਮੁਸ਼ਕਿਲ, ਪਤਾ ਨਹੀਂ ਕਿਸ ਤਰੀਕੇ ਨਾਲ ਮਾਲਕ ਨੇ ਆਪਾਂ ਨੂੰ ਬਖਸ਼ਿਆ। ਹਰ ਆਦਮੀ ਚਾਹੇ ਕਿਸੇ ਨੇ ਨਾਮ ਲਿਆ ਨਹੀਂ ਲਿਆ, ਉਹ ਅਲੱਗ ਚੀਜ਼ ਹੈ, ਪਰ ਹਰ ਇੱਕ ਦਾ ਹੱਕ ਬਣਦਾ ਦੋ ਮਿੰਟ ਬੈਠ ਕੇ ਉਸਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਵੀ ਇੱਕ ਨਾਂ ਦਿੱਤਾ ਉਸਨੇ ਆਪਾਂ ਨੂੰ ਬਣਾਇਆ। ਨਾਂ ਕੱਟਿਆ ਜਾਵੇ, ਦੁਨੀਆਂ ਘੁੰਮਿਆ, ਤੁਹਾਨੂੰ ਇੱਕ ਨਾਂ ਨਹੀਂ ਕੋਈ ਬਣਾ ਕੇ ਦੇ ਸਕਦਾ ਇਸ ਨਾਂ ਦਾ। ਆਰਟੀਫਿਸ਼ਲ ਲਾ ਦੇਣਗੇ, ਨਕਲੀ ਲਾ ਦੇਣਗੇ, ਲੱਤ ਟੁੱਟ ਜਾਂਦੀ ਹੈ ਨਕਲੀ ਲਾ ਦੇਣਗੇ, ਪਰ ਅਸਲੀ ਲੱਤ, ਅਸਲੀ ਨਾਂ ਤੱਕ ਵੀ ਕੋਈ ਨਹੀਂ ਲਾ ਕੇ ਦੇ ਸਕਦਾ। ਇੱਕ ਅੱਖ ਹੈ ਤੁਸੀਂ, ਉਹ ਨਹੀਂ ਕੋਈ ਦੇ ਸਕਦਾ, ਤੇ ਉਸ ਮਾਲਕ ਦਾ ਕੀ ਆਪਾਂ ਗੁਣਗਾ ਸਕਦੇ ਹਾਂ? ਕਦੋਂ ਸੋਚਿਆ ਬੈਠ ਕੇ ਜਿਸਨੇ ਐਡਾ ਸੁੰਦਰ ਸਰੀਰ ਸਾਨੂੰ ਦਿੱਤਾ? ਸਾਡੇ ਵਰਗੇ ਦੇਖੋ ਪਿੰਗਲੇ ਵੀ ਹੁੰਦੇ ਨੇ, ਉਹਨਾਂ ਨੂੰ ਕਿਉਂ ਨਹੀਂ ਸੁੰਦਰ ਦੇਤਾ? ਪਿੰਗਲੇ ਵੀ ਜਿਹੜੇ ਲੰਗੜੇ ਲੂਲੇ ਆਉਂਦੇ ਨੇ ਪਿੱਛੋਂ, ਉਹ ਵੀ ਸਾਡੇ ਵਰਗੇ ਹੁੰਦੇ ਨੇ, ਸਾਨੂੰ ਐਡਾ ਸੁੰਦਰ ਕਿਉਂ ਦਿੱਤਾ? ਕਦੇ ਉਸ ਮਾਲਕ ਦਾ ਗੁਣ ਗਾਇਆ? ਡਰੇ ਉਹਦੇ ਕੋਲੋਂ ਕਦੇ ਵੀ ਉਹਨੂੰ ਪਿੰਗਲਾ ਕਰਤਾ, ਲੱਤਾਂ ਬਾਹਾਂ ਤੋੜਤੀਆਂ, ਤਾਂ ਸਾਡੀ ਕਿਉਂ ਨਹੀਂ ਤੋੜੀਆਂ ਬਈ? ਸਾਡੇ ਤੇ ਕੋਈ ਖਾਸ ਮਿਹਰ ਹੈ ਉਹਦੀ? ਫਿਰ ਵੀ ਨੀ ਅਸੀਂ ਮੰਨਦੇ, ਸਾਡੇ ਸਾਹਮਣੇ ਹੁੰਦਾ ਨਾਲੇ ਹਾਲ ਉਹ, ਪਰ ਅਸੀਂ ਮੰਨਦੇ ਫਿਰ ਵੀ ਨੀ ਵੀ ਜਿਵੇਂ ਉਹਨਾਂ ਨੂੰ ਕੀਤਾ ਤੇ ਸਾਨੂੰ ਵੀ ਕਰ ਸਕਦਾ ਹੋ, ਜੇ ਕਿਸੇ ਨੂੰ ਕੋਹੜੀ ਬਣਾਇਆ ਤਾਂ ਸਾਨੂੰ ਵੀ ਮਾਲਕ ਕੋਹੜੀ ਬਣਾ ਸਕਦਾ ਸੀ? ਸਾਡੇ ਇੰਨੇ ਕਰਮ ਅੱਛੇ ਆ, ਸਾਨੂੰ ਅੱਛੀ ਦੇਤੀ ਤਾਂ ਕਮ ਸੇ ਕਮ ਦੋ ਮਿੰਟ ਬੈਠ ਕੇ ਤਾਂ ਨਾ ਤਾਂ ਲੈ ਸਕਦੇ ਹਾਂ, ਉਹ ਵੀ ਸਾਡੇ ਮੂੰਹ ਨਹੀਂ ਨਿਕਲਦਾ। ਉਹ ਵੀ ਜ਼ਮਾਨਾ ਐਸਾ ਪਲਟ ਗਿਆ ਕਿ ਰੇਡੀਓ, ਕੀ ਟੈਲੀਵਿਜ਼ਨ, ਕੀ ਹੋਰ ਹੋਰ ਚੀਜ਼ਾਂ ਐਸੀਆਂ ਆ ਗਈਆਂ, ਸਾਰਾ ਕੁਛ ਹੀ ਭੁਲਾਤਾ ਉਹਨਾਂ ਨੇ। ਸੁਬਹਾ ਉੱਠਦੇ ਪਹਿਲਾਂ ਧਿਆਨ ਉੱਧਰ ਜਾਂਦਾ। ਅੱਗੇ ਜ਼ਮਾਨੇ ਦੇ ਵਿੱਚ ਕੋਈ ਚੀਜ਼ ਨਹੀਂ ਸੀ ਹੁੰਦੀ, ਕਮ ਸੇ ਕਮ ਤੜਕੇ ਉੱਠ ਕੇ ਰਾਮ ਰਾਮ ਕਹਿੰਦਾ, ਕੋਈ ਵਾਹਿਗੁਰੂ ਵਾਹਿਗੁਰੂ ਕਹਿੰਦਾ, ਦੋ ਮਿੰਟ ਯਾਦ ਤਾਂ ਕਰਦੇ ਸੀ। ਹੁਣ ਜਿਉਂ ਰਾਤ ਨੂੰ ਸੌਂਦੇ ਨੇ, ਉੱਠਣਾ ਹੀ 9 ਵਜੇ 8 ਵਜੇ, ਤਾਂ ਫਿਰ ਯਾਦ ਕਿਹੜੇ ਵੇਲੇ ਕਰਨਾ? ਨਹੀਂ, ਰਾਤ ਨੂੰ ਜਾਗਣਾ। ਮਸਾਨਾ ਜੀ ਕਹਿੰਦੇ ਜਿੰਨੇ ਕੰਮ ਕਰੋ ਆਪਣਾ ਪੇਟ ਦਾ 12 ਵਜੇ ਤੱਕ,
ਉਸ ਤੋਂ ਬਾਅਦ ਆਰਾਮ ਕਰੋ, ਰਾਤ ਨੂੰ ਜਾਗੋ, ਮਾਲਕ ਦੀ ਯਾਦ ਚ ਚੇਲ ਬਣ ਕੇ ਖੜੇ ਹੋ ਜਾਓ, ਸਾਰੀ ਰਾਤ ਉਹਦੇ ਗੁਣ ਗਾਓ। ਮਾਲਕਾ ਤਾਂ ਐਸਾ ਦਿੱਤਾ ਤੇਰਾ, ਅਸੀਂ ਕੀ ਗੁਣ ਗਾ ਸਕਦੇ ਹਾਂ? ਤਾਂ ਐਸਾ ਸਰੀਰ ਦਿੱਤਾ, ਖਾਣ ਨੂੰ ਦਿੱਤਾ, ਪਹਿਨਣ ਨੂੰ ਦਿੱਤਾ, ਤੇ ਅਸੀਂ ਦੇਸ਼ ਚ ਭੇਜਿਆ ਸਾਨੂੰ, ਤੇਰਾ ਅਸੀਂ ਕੀ ਗੁਣ ਗਾਈਏ? ਕਿਵੇਂ ਸਾਡਾ ਛੁਟਕਾਰਾ ਹੋਊਗਾ? ਉਹਦੇ ਅੱਗੇ ਫਰਿਆਦ ਕਰੋ, ਫਿਰ ਤੁਹਾਡਾ ਛੁਟਕਾਰਾ ਹੋ ਜਾਵੇ। ਉਹ ਵੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ, ਲਿਜਾਣ ਨਾਲ ਸਾਡੇ ਕੀ ਹੱਥ ਪੱਲੇ ਕੁਛ ਵੀ ਨਹੀਂ ਆ, ਖਾਲੀ ਹੱਥ ਹੈ, ਜ਼ੁਲਮ ਸਾਥ ਹੈ। ਸਿਕੰਦਰ ਨੇ ਬਥੇਰਾ ਜ਼ੁਲਮ ਕੀਤਾ ਸੀ, ਜਾਂਦਾ ਕੀ ਲੈ ਗਿਆ? ਖਾਲੀ ਹੱਥ, ਕੁਛ ਵੀ ਨਹੀਂ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਸਾਡੇ ਬਾਪ ਦਾਦੇ ਪਿੰਡਾਂ ਚ ਹੋਰ ਮੌਤਾਂ ਅਸੀਂ ਦੇਖਦੇ ਹਾਂ, ਨਾਲ ਉਹਨਾਂ ਦਾ ਕੀ ਜਾਂਦਾ? ਕੁਛ ਵੀ ਨਹੀਂ, ਖਾਲੀ ਹੱਥ ਜਾਂਦੇ ਨੇ ਸਰ। ਜੇ ਕਿਸੇ ਨੇ ਭਗਤੀ ਕੀਤੀ ਹੁੰਦੀ ਹੈ ਤਾਂ ਇਹ ਜ਼ਰੂਰ ਕਹਿਣਗੇ ਉਹ ਬੜਾ ਭਗਤ ਸੀ ਬਈ, ਉਹ ਭਗਤੀ ਜਾਂ ਉਹ ਖਿਆਲ ਉਹਦੇ ਨਾਲ ਹੈ ਨਾ ਜਿਹਨੇ ਭਗਤੀ ਕੀਤੀ। ਜਿਹੜਾ ਜ਼ਾਲਮ ਹੈ ਉਹਨੂੰ ਕਹਿਣਗੇ ਚੰਗਾ ਹੋਇਆ ਪਿੱਛਾ ਛੁੱਟਿਆ, ਜ਼ਾਲਮ ਸੀਗਾ। ਤੇ ਮਾਲਕ ਦੇ ਘਰ ਚ ਅਸੀਂ ਸਾਰੇ ਹੀ ਜ਼ਾਲਮ ਆ ਜਿੰਨਾ ਚਿਰ ਅਸੀਂ ਨਾਮ ਨਹੀਂ ਜਪਦੇ, ਅਸੀਂ ਸਾਰੇ ਜ਼ੁਲਮ ਹੀ ਕਰਦੇ ਹਾਂ ਆਪਣੇ ਆਪ ਨਾਲ, ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਆਪ ਨਾਲ ਕਰਦੇ ਹਾਂ। ਜੇ ਅਸੀਂ ਮਾਲਕ ਦਾ ਨਾਮ ਨਹੀਂ ਜਪਦੇ ਤਾਂ ਅਸੀਂ ਆਪਣੇ ਆਪ ਨਾਲ ਕਹਿਰ ਕਰਦੇ ਹਾਂ, ਜ਼ੁਲਮ ਕਰਦੇ ਹਾਂ ਅਸੀਂ, ਮਾਲਕ ਨਾਲ ਨਹੀਂ, ਉਹਦੇ ਘਰ ਕੋਈ ਨਹੀਂ, ਅਸੀਂ ਆਪਣੇ ਨਾਲ ਠੱਗੀ ਕਰਦੇ ਹਾਂ। ਸਾਡਾ ਐਵੇਂ ਵਕਤ ਗੁਜ਼ਰਦਾ ਜਾਂਦਾ ਹੈ ਇਹਨਾਂ ਕੰਮਾਂ 'ਚ, ਜ਼ਮੀਨਾਂ ਬਣਾ ਲਈਆਂ, ਜਾਇਦਾਦਾਂ ਬਣਾ ਲਈਆਂ, ਬੱਚੇ ਪੈਦਾ ਹੋ ਗਏ, ਅੱਗੇ ਵਾਸਤੇ ਇਹਨਾਂ ਦਾ ਅਸੀਂ ਇਹ ਕਰਨਾ, ਉਹ ਕਰਨਾ, ਸਾਰੇ ਧੰਦੇ ਖਤਮ। ਜਦੋਂ ਬੁਲਾਵਾ ਆਇਆ ਮਿੰਟ ਦੇ ਵਿੱਚ, ਚੱਲ ਬਈ ਤੈਨੂੰ ਕਿਸ ਮਤਲਬ ਲਈ ਭੇਜਿਆ ਸੀ? ਜੇ ਕਿਸੇ ਨੂੰ ਕਮਰਾ ਆਪਾਂ ਕਿਰਾਏ 'ਤੇ ਦਿੰਦੇ ਹਾਂ, ਜੇ ਕਮਰੇ ਦੀ ਸਫਾਈ ਨਾ ਰੱਖੂ ਤਾਂ ਆਪਾਂ ਨੂੰ ਚੰਗਾ ਸਮਝਾਂਗੇ? ਜੇ ਕਮਰੇ ਦੀ ਸਫਾਈ ਨਾ ਰੱਖੂ ਤਾਂ ਆਪਾਂ ਨੂੰ ਚੰਗਾ ਸਮਝਾਂਗੇ? ਨਹੀਂ ਸਮਝਦੇ। ਆਖਿਰ ਉਹ ਹਿਸਾਬ ਲਵਾਂਗੇ, ਜਿੰਨਾ ਤੂੰ ਖਰਾਬ ਕੀਤਾ ਕਮਰੇ ਨੂੰ ਮੁਰੰਮਤ ਕਰਾ ਕੇ ਜਾ ਬਈ। ਕਾਲ ਨੇ ਸਾਨੂੰ ਸਰੀਰ ਦਿੱਤਾ, ਜੇ ਅਸੀਂ ਇਹਦੀ ਸੰਭਾਲ ਨਹੀਂ ਕਰਾਂਗੇ, ਇਹਦੇ 'ਚ ਕੁਛ ਕੱਢਾਂਗੇ ਨਹੀਂ, ਕੱਲ੍ਹ ਵੀ ਸਾਨੂੰ ਉਹ ਕਰਕੇ ਜਾ ਠੀਕ, ਸਾਡੇ ਕੋਲ ਉਹਨਾਂ ਹੋਣਾ ਨਹੀਂ, ਉਹ ਕੋਈ ਚੰਗਾ ਦੇ ਬਦਲਾ ਇਹਦਾ ਸਿੱਧੇ ਨਰਕਾਂ 'ਚ ਇਹਨੂੰ, ਉਹਦਾ ਬਦਲਾ ਸਾਨੂੰ ਨਰਕ ਮਿਲਣਗੇ, ਨਰਕਾਂ ਦੇ ਵਿੱਚ ਪਾਪ ਹੀ ਪਾਪ ਹੈ, ਫਿਰ ਅਸੀਂ ਜੁਨੀਆਂ ਦੇ ਵਿੱਚ ਪੈਂਦਾ, ਫਿਰ ਜੁਗਾਂ ਦੇ ਜੁਗ ਟੱਪ ਜਾਂਦੇ ਨੇ ਉੱਥੇ ਹੀ। ਉਸ ਅੱਗ ਤੋਂ ਡਰਦੇ ਮਾਰੇ, ਜਿਹੜਾ ਕੁੰਭੀ ਨਰਕ ਹੈ ਜਾਂ ਅੱਗੇ ਜਿਹੜੀ ਅੱਗ ਕਾਲ ਦੀ, ਉਸ ਤੋਂ ਡਰਦੇ ਮਾਰੇ ਫਕੀਰ, ਮਤਲਬ ਬਾਦਸ਼ਾਹੀਆਂ ਛੱਡ ਕੇ ਫਕੀਰ ਬਣਦੇ ਨੇ, ਐਵੇਂ ਕੋਈ ਨਹੀਂ ਬਣਦਾ, ਕਿਸੇ ਨੂੰ ਕੋਈ ਦਰਦ ਨਹੀਂ। ਮੌਤ ਇੱਕ ਐਸੀ ਚੀਜ਼ ਹੈ ਇਸ ਨੂੰ ਕੋਈ ਫਤਿਹ ਨਹੀਂ ਕਰ ਸਕਦਾ, ਸਭ ਤੇ ਆਉਣੀ ਆਉਣੀ ਹੈ, ਜ਼ੋਰ ਲਾ ਲਓ ਚਾਹੇ ਕੋਈ ਵੀ ਕਿੰਨਾ। ਜੇ ਕੋਈ ਕਹਿ ਦੇ ਮੈਂ ਕੁਛ, ਦੇਖੋ ਰਾਵਣ ਕਿੱਡਾ ਵੱਡਾ ਸੀਗਾ, ਉਹਨੇ ਮੌਤ ਵੀ ਪੌੜੇ ਨਾਲ ਬੰਨੀ ਹੋਈ ਸੀ, ਮੌਤ ਜਿੱਤੀ ਹੋਈ ਸੀ, ਜਦੋਂ ਉਹਦਾ ਟਾਈਮ ਆਇਆ ਤਾਂ ਉਹ ਵੀ ਨਹੀਂ ਬਚ ਸਕਿਆ ਉਹਦੇ ਕੋਲੋਂ, ਆਖਿਰ ਮੌਤ ਨੇ ਉਹਨੂੰ ਵੀ ਘੇਰਿਆ। ਅੱਜ ਤੱਕ ਕੋਈ ਸੂਰਮਾ ਮੌਤ ਤੋਂ ਨਹੀਂ ਬਚਿਆ, ਮੌਤ ਤੋਂ ਬਚਿਆ ਜੋ ਪਰਮ ਸੰਤਾਂ ਦੇ ਨਜ਼ਦੀਕ ਜਾ ਕੇ ਲੱਗਿਆ, ਕਿਸੇ ਸੰਤਾਂ ਦੇ ਚਰਨਾਂ 'ਚ ਬੈਠਿਆ, ਕਿਸੇ ਬ੍ਰਿਕਸ਼ ਦੀ ਠੰਡੀ ਛਾਂ ਥੱਲੇ ਬੈਠਿਆ, ਉਹਨੂੰ ਸੁੱਖ ਮਿਲਿਆ, ਦੂਜਾ ਕਿਸੇ ਨੂੰ ਸੁੱਖ ਨਹੀਂ ਮਿਲਿਆ। ਗਰਮੀ ਤਪਤ ਕੋਲੋਂ ਬਚਦਾ ਜਿਹੜਾ ਠੰਡੀ ਛਾਂ 'ਤੇ ਜਾ ਕੇ ਬੈਠੇ, ਛਾਂ ਦਰਖਤ ਥੱਲੇ, ਅਤੇ ਨਹੀਂ ਤਾਂ ਸਾਰੇ ਅੱਗੇ ਛੱਡਦੇ ਨੇ। ਅਸੀਂ ਸਾਰੇ ਅੱਗੇ ਛੱਡਦੇ ਹਾਂ, ਜਿੰਨਾ ਚਿਰ ਕਿਸੇ ਫਕੀਰ ਦੇ ਨੇੜੇ ਨਹੀਂ ਲੱਗਦੇ ਉਹਨਾਂ ਚਿਰ ਸਾਨੂੰ ਸ਼ਾਂਤੀ ਨਹੀਂ ਮਿਲਦੀ, ਠੰਡਕ ਨਹੀਂ ਮਿਲਦੀ ਸਾਨੂੰ, ਫਕੀਰ ਛਟਾਉਂਦੇ ਕੁਛ ਨਹੀਂ। ਉਹ ਕਹਿੰਦੇ ਬਾਲ ਬੱਚਿਆਂ 'ਚ ਰਹੋ, ਜਦੋਂ ਅਸੀਂ ਆਪਣਾ ਨਾਮ ਜਪਾਂਗੇ ਸਾਡਾ ਸਤਿਗੁਰੂ ਸਾਡੇ ਨਾਲ ਹੈ, ਦੂਰ ਨਹੀਂ ਹੈ, ਉਹ ਇੱਕ ਰਸਤਾ ਦਿਖਾਉਂਦੇ ਨੇ। ਵਿੱਦਿਆ ਸਾਡੇ ਅੰਦਰ ਹੁੰਦੀ ਹੈ, ਮਾਸਟਰ ਦੱਸ ਦਿੰਦਾ ਵੀ ਤੁਹਾਡੀ ਵਿੱਦਿਆ ਜਿਹੜੀ ਹੈ ਅਲਫ ਇਸ ਤਰ੍ਹਾਂ ਲਿਖਣਾ, ਬੇ ਇਸ ਤਰ੍ਹਾਂ ਲਿਖਣੀ ਹੈ, ਜਾਂ ਕੈ ਇਸ ਤਰ੍ਹਾਂ ਲਿਖਣਾ, ਖੈ ਇਸ ਤਰ੍ਹਾਂ ਲਿਖਣਾ। ਸਾਡੇ ਅੰਦਰੋਂ ਸਾਨੂੰ ਗਿਆਨ ਦੇ ਕੇ ਪ੍ਰਾਪਤ ਗਿਆਨ ਕਰਾਉਂਦਾ ਉਹ, ਤੇ ਸਾਨੂੰ ਪਤਾ ਲੱਗਦਾ ਵੀ ਹਾਂ ਇਹ ਸਾਡੇ ਅੰਦਰ ਹੀ ਸੀ ਬਈ। ਉਹ ਕੋਈ ਚੀਜ਼ ਐਸੀ ਨਹੀਂ ਵੀ ਜੇਬ 'ਚ 10 ਰੁਪਏ ਦਾ ਨੋਟ ਹੈ ਕਿਸੇ ਨੇ ਕੱਢ ਲਿਆ ਤਾਂ ਚੋਰੀ ਹੋ ਗਿਆ। ਜੇ ਤੁਸੀਂ BA MA 10 ਪੜ੍ਹੇ ਹੋ, 2 ਪੜ੍ਹੇ ਹੋ, 4 ਪੜ੍ਹੇ ਹੋ, ਜਿੰਨਾ ਵੀ ਪੜ੍ਹੇ ਹੋ, ਤੁਹਾਡੀ ਜੇਬ 'ਚ ਹੈ ਤਾਂ ਕੋਈ ਕੱਢ ਨਹੀਂ ਸਕਦਾ, ਕਿਉਂ ਦਿਖਣ ਵਾਲੀ ਚੀਜ਼ ਨਹੀਂ। ਇਸੇ ਤਰ੍ਹਾਂ ਜਿਹੜੀ ਰਾਮ ਨਾਮ ਦੀ ਦਲ ਤਾਂ ਦਿਖਣ ਵਾਲੀ ਨਹੀਂ, ਉਹਨੂੰ ਕਾਲ ਖੋ ਨਹੀਂ ਸਕਦਾ। ਜਿੰਨੀਆਂ ਅਸੀਂ ਬਾਹਰ ਪੂਜਾ ਪਾਠ ਕਰਦੇ ਹਾਂ ਉਹ ਸਭ ਕਾਲ ਦੇ ਚੱਕਰ 'ਚ ਨਹੀਂ, ਅਸੀਂ ਵਡਿਆਈ 'ਚ ਕਰਦੇ ਹਾਂ, ਅਹੰਕਾਰ 'ਚ ਕਰਦੇ ਹਾਂ, ਦਿਖਾਵੇ ਦੀ ਕਰਦੇ ਹਾਂ,
ਉਹ ਕਾਰਡ ਖੋਲੂਗਾ, ਜਿਹੜੀ ਚੀਜ਼ ਦਿਖਾਵੇਗੀ ਆ ਸਾਹਮਣੇ ਆ ਉਹ ਕਾਰਡ ਨੇ ਖੋਹ ਲੈਣੀ ਇੱਕ ਦਿਨ। ਜਦੋਂ ਲਿਜਾਂਦਾ ਇਹਨੂੰ ਪਿਆਸ ਲੱਗਦੀ ਆ ਕਿ ਕਹਿੰਦਾ ਲਿਆਵੇ, ਤਾਂ ਕਹਿੰਦਾ ਮੈਨੂੰ ਪਿਆਸ ਲੱਗੀ ਆ, ਕਹਿੰਦਾ ਕੱਢ ਤੇਰੇ ਕੋਲ ਕੁਛ ਹੈ, ਕਹਿੰਦਾ ਮੈਂ ਇੰਨੀ ਪੂਜਾ ਕੀਤੀ ਸੀ ਉਹਦਾ ਫਰਕ ਦੇ, ਕਾਰਡ ਖੋਹ ਲੈਂਦਾ ਉੱਥੇ ਹੀ। ਪੁਲਿਸ ਫੜ ਕੇ ਲੈ ਜਾਂਦੀ ਆਦਮੀ ਨੂੰ, ਜਾਂਦੇ ਜਾਂਦੇ ਰਸਤੇ ਥਾਣੇ ਤੱਕ ਖੋਹ ਲੈਂਦੇ ਕਿ ਨਹੀਂ ਪੈਸੇ ਉਹਦੇ ਕੋਲ, ਜੇਬ ਖਾਲੀ ਕਰ ਦਿੰਦੇ ਸਾਰੀ। ਪੁਲਿਸ ਥਾਣੇ ਤੱਕ ਜਾਂਦੇ ਜਾਂਦੇ ਸਾਰਾ ਕੁਝ ਜੇਬ ਖਾਲੀ ਕਰੇ, ਹੋਟਲ ਤੇ ਬਹਿ ਗਏ, ਚਾਹ ਪਾਣੀ ਪੀ ਲਿਆ, ਰੋਟੀ ਖਾ ਲਈ, ਜੇਬ ਖਾਲੀ ਉਹਦੀ, ਭਰਨੇ ਉਹਨੂੰ ਪੈਂਦੇ ਨੇ। ਤੇ ਜੇ ਉਹਦੇ ਕੋਲ ਜੇਬ 'ਚ ਕੁਛ ਨਾ ਹੋਵੇ, ਜਿਹੜੀ ਉਹਦੇ ਕੋਲ ਦੌਲਤ ਹੈ ਜਾਂ ਪੜ੍ਹਾਈ ਹੈ ਉਹਦੇ ਕੋਲ, ਉਹ ਤਾਂ ਨਹੀਂ ਥਾਣੇਦਾਰ ਜਾਂ ਸਿਪਾਹੀ ਖੋਲ ਸਕਦੇ। ਪੜ੍ਹਾਈ ਤਾਂ ਇੱਕ ਅੱਡ ਚੀਜ਼ ਹੈ, ਵਿੱਦਿਆ ਅੱਡ ਚੀਜ਼ ਹੈ, ਰਾਮ ਨਾਮ ਦੀ ਦੌਲਤ ਇੱਕ ਅੱਡ ਚੀਜ਼ ਹੈ। ਜਿਹੜੀ ਬਾਹਰ ਮੁਖੀ ਪੂਜਾ ਪਾਠ ਅਸੀਂ ਕਰਦੇ ਹਾਂ ਉਹ ਠੀਕ ਹੈ, ਸਾਡਾ ਹਿਰਦਾ ਉਹਦੇ ਨਾਲ ਸਾਫ਼ ਹੋ ਜਾਂਦਾ, ਪਰ ਮੁਕਤੀ ਨਹੀਂ ਉਹਦੇ ਵਿੱਚ ਹੈ। ਹਿਰਦਾ ਸਾਫ਼ ਹੋ ਜੂਗਾ, ਦੀਨਤਾ ਆ ਜੂਗੀ, ਪਰ ਮੁਕਤੀ ਦਾ ਸਾਧਨ ਜਿਹੜਾ ਹੈ ਇਹ ਪਰਮ ਸੰਤਾਂ ਦੇ ਨਾਮ ਤੋਂ ਬਿਨਾਂ ਬਾਹਰ ਕਿਤੇ ਵੀ ਨਹੀਂ ਹੈ। ਹਾਂਜੀ, ਸਤਿਗੁਰੂ ਤੇਰਾ ਯਾਸ। ਸਜ ਧਜ ਕੇ ਜਿਸ ਦਿਨ ਮੌਤ ਕੀ ਸਹਿਜਾਦੀ ਆਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਸਜ ਧਜ ਕੇ ਜਿਸ ਦਿਨ ਮੌਤ ਕੀ ਸਹਿਜਾਦੀ ਆਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਸਾਡੇ ਖਿਆਲ ਐਸੇ ਨੇ, ਕੋਈ ਸ਼ਾਹੂਕਾਰ ਜਾਂਦਾ ਸੀਗਾ, ਉਹਦੇ ਕੋਲ ਘਿਓ ਦਾ ਘੜਾ ਸੀ। ਪਹਿਲੇ ਪੁਰਾਣੇ ਜ਼ਮਾਨੇ 'ਚ ਘੜੇ ਦੇ ਉੱਤੇ ਘਿਓ ਲੱਗੇ, ਘੜਿਆਂ 'ਚ ਪਾ ਕੇ ਲਿਜਾਂਦੇ ਹੁੰਦੇ ਸੀ। ਤਾਂ ਉਹ ਕਹਿੰਦਾ ਵੀ ਮੈਨੂੰ ਕੋਈ ਨੌਕਰ ਮਿਲ ਜਾਵੇ, ਪਿੰਡ 'ਚ ਗਿਆ ਤਾਂ ਉਹਨੂੰ ਕੋਈ ਨੌਕਰ ਦੇ ਮਿਲ ਗਿਆ, ਉਸਨੂੰ ਉਹਨੂੰ ਘੜਾ ਚੁਕਾ ਕੇ ਉਹ ਲਈ ਜਾਂਦਾ ਰਸਤੇ 'ਚ। ਨੌਕਰ ਸੋਚਦਾ ਵੀ ਮੈਨੂੰ ਉਹਦੇ ਦੋ ਆਨੇ ਮਿਲਣਗੇ, ਤਾਂ ਦੋ ਆਨੇ ਦੀ ਮੈਂ ਮੁਰਗੀ ਲਊਂਗਾ, ਮੁਰਗੀ 'ਚ ਫਿਰ ਬੱਚਾ ਹੋਊਗਾ, ਫਿਰ ਕਈ ਬੱਚੇ ਹੋ ਜਾਣਗੇ, ਫਿਰ ਕਿੰਨੀਆਂ ਮੁਰਗੀਆਂ ਹੋ ਜਾਣਗੀਆਂ, ਫਿਰ ਮੈਂ ਵੇਚ ਕੇ ਬੱਕਰੀਆਂ ਲੈ ਲੂੰਗਾ, ਬੱਕਰੀਆਂ ਵੇਚ ਕੇ ਮੱਝਾਂ ਲੈ ਲੂੰਗਾ, ਮੱਝਾਂ ਵੇਚ ਕੇ ਫਿਰ ਮੇਰਾ ਮਤਲਬ ਇੰਨੀਆਂ ਸਾਰੀਆਂ ਮੱਝਾਂ ਹੋ ਜਾਣਗੀਆਂ, ਫਿਰ ਮੈਂ ਉਹਨਾਂ ਨੂੰ ਵੇਚ ਕੇ ਇੱਕ ਮਹਿਲ ਬਣਾਊਂਗਾ, ਫਿਰ ਮੈਂ ਆਪਣੀ ਸ਼ਾਦੀ ਕਰੂੰਗਾ। ਸੋਚੀ ਜਾਂਦਾ, ਅੱਛਾ ਲੜਾਈ ਜਾਂਦਾ ਅਸ਼ੇਕ ਚੀਲੀ ਨੂੰ, ਤੇ ਫਿਰ ਮੇਰੇ ਬਾਲ ਬੱਚੇ ਹੋ ਜਾਣਗੇ, ਉਸ ਤੋਂ ਬਾਅਦ ਮੈਨੂੰ ਲੈ ਕੇ ਕਹਿਣਗੇ ਕਿ ਲੈ ਬਾਪੂ ਰੋਟੀ ਖਾ, ਮੈਂ ਕਹੂੰਗਾ ਮੈਂ ਨਹੀਂ ਖਾਂਦਾ। ਉਹ ਐਂ ਕੀਤਾ ਉਹ ਘੜਾ ਥੱਲੇ ਡਿੱਗ ਗਿਆ, ਘੜਾ ਥੱਲੇ ਡਿੱਗ ਗਿਆ, ਸਾਰਾ ਘਿਓ ਟੁੱਟ ਗਿਆ, ਘਿਓ ਡੁੱਲ ਗਿਆ, ਤੇ ਮਾਲਕ ਕਹਿਣ ਲੱਗਿਆ ਭਲੇ ਮਾਲਕ ਤੂੰ ਮੇਰਾ ਸਾਰਾ ਘਿਓ ਡੋਲਦਾ। ਉਹ ਕਹਿੰਦਾ ਤੇਰਾ ਘਿਓ ਰੋਲਦਾ ਘਿਓ ਨੂੰ, ਤੇਰਾ ਤਾਂ ਘਿਓ ਗਿਆ, ਮੇਰਾ ਸਾਰਾ ਕੁੜਵਾ ਹੀ ਚਲਾ ਗਿਆ, ਤੇਰਾ ਤਾਂ ਘਿਓ ਗਿਆ, ਮੇਰਾ ਕੁੜਵਾ ਚਲਾ ਗਿਆ ਸਾਰਾ। ਅਸੀਂ ਇਹ ਸਾਡੇ ਖਿਆਲ ਨੇ, ਛੋਟਾ ਹੈ ਤੂੰ, ਕਿਤਨੇ ਬੜੇ ਅਰਮਾਨ ਹੈ ਤੇਰੇ, ਪੱਲੇ ਕੁਛ ਵੀ ਨਹੀਂ ਖਿਆਲ, ਅਸੀਂ ਪਤਾ ਨਹੀਂ ਕੀ ਕਰ ਦਿੰਦੇ, ਇਹ ਕਰ ਲਾਂਗੇ, ਇਹ ਕਰ ਲਾਂਗੇ, ਉਹ ਕਰ ਲਾਂਗੇ, ਪੱਲੇ ਕੁਛ ਵੀ ਨਹੀਂ ਸਾਡੇ।
ਜਵਾਨੀ ਅਜੇ ਮਿਲਣੀ ਹੈ, ਖਿਆਲ ਕਿੱਥੇ ਤੱਕ ਪਹੁੰਚਿਆ ਹੋਇਆ ਮਹਿਲਾਂ ਤੱਕ, ਅਜੇ ਮਜ਼ਦੂਰੀ ਕਰਨੀ ਹੈ ਉਹਨੇ, ਪਤਾ ਨਹੀਂ ਕਿੱਥੇ ਜਾ ਕੇ ਜਵਾਨੀ ਮਿਲੇਗੀ, ਖੈਰ ਮਿਲਣੀ ਕਿ ਨਹੀਂ ਮਿਲਣੀ ਹੈ ਵੀ, ਅਤੇ ਖਿਆਲ ਕਿੱਥੇ ਕਿੱਥੇ ਚੜਾਇਆ ਸਾਨੂੰ, ਇਸ ਤਰ੍ਹਾਂ ਸਾਡੇ ਨਾਲ ਰੋਜ਼ ਹੁੰਦੀ ਹੈ। ਖਿਆਲ ਤਾਂ ਅਸੀਂ ਅਸਮਾਨਾਂ ਚੜਾਏ ਹੋਏ ਨੇ, ਜ਼ਮੀਨ ਪਾ ਕੇ ਅਸੀਂ ਇਹ ਕਰ ਲਾਂਗੇ ਵੋ ਕਰ ਲਾਂਗੇ, ਮਹਿਲ ਪਾ ਲਾਂਗੇ, ਮਾੜੀਆਂ ਪਾ ਲਾਂਗੇ, ਫਿਰ ਇੰਨੇ ਜ਼ਮੀਨਾਂ ਹੋਰ ਖਰੀਦ ਲਾਂਗੇ, ਜਦ ਨੂੰ ਇਹਨੇ ਆਵਾਜ਼ ਆ ਜਾਂਦੀ ਉੱਤੋਂ ਚੱਲ ਬਈ ਘੰਟਾ ਖੜਕ ਗਿਆ, ਹੋ ਤਿਆਰ, ਸ਼ਾਬਾ, ਚੱਕ ਬੋਰ ਮਿਸਟਰ ਸਾਹਿਬ ਤੇਰਾ, ਦੇਖਦਾ ਵੀ ਕਿੱਧਰ ਗਿਆ ਸਾਰਾ ਮੇਰਾ ਕੁਛ, ਹਾਂਜੀ ਛੋਟਾ ਹੈ ਤੂੰ ਕਿਤਨਾ ਬੜਾ ਰਮੈਨ ਹੈ ਤੇਰੇ, ਮਿੱਟੀ ਕਾ ਤੂੰ ਮਿੱਟੀ ਕੇ ਸਭ ਸਾਮਾਨ ਹੈ ਤੇਰੇ, ਸਾਰੇ ਸਮਾਨ ਸਾਡੇ ਮਿੱਟੀ, ਅਸੀਂ ਵੀ ਮਿੱਟੀ, ਸਾਡੇ ਸਮਾਨ ਵੀ ਮਿੱਟੀ, ਹਾਂਜੀ ਛੋਟਾ ਹੈ ਤੂੰ ਕਿਤਨੇ ਬੜੇ ਅਰਮਾਨ ਹੈ ਤੇਰੇ, ਮਿੱਟੀ ਕਾ ਤੂੰ ਮਿੱਟੀ ਕੇ ਸਭ ਸਾਮਾਨ ਹੈ ਤੇਰੇ, ਮਿੱਟੀ ਕੀ ਕਾਇਆ ਮਿੱਟੀ ਮੇ ਜਿਸ ਦਿਨ ਸਮਾਏਗੀ, ਨਾ ਸੋਨਾ ਦਾਮ ਆਏਗਾ ਨਾ ਚਾਂਦੀ ਆਏਗੀ, ਸਜ ਧਜ ਕੇ ਜਿਸ ਦਿਨ ਮੌਤ ਕੀ ਤੈ ਜਾਂਦੀ ਆਏਗੀ, ਨਾ ਸੋਨਾ ਦਾਮ ਆਏਗਾ ਨਾ ਚਾਂਦੀ ਆਏਗੀ। ਤਕਰੀਬਨ ਪੜ੍ਹਿਆ ਲਿਖਿਆ ਨੇ ਸਭ ਨੇ ਪੜ੍ਹਿਆ, ਸਿਕੰਦਰ ਇੱਕ ਬਾਦਸ਼ਾਹ ਸੀ, ਉਹਨੇ ਦਿਲ 'ਚ ਸੋਚਿਆ ਮੈਂ ਸਾਰੀ ਦੁਨੀਆ ਫਤਿਹ ਕਰਾਂ, ਮਕਦੂਨੀਆ ਤੋਂ ਚੱਲਿਆ, ਜਿੱਤਿਆ, ਜਿੱਤਦਾ ਇੱਥੇ ਆ ਗਿਆ ਹਿੰਦੁਸਤਾਨ ਦੇ ਵਿੱਚ, ਕਈ ਮਹੀਨੇ ਸਾਲ ਹੋ ਗਏ ਉਹਨੂੰ ਨਿਕਲੇ ਨੂੰ ਕਰੋ, ਦੁਨੀਆਂ ਨੂੰ ਫਤਿਹ ਕਰਦਾ ਕਰਦਾ, ਅਤੇ ਇੱਥੇ ਆ ਕੇ ਉਹਨੂੰ ਬੁਖਾਰ ਹੋ ਗਿਆ, ਉਹਨੇ ਇੱਕ ਵਾਰੀ ਮਜ਼ੂਮੀਆਂ ਨੂੰ ਹੱਥ ਦਿਖਾਇਆ, ਉਹਨਾਂ ਤੋਂ ਪੁੱਛਿਆ ਵੀ ਮੇਰੀ ਮੌਤ ਦੱਸੋ ਕਿ ਕਦੋਂ ਹੋਊਗੀ, ਅਤੇ ਉਹਨਾਂ ਨੇ ਹੱਥ ਦੇਖਿਆ, ਹੱਥ ਦੇਖ ਕੇ ਕਹਿਣ ਲੱਗੇ ਵੀ ਇਹਦੀ ਮੌਤ ਆ ਗਈ ਨੇੜੇ, ਬਾਦਸ਼ਾਹ ਹੈ ਇੰਝ ਜੇ ਕਹਾਂਗੇ ਤੇਰੀ ਮੌਤ ਕੱਲ੍ਹ ਨੂੰ ਜਾਂ ਪਰਸੋਂ ਨੂੰ ਜਾਂ ਨੇੜੇ ਹੈ, ਹੋ ਸਕਦਾ ਸਾਨੂੰ ਮਰਾ ਨਾ ਦੇਵੇ। ਉਹ ਕਹਿਣ ਲੱਗੇ ਬਾਦਸ਼ਾਹ ਜਦੋਂ ਲੋਹੇ ਦੀ ਧਰਤੀ ਸੋਨੇ ਦਾ ਆਸਮਾਨ ਹੋਊਗਾ ਉਸ ਵੇਲੇ ਤੇਰੀ ਮੌਤ ਹੈ। ਉਹ ਕਹਿਣ ਲੱਗਿਆ ਨਾ ਸੋਨੇ ਲੋਹੇ ਦਾ ਧਰਤੀ ਹੋਵੇ, ਨਾ ਸੋਨੇ ਦਾ ਆਸਮਾਨ ਹੋਵੇ, ਨਾ ਮੇਰੀ ਮੌਤ ਹੋਵੇ। ਬੜਾ ਖੁਸ਼ ਹੋਇਆ, ਬੁਖਾਰ ਹੋ ਗਿਆ ਚੱਲਦੇ ਚੱਲਦੇ, ਬੁਖਾਰ ਹੋਰ ਤੇਜ਼ ਹੋ ਗਿਆ, ਵਾਜਬੂਟ ਸਾਰੇ ਨਾਲ ਹੁੰਦੇ ਨੇ, ਦਵਾਈ ਕੋਈ ਅਸਰ ਨਾ ਕਰੇ, ਕਿਉਂ ਆਖਰੀ ਘੰਟੀ ਖੜਕਣ ਵਾਲੀ ਹੋ ਗਈ। ਤਾਂ ਕਹਿਣ ਲੱਗਿਆ ਵੀ ਮੈਨੂੰ ਤਾਂ ਤੁਸੀਂ ਲਟਾ ਦਿਓ, ਮੈਂ ਤਾਂ ਚੱਲਿਆ ਨਹੀਂ ਜਾਂਦਾ। ਉਹ ਕਹਿੰਦੇ ਵੀ ਅੱਗੇ ਚੱਲਦੇ ਹਾਂ ਆਪਾਂ, ਕਿਤੇ ਛਾਂ ਦਰਖਤ ਕੋਈ ਆ ਗਿਆ ਤੈਨੂੰ ਉੱਥੇ ਲਟਾ ਦਾਂਗੇ। ਹੋਰ ਅੱਗੇ ਗਏ, ਮੀਲ ਗਏ, ਦੋ ਮੀਲ ਗਏ, ਕੰਨ ਛਾਂ ਨਹੀਂ ਮਿਲੀ ਕਿਤੇ, ਬੇਬਸ ਹੋ ਗਿਆ ਉਹਨਾਂ ਨੇ। ਉਹ ਕਹਿੰਦਾ ਵੀ ਹੁਣ ਇਹ ਤੋਂ ਅੱਗੇ ਨਹੀਂ ਚੱਲਿਆ ਜਾਂਦਾ, ਬਸ ਇੱਥੇ ਮੈਂ ਲਟਾ ਦਿਓ। ਮਤਲਬ ਜਰਾ ਬੰਦ ਹੁੰਦਾ ਉਹਨਾਂ ਦੇ, ਇੱਥੇ ਪਾਉਂਦੇ ਨੇ ਉਹ ਲੜਾਈ ਦੇ ਵਿੱਚ, ਇਹਦੇ 'ਚ ਗੋਲੀ ਜਾਂ ਤਲਵਾਰ ਅਸਰ ਨਹੀਂ ਕਰਦੀ। ਉਹਨਾਂ ਨੇ ਥੱਲੇ ਵਿਛਾ ਤਾ, ਥੱਲੇ ਵਿਛਾ ਕੇ ਲਟਾਤਾ, ਉੱਤੇ ਛਤਰ ਤਾਂ ਹੁੰਦਾ ਹੀ ਹੈ ਬਾਦਸ਼ਾਹ ਦੇ ਕੋਲ, ਛਤਰ ਉੱਤੇ ਛਾਇਆ ਕਰਤੀ, ਛਤਰ ਥੱਲੇ ਮੜਿਆ ਸੀ ਸੋਨੇ ਦਾ ਤਾਰਾਂ ਦਾ। ਅਤੇ ਜਦੋਂ ਮੌਤ ਆਉਂਦੀ ਹੈ ਤਾਂ ਇਹਨੂੰ ਸਾਰਾ ਚਾਨਣ ਹੋ ਜਾਂਦਾ, ਉਸ ਵੇਲੇ ਆਪਣੇ ਆਪ ਸੁੱਜ ਜਾਂਦਾ ਇਸ ਨੂੰ। ਅਤੇ ਉਹਦੇ ਅੰਦਰ ਖੜਕ ਗਈ ਵੀ ਲੋਹੇ ਦਾ ਅਸਮਾਨ ਹੋ ਗਈ ਧਰਤੀ ਜਿਹੜਾ ਇਹ ਵਿਛਾ ਤਾ, ਅਤੇ ਉੱਤੇ ਸੋਨੇ ਦਾ ਛਤਰ ਤੇਰੇ ਆ ਗਿਆ, ਸੋਨੇ ਦਾ ਬਣ ਗਿਆ ਅਸਮਾਨ, ਵੀ ਹੁਣ ਤੇਰੀ ਤਿਆਰੀ ਹੈ। ਕਹਿਣ ਲੱਗਿਆ ਵੀ ਮੇਰੀ ਮਾਂ ਨੂੰ ਮਿਲਾ ਦਿਓ, ਹੁਣ ਮਾਂ ਹਜ਼ਾਰਾਂ ਤੋਂ ਦੂਰ, ਕਿੱਥੇ ਮਕਦੂਨੀਆ ਕਿੱਥੇ ਹਿੰਦੁਸਤਾਨ। ਅਤੇ ਕਹਿਣ ਲੱਗਿਆ ਵੀ ਮੁਸ਼ਕਿਲ ਹੈ, ਮਾਂ ਤਾਂ ਨਹੀਂ ਮਿਲ ਸਕਦੀ। ਕਹਿੰਦਾ ਕੁਛ ਵੀ ਕਰੋ, ਕਿਸੇ ਕੀਮਤ 'ਤੇ, ਕਿੰਨਾ ਵੀ ਖਰਚਾ ਹੋਵੇ, ਤੁਸੀਂ ਮੇਰੀ ਮਾਂ ਨੂੰ ਮਿਲਾ ਦਿਓ।
ਕਹਿੰਦੇ ਬਾਦਸ਼ਾਹ ਕਿਸੇ ਕੀਮਤ ਤੇ ਨਹੀਂ ਹੁਣਾ ਸਕਦੀ, ਤੇਰੇ ਤਾਂ ਸਾਹ ਹੁਣ ਥੋੜੇ ਜਿਹੇ ਰਹਿ ਗਏ, ਗਿਣਵੇਂ ਰਹਿ ਗਏ, ਤੇ ਉਹਨੂੰ ਕਿਵੇਂ ਲਿਆਵਾਂਗੇ? ਉਹ ਕਹਿੰਦਾ ਮੈਂ ਅੱਧਾ ਰਾਜ ਦੇ ਦੂੰ ਜਿਹੜਾ ਮੇਰੀ ਮਾਂ ਨੂੰ ਮੇਰੇ ਕੋਲ ਲਿਆ ਦੇਵੇ। ਕਹਿੰਦੇ ਮੁਸ਼ਕਿਲ ਹੈ। ਕਹਿੰਦਾ ਸਾਰਾ ਰਾਜ ਮੇਰਾ ਦੇ ਤਾ ਉਸਨੂੰ। ਕਹਿੰਦਾ ਹੁਣ ਤੂੰ ਸਾਰਾ ਤੇਰਾ ਹੈ ਕੀ, ਤੂੰ ਦਏਗਾ ਕੀ? ਆਖਰੀ ਪਲ ਤੇਰੇ ਰਹਿ ਗਏ, ਤੇਰੇ ਕੋਲ ਹੈ ਕੀ ਹੁਣ? ਦਏਗਾ ਕਿਸੇ ਨੂੰ ਕੀ? ਤੇ ਲਿਆਓ ਜਿਹੜਾ ਕੋਈ ਜਾ ਕੇ ਉੱਥੋਂ। ਚਲੋ ਕਰਦੇ ਕਰਦੇ ਮੌਤ ਦਾ ਬਿਲਕੁਲ ਨਜ਼ਦੀਕ ਆ ਗਈ। ਉਹ ਕਹਿਣ ਲੱਗਾ ਚੰਗਾ ਫਿਰ ਇੱਕ ਗੱਲ ਤੁਸੀਂ ਜੇ ਨਹੀਂ ਲਿਆ ਸਕਦੇ ਤਾਂ ਮੇਰੀ ਇੱਕ ਗੱਲ ਤੁਸੀਂ ਜ਼ਰੂਰ ਦੁਨੀਆਂ ਨੂੰ ਦਿਖਾਉਣਾ, ਅਰਥੀ ਚੋਂ ਮੇਰੇ ਹੱਥ ਬਾਹਰ ਕੱਢ ਦਿਓ ਔਰ ਮਹਾਰਾਜ ਲਾਇਓ ਵੀ ਜ਼ੁਲਮ ਸਾਥ ਹੈ ਖਾਲੀ ਹੱਥ ਹੈ। ਸੋਨੇ ਚਾਂਦੀ ਦਾ ਮਾਲਕ ਸੀ, ਸਭ ਕੁਛ ਸੀਗਾ, ਕੋਈ ਨਾ ਸੋਨਾ ਕੰਮ ਆਏਗਾ ਨਾ ਚਾਂਦੀ ਕੰਮ ਆਏਗੀ। ਸਭ ਵੱਜ ਕੇ ਜਿਸ ਦਿਨ ਮੌਤ ਕੀ ਸ਼ਹਿਜ਼ਾਦੀ ਆਏਗੀ, ਜਿਸ ਦਿਨ ਉਹ ਆਉਣੀ ਹੈ ਤਾਂ ਕੋਈ ਚੀਜ਼ ਕੰਮ ਨਹੀਂ ਦੇਣੀ। ਸਾਰਾ ਰਾਜ ਦੇਤਾ ਕੋਈ ਕੰਮ ਨਹੀਂ ਆਇਆ, ਮਾਂ ਨੂੰ ਮਿਲਾ ਨਹੀਂ ਸਕਿਆ। ਉਹ ਕਹਿੰਦਾ ਇੱਕ ਸੈਕਿੰਡ ਨਹੀਂ ਮਿਲਦਾ ਹੁਣ ਤੈਨੂੰ, ਪਹਿਲਾਂ ਸੀ ਜਿਹੜਾ ਕਰ ਲੈਂਦਾ ਹੁਣ ਗਏ ਬੁੱਲੇ ਗਏ, ਮਤਲਬ ਹੁਣ ਗਿਆ ਵਕਤ ਉਹਦਾ ਕੀ ਕਰੇਗਾ? ਅਬ ਪਛਤਾਇਆ ਕਿ ਇਹੋ ਜਿਹਾ ਚਿੜੀਆਂ ਚੁੱਗ ਗਈ ਖੇਤ। ਜਦੋਂ ਨੇੜੇ ਹੀ ਲੱਗ ਗਿਆ, ਦਰਖਤ ਬਿਲਕੁਲ ਕੰਢੇ ਤੇ ਖੜਾ ਦਰਿਆ ਦੇ, ਕੀ ਪਤਾ ਕਿਹੜੇ ਵੇਲੇ ਉਹਨੇ ਰੋਕ ਲਾ ਦੇਣੀ, ਉਸਨੂੰ ਛੱਡ ਦੇਣਾ ਥੱਲੇ, ਪਤਾ ਉਹਦਾ ਭਾਈ ਅਸੀਂ ਕੰਢੇ ਤੇ ਖੜੇ ਹਾਂ। ਜਿੰਨਾ ਚਿਰ ਸੰਸਾਰ ਚ ਕੋਈ ਇੰਨਾ ਸਮਝੇ ਵੀ ਸਾਡੀ ਜ਼ਿੰਦਗੀ ਕਿੰਨੀ ਹੈ, ਨਹੀਂ ਇੱਕ ਸੈਕਿੰਡ ਦਾ ਕਿਸੇ ਦਾ ਭਰੋਸਾ ਨਹੀਂ, ਮਿੰਟ ਚ ਕੁਛ ਵੀ ਹੋ ਸਕਦਾ। ਜਾਂਦੇ ਜਾਂਦੇ ਜੀਵ ਦੀ ਟੱਕਰ ਹੋਈ ਖਤਮ, ਕਿਸੇ ਦਾ ਕੋਈ ਭਰੋਸਾ ਨਹੀਂ। ਹਾਂਜੀ, ਸਹੀ ਦੱਸ ਕੇ ਜਿਸ ਦਿਨ ਮੌਤੀ ਸਜ ਧਜ ਕੇ ਜਿਸ ਦਿਨ ਮੌਤ ਕੀ ਸਹਿਜਾਦੀ ਆਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਪੰਛੀ ਦੋ ਪਰਾਂ ਨਾਲ ਉੱਡਦਾ ਕਿ ਨਹੀਂ? ਪੰਛੀ ਹਮੇਸ਼ਾ ਦੋ ਪਰਾਂ ਨਾਲ ਉੱਡਦਾ, ਜੇ ਇੱਕ ਪਰ ਕੱਟ ਦੇ ਉਹਦਾ ਪੰਛੀ ਉੱਡ ਨਹੀਂ ਸਕਦਾ। ਇਸੇ ਤਰ੍ਹਾਂ ਹੀ ਇਸ ਦੁਨੀਆਂ ਚ ਆ ਕੇ ਸਾਡੇ ਵੀ ਦੋ ਪਰ ਨੇ, ਪਰ ਅਸੀਂ ਉਹਦੇ ਕੋਲ ਕੰਮ ਨਹੀਂ ਲੈਂਦੇ ਦੋ ਪਰਾਂ ਕੋਲ। ਉਹ ਕਹਿੰਦੇ ਪੰਛੀ ਤਰ੍ਹਾਂ ਬਣ ਜਾ, ਇਸ ਦੁਨੀਆਂ ਦਾ ਕੰਮ ਵੀ ਕਰ, ਰਾਮ ਨਾਮ ਵੀ ਜਪ, ਦੋ ਪਰਾਂ ਤੇ ਉੱਡ ਕੇ ਆਪਣੇ ਵਤਨ ਚਲੇ ਜਾ। ਅਸੀਂ ਇੱਕ ਪਰ ਇਸਤੇਮਾਲ ਕਰਦੇ ਹਾਂ ਦੁਨੀਆਂ ਚ ਰਹਿੰਦੇ ਹਾਂ, ਆਖਿਰ ਦੁਨੀਆਂ ਚ ਹੀ ਫਸ ਜਾਂਦੇ ਹਾਂ, ਕਿਉਂਕਿ ਸਾਡੀਆਂ ਖਾਹਿਸ਼ਾਂ ਦੁਨੀਆਂ ਚ ਹੀ ਰਹਿ ਜਾਂਦੀਆਂ, ਆਖਿਰ ਸਾਨੂੰ ਫਿਰ ਇੱਥੇ ਹੀ ਆਉਣਾ ਪੈਂਦਾ। ਜਹਾਂ ਆਸਾ ਤਹਾਂ ਵਾਸਾ, ਮਰਨ ਸਮੇਂ ਅੰਤ ਸਮੇਂ ਸਾਡਾ ਜਿੱਥੇ ਖਿਆਲ ਹੁੰਦਾ ਉੱਥੇ ਆ ਕੇ ਸਾਨੂੰ ਜਨਮ ਮਿਲਦਾ। ਜੇ ਬਾਲ ਬੱਚਿਆਂ 'ਚ ਖਿਆਲ ਰਹਿ ਗਿਆ ਤਾਂ ਆਖਿਰ ਸਾਨੂੰ ਸੂਰ ਦੀ ਚੁੰਨੀ ਮੈਂ ਲੈਣੀ ਪੈਂਦੀ ਹੈ, ਉਲਟਾ ਜਨਮ ਵੀ ਸਾਨੂੰ ਘਟੀਆ ਮਿਲੂ। ਜੇ ਬੱਚਿਆਂ 'ਚ ਖਿਆਲ ਰਹੂ ਸਾਡਾ, ਉਲਟਾ ਜਨਮ ਵੀ ਸਾਨੂੰ ਘਟੀਆ ਮਿਲੂ। ਮਾਇਆ 'ਚ ਸਾਡਾ ਖਿਆਲ ਰਹੂਗਾ, ਜਨਮ ਸਾਨੂੰ ਸੱਪ ਦਾ ਮਿਲੂਗਾ, ਜਨਮ ਵੀ ਘਟੀਆ ਨਿਖਿਤ ਜਨਮ ਸਾਰਿਆਂ ਨਾਲ। ਜਿੱਥੇ ਸਾਡਾ ਖਿਆਲ ਹੋਊ ਜਹਾਂ ਆਸਾ ਤਹਾਂ ਵਾਸਾ, ਮਰਨ ਸਮੇਂ ਜੇ ਮਾਲਕ ਦੇ ਪਾਸੇ ਖਿਆਲ ਹੋਊ ਤਾਂ ਮਾਲਕ ਦੇ ਚਰਨ ਜਾਵਾਂਗੇ, ਉਹਦੇ ਨਾਲ ਮਿਲ ਜਾਵਾਂਗੇ। ਜੇ ਸਾਡਾ ਮਾਇਆ 'ਚ ਖਿਆਲ ਹੋਊ ਸੱਪ ਬਣਾਂਗੇ, ਮਕਾਨਾਂ 'ਚ ਖਿਆਲ ਹੋਊਗਾ ਜ਼ਮੀਨਾਂ ਜਾਇਦਾਦਾਂ 'ਚ ਖਿਆਲ ਹੋਊ ਤਾਂ ਭੂਤ ਪ੍ਰੇਤ ਬਣਾਂਗੇ ਅਸੀਂ, ਮੁੜ ਮੁੜ ਕੇ ਉੱਥੇ ਆਵਾਂਗੇ, ਉਲਟਾ ਪਿਛਲਿਆਂ ਨੂੰ ਤੰਗ ਹੋਰ ਕਰਾਂਗੇ ਆ ਕੇ। ਕੀ ਗੱਲ ਆਈ ਸੀ, ਕੀ ਟਿੱਪਾ ਬੋਲਿਆ ਸੀ? ਪੰਛੀ ਹੈ ਤੂੰ ਪਰ ਖੋਲ ਪਿੰਜਰਾ ਤੋੜ ਕੇ ਉੱਡ ਜਾ। ਤੇ ਦੋ ਪਰਾਂ ਨਾਲ ਪੰਛੀ ਉੱਡ ਸਕਦਾ, ਇੱਕ ਪਰ ਨਾਲ ਨਹੀਂ ਉੱਡ ਸਕਦਾ। ਸਾਡੇ ਵੀ ਦੋ ਪਰ ਮਾਲਕ ਨੇ ਦਿੱਤੇ ਨੇ, ਪਰਮਾਰਥ ਦਾ ਔਰ ਸਾਰਤ ਦਾ, ਦੋਨੋਂ ਕੰਮ ਅਸੀਂ ਕਰਨੇ ਆ, ਪਰਮਾਰਥ ਦਾ ਵੀ ਕਰਨਾ ਸਾਰਤ ਦਾ ਵੀ ਕਰਨਾ। ਦੁਨੀਆਂ 'ਚ ਆ ਕੇ ਕਿਸੇ ਦੀ ਬਹਾਦਰੀ, ਚਲੋ ਮਾਲਕ ਨੇ ਰਹਿਮਤ ਕੀਤੀ ਹੋਵੇ ਤਾਂ ਸਿਰਫ ਸਵਾਰਤ ਦਾ ਕੰਮ ਪਰਮਾਰਥ ਦਾ ਕਰ ਸਕਦਾ, ਨਹੀਂ ਤਾਂ ਹਰ ਫਕੀਰ ਨੇ ਕੀ
ਦੋਨੋਂ ਕੰਮ ਕੀਤੇ ਨੇ, ਬਾਲ ਬੱਚੇ ਵੀ ਪਾਲੇ ਨੇ, ਰਾਮ ਨਾਮ ਵੀ ਜਪਿਆ, ਛੁਟਕਾਰਾ ਕਰਕੇ ਆਪਣੇ ਦਰਬਾਰ ਚਲੇ ਗਏ। ਗੁਰੂ ਨਾਨਕ ਸਾਹਿਬ ਆਏ ਤਾਂ ਉਹ ਗ੍ਰਿਸਤੀ ਸੀ, ਗੁਰੂ ਅਰਜਨ ਸਾਹਿਬ ਆਏ ਜਿੰਨੇ ਫਕੀਰ ਆਏ ਸਭ ਗ੍ਰਿਸਤੀ ਸੀ, ਉਹ ਪਰ ਵੀ ਉਹਨਾਂ ਨੇ ਇਸਤੇਮਾਲ ਕੀਤਾ, ਰਾਮ ਨਾਮ ਵਾਲਾ ਵੀ ਇਸਤੇਮਾਲ ਕੀਤਾ। ਕਬੀਰ ਸਾਹਿਬ ਆਏ ਤਾਂ ਦੋਨੋਂ ਪਰ ਇਸਤੇਮਾਲ ਕੀਤੇ, ਅਸੀਂ ਇੱਕ ਕਰਦੇ ਹਾਂ, ਅਸੀਂ ਇੱਕ ਪਰ ਇਸਤੇਮਾਲ ਕਰਦੇ ਹਾਂ, ਦੁਨੀਆਂ 'ਚ ਫਸਦੇ ਆਖਰ ਆ ਕੇ, ਕਿਉਂ ਸਾਡੇ ਖਿਆਲ ਉੱਥੇ ਫਸ ਜਾਂਦੇ ਰਹਿ ਜਾਂਦੇ ਨੇ। ਜੇ ਦੂਸਰੇ ਪਰ ਦਾ ਸਾਨੂੰ ਖਿਆਲ ਹੋਵੇ, ਬਰਾਬਰ ਚੱਲੀਏ ਤਾਂ ਉੜ ਕੇ ਇੱਕ ਦਿਨ ਅਸੀਂ ਆਪਣੇ ਵਤਨ ਚਲੇ ਜਾਵਾਂਗੇ। ਦੋ ਮਿੰਟ ਵੀ ਬਹਿ ਕੇ ਰਾਤ ਨੂੰ ਯਾਦ ਕਰ ਲਈਏ ਉਸ ਮਾਲਕ ਨੂੰ ਤਾਂ ਸਾਡਾ ਛੁਟਕਾਰਾ ਹੋ ਜਾਵੇ, ਪਰ ਅਸੀਂ ਉਸਨੂੰ ਇੱਕ ਸੈਕਿੰਡ ਵੀ ਯਾਦ ਨਹੀਂ ਕਰਦੇ। ਸਾਨੂੰ ਆਪਣੇ ਆਪਣਾ ਖਿਆਲ, ਪਿਆਰ ਨੂੰ ਵੀ ਸੁੱਤਿਆਂ ਨੂੰ ਖਿਆਲ ਰਹਿੰਦਾ ਵੀ ਅਸੀਂ ਕਿਵੇਂ ਸਵੇਰੇ ਠੱਗੀ ਕਰੀਏ, ਕਿਵੇਂ ਪੈਸੇ ਕਮਾਈਏ, ਕਿਵੇਂ ਵੱਧ ਤੋਂ ਵੱਧ ਸਾਡੀ ਜੇਲ੍ਹ 'ਚ ਵੱਧ ਤੋਂ ਵੱਧ ਪੈਸੇ ਕਿਵੇਂ ਆਉਣ। ਫਲਾਣੇ ਦੀ ਜੇਲ੍ਹ 'ਚ 10-10 ਨੋਟ ਦੇਖ ਲਿਆ ਵੀ ਕੀ ਤਰੀਕਾ ਇਸਤੇਮਾਲ ਕਰੀਏ ਉਹਨੂੰ ਕੱਢ ਕੇ ਸਾਡੀ ਜੇਲ੍ਹ 'ਚ ਆ ਗਏ, ਇੱਥੋਂ ਤੱਕ ਮਨ ਸੋਚ ਨਹੀਂ। ਮੈਂ ਰੱਬ ਦੀ ਰੋਜ਼ਾ 'ਚ ਰਹਿ ਕੇ ਜਿਸ ਤਰ੍ਹਾਂ ਗਿਆ, ਦੋਨੋਂ ਪਰਾਂ ਨਾਲ ਉੱਡੋ, ਜੀਵ ਦਾ ਧਰਮ ਹੈ, ਜਿਹੜਾ ਇੱਕ ਪਰ ਨਾਲ ਉੱਡੂਗਾ ਉਹ ਤਾਂ ਕੱਢੀ ਉੱਡਾ ਜਾਂਦਾ, ਉੱਥੇ ਜਿੱਥੇ ਹੈ ਉੱਥੇ ਰਹਿ ਜੂਗਾ, ਫੜਕਦਾ ਰਹੀ ਹੋ। ਪੰਛੀ ਹੈ ਤੂੰ ਪਰ ਫੋਰ ਪਿੰਜਰਾ ਤੋੜ ਕੇ ਉੜ ਜਾ, ਮਾਇਆ ਮਹਿਲ ਕੇ ਸਾਰੇ ਬੰਧਨ ਤੋੜ ਕੇ ਉੜ ਜਾ। ਪੰਛੀ ਹੈ ਤੂੰ ਪਰ ਫੋਰ ਪਿੰਜਰਾ ਤੋੜ ਕੇ ਉੜ ਜਾ, ਮਾਇਆ ਮਹਿਲ ਕੇ ਸਾਰੇ ਬੰਧਨ ਛੋੜ ਕੇ ਉੜ ਜਾ। ਹਰ ਧਨ ਕੇ ਸਰ ਮੇ ਮੌਤ ਜਿਸ ਦਿਨ ਗੁਨਗੁਨਾਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਸੰਸਾਰ ਮਾਇਆ ਦਾ ਮਹਿਲ ਹੈ, ਕਿਸਮ ਦਾ ਹੈ ਜਿਹੜਾ ਸੰਸਾਰ ਹੈ, ਮਾਇਆ ਦਾ ਮਹਿਲ ਹੈ। ਉਹਨੇ ਐਸੇ ਮਹਿਲ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕੌਰਵਾਂ ਨੇ ਇਹਨਾਂ ਪਾਂਡੂਆਂ ਨੇ ਬਣਾਇਆ ਸੀ ਕੌਰਵਾਂ ਵਾਸਤੇ ਮਹਿਲ, ਦਿਖਣ ਨੂੰ ਕੁਛ ਹੋਰ ਸੀ, ਹੁੰਦਾ ਕੁਛ ਹੋਰ ਸੀ। ਜਿੱਥੇ ਪਾਣੀ ਹੈ ਉੱਥੇ ਸਾਫ਼ ਹੁੰਦਾ ਸੀ, ਜਿੱਥੇ ਸਾਫ਼ ਹੈ ਉੱਥੇ ਪਾਣੀ ਹੁੰਦਾ ਸੀ। ਇੰਨਾ ਭੁਲੇਖਾ, ਇੰਨੀ ਮਤਲਬ ਉੱਥੇ ਮਾਇਆ ਉਹਨਾਂ ਨੇ ਖਰਚ ਕੀਤੀ, ਅੰਦਰਲੀ ਮਾਇਆ। ਇਸੇ ਤਰ੍ਹਾਂ ਕਾਲ ਨੇ ਇੱਕ ਅੰਦਰਲੀ ਮਾਇਆ ਅਸੀਂ ਸਾਡੇ 'ਤੇ ਖਰਚ ਕੀਤੀ ਹੋਈ ਆ, ਅਸੀਂ ਇਹਦੇ ਚਮਕੀਲੇ ਅਤੇ ਅਸੀਂ ਭੁੱਲੇ ਹੋਏ ਹਾਂ, ਅਸੀਂ ਚਮਕਦਾਰ ਮਾਇਆ, ਸਾਨੂੰ ਕੁਛ ਨਹੀਂ ਹੋਸ਼ ਉੱਥੇ ਵੀ ਉਹਦੇ ਵਧੀਆ ਲੱਗੇ ਤਾਂ ਹੋਰ ਕਿੱਥੇ ਆ। ਦੇਖੋ ਬਾਲ ਬੱਚੇ ਜ਼ਮੀਨਾਂ 'ਚ ਆਜ਼ਾਦਾ, ਜਦੋਂ ਤੁਰਦੇ ਆ ਪਾਣੀ ਦਾ ਛੱਪੜਾ ਆ ਜਾਂਦਾ, ਅੱਗੇ ਵਿਚੜ ਪੈ, ਫਿਰ ਸਾਡੇ 'ਤੇ ਹੱਸੀ ਹੁੰਦੀ ਆ। ਆਖਰ ਦਰੋਪਤੀ ਹੱਸੀ ਸੀ ਕਿ ਨਹੀਂ ਉਹਦੇ 'ਤੇ, ਕੌਰਵਾਂ 'ਤੇ ਹੱਸੀ ਸੀ ਨਾ, ਅਤੇ ਸਾਡੇ 'ਤੇ ਹੱਸੀ ਹੁੰਦੀ ਇਸੇ ਤਰ੍ਹਾਂ। ਜਿਸ ਦਾ ਸਾਨੂੰ ਕੁਛ ਹੈ ਤਾਂ ਹੁੰਦਾ, ਅੱਗੇ ਪਾਣੀ ਆ ਛੱਪੜ ਦੇ ਵਿੱਚ ਡਿੱਗਦੇ ਹਾਂ ਡੁੱਬਦੇ ਹਾਂ ਤਾਂ ਹੱਸੀ ਹੁੰਦੀ ਹੈ ਸਾਡੇ 'ਤੇ। ਕਾਲ ਖਿਲਗਲ ਕੇ ਹੱਸਦਾ ਵੀ ਦੇਖਿਆ ਮੇਰੀ ਮਾਇਆ ਦਾ ਨਤੀਜਾ, ਅਤੇ ਸਾਡੇ ਨਾਲ ਰੋਜ਼ ਇਸ ਤਰ੍ਹਾਂ ਹੱਸੀ ਹੁੰਦੀ ਹੈ। ਜਿੰਨਾ ਚਿਰ ਅਸੀਂ ਇਸ ਹੱਸੀ ਤੋਂ ਬਚਦੇ ਨਹੀਂ, ਸਾਡਾ ਛੁਟਕਾਰਾ ਨਹੀਂ ਹੁੰਦਾ, ਕਿਸੇ ਫਕੀਰ ਦੇ ਨਾਲ ਨਹੀਂ ਲੱਗਦੇ ਔਰ ਸਤਿਗੁਰੂ ਨਹੀਂ ਪਾਉਂਦੇ ਅੰਦਰ ਵਸਾਉਂਦੇ, ਸਾਡਾ ਛੁਟਕਾਰਾ ਨਹੀਂ ਇਸ ਮਾਇਆ ਤੋਂ। ਉਸ ਤੋਂ ਬਿਨਾਂ ਕੋਈ ਨਹੀਂ ਛੁਡਾ ਸਕਦਾ। ਸਤਿਗੁਰ ਆਪਣਾ ਰੂਪ ਧਾਰ ਕੇ ਆਉਂਦਾ, ਕਿਸੇ ਦੇ ਜ਼ਰੀਏ ਆਪਣੇ ਜੀਵ ਨੂੰ ਲੈ ਕੇ ਜਾਂਦਾ। ਮਾਸਟਰ ਹੈ ਵਿਦਿਆ ਜਗਾਉਂਦਾ, ਮਾਸਟਰ ਆਪ ਖੁਦ ਨਹੀਂ ਹੁੰਦਾ, ਵਿਦਿਆ ਉਹਦੇ ਅੰਦਰ ਆ। ਮਾਸਟਰ ਘੋੜ ਕੇ ਕੁਛ ਨਹੀਂ ਪਾਉਂਦਾ ਬੱਚੇ ਦੇ ਅੰਦਰ, ਸਿਰਫ ਤਰੀਕਾ ਦੱਸਦਾ। ਹਾਂਜੀ, ਪੰਛੀ ਹੈ ਤੂੰ ਪਰ ਖੋਲ ਪਿੰਜਰਾ ਤੋੜ ਕੇ, ਪੰਛੀ ਹੈ ਤੂੰ ਪਰ ਖੋਲ ਪਿੰਜਰਾ ਤੋੜ ਕੇ ਉੜ ਜਾ, ਮਾਇਆ ਮਹਿਲ ਕੇ ਸਾਰੇ ਬੰਧਨ ਛੋੜ ਕੇ ਉੜ ਜਾ। ਧੜਕਣ ਕੇ ਸਰ ਮੇ ਮੌਤ ਜਿਸ ਦਿਨ ਗੁੰਗੁਣਾਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਧੜਕਣ ਕੇ ਜਿਸ ਦਿਨ ਮੌਤ ਕੀ ਸਹਿਜਾਤੀ ਆਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। Oh,
ਬੋਲੀ ਲਾਉਂਦਾ ਹੁੰਦਾ ਦਵਾਨੇ ਇੱਕ ਦਵਾਨੇ ਦੋ ਦਵਾਨੇ ਤਿੰਨ ਉਹਦਾ ਅੰਤ ਸਮਾਂ ਆਇਆ ਉਹ ਬੋਲੀ ਉਹਦੇ ਉਵੇਂ ਯਾਦ ਰਹੇਗੀ ਬੋਲੀ ਉਹਨਾਂ ਕੋਲ ਰਹਿ ਗਿਆ ਜਦੋਂ ਅੰਤ ਸਮਾਂ ਆਇਆ ਨਾ ਦਵਾਨੇ ਇੱਕ ਦਵਾਨੇ ਦੋ ਦਵਾਨੇ ਤਿੰਨ ਗਿਆ ਤਾਂ ਦਸਾਂ ਨੇ ਦਸਣ ਕਿੱਥੇ ਜਾਊਗਾ ਵੀ ਉਹ ਖਿਆਲ ਹੀ ਉੱਥੇ ਰਹਿ ਗਿਆ ਦਵਾਨੇ ਤਿੰਨ ਚੋਂ ਦੋ ਸਾਹ ਨਿਕਲ ਗਿਆ ਉਹਦੇ ਦਵਾਨੇ ਤਿੰਨ ਉੱਥੇ ਰਹਿ ਗਏ ਚਾਚਾ ਰੱਖਿਆ ਰਾਮ ਵੀ ਸੁਣਦੇ ਹੁੰਦੇ ਸੀ ਕਹਿੰਦੇ ਕਿ ਜੀਵ ਐਵੇਂ ਆਪਣਾ ਵਿਡਾਈ ਕਰਦਾ ਵੀ ਮੈਂ ਤਾਂ ਵੱਡਾ ਅਫਸਰ ਹਾਂ ਮੈਂ ਜੱਜ ਹਾਂ ਮੈਂ ਮੈਜਿਸਟਰੇਟ ਹਾਂ ਮੈਂ ਜੇ ਆਗੂ ਹਾਂ ਕਹਿੰਦਾ ਇੱਕ ਜੱਜ ਸੀਗਾ ਸਾਡੇ ਜਦੋਂ ਉਹਦਾ ਅੰਤ ਸਮਾਂ ਆਇਆ ਉਹ ਕਹਿੰਦਾ ਡਿਗਰੀ ਖਾਰਜ ਉਹਦੀ ਵੀ ਖਾਰਜ ਹੋਊਗੀ ਕਹਿੰਦਾ ਪਿੰਡਾਂ ਉਹ ਦੂਜਿਆਂ ਦੀ ਖਾਰਜ ਕਰਦਾ ਆਪਦੀ ਖਾਰਜ ਹੋਊਗੀ ਅਤੇ ਸਾਰੇ ਇੱਕੋ ਰਸਤੇ 'ਤੇ ਜਾਣਾ ਚਾਹੇ ਕੋਈ ਜੱਜ ਹੈ ਚਾਹੇ ਕੋਈ ਵੀ ਹੈ ਕਿਸੇ ਦੀ ਉੱਥੇ ਕੋਈ ਪਰਵਾਹ ਨਹੀਂ ਪਰਵਾਹ ਉਸ ਦੀ ਹੈ ਜਿਹਨੇ ਰਾਮ ਨਾਮ ਜਪਿਆ ਉਸ ਮੈਲਕੁੰਦ ਘੜੀ ਬੈਠ ਕੇ ਯਾਦ ਕੀਤਾ ਉਹਦੀ ਤਾਂ ਉੱਥੇ ਪਰਵਾਹ ਹੈ ਬਾਕੀ ਕਿਸੇ ਦੀ ਕੋਈ ਪਰਵਾਹ ਨਹੀਂ ਉਹਨੇ ਇੱਕੋ ਰਸਤੇ ਚੋਂ ਪੂਰੀ ਕੱਢਣਾ ਸਭ ਨੂੰ ਭਾਈ ਭਤੀਜੇ ਬੰਧੂ ਵੀ ਮਤਲਬ ਕੇ ਹੈ ਸਾਰੇ ਕੋਈ ਵੀ ਤੇਰੇ ਕੰਮ ਨਾ ਆਏਗੇ ਸਾਰੇ ਰਹੇਗਾ ਜੀਵਨ ਮੌਤ ਜਿਸ ਦਿਨ ਲੁਕ ਜਾਏਗੀ ਨਾ ਸੋਨਾ ਕੰਮ ਆਏਗਾ ਨਾ ਚਾਂਦੀ ਆਏਗੀ ਰੋਵੇਗਾ ਜੀਵਨ ਮੌਤ ਜਿਸ ਰਾਏਗੀ ਨਾ ਸੋਨਾ ਕੰਮ ਆਏਗਾ ਨਾ ਚਾਂਦੀ ਆਏਗੀ ਸਜ ਸਜ ਕੇ ਜਿਸ ਦਿਨ ਮੌਤ ਦੀ ਸਜ਼ਾ ਆਏਗੀ ਨਾ ਸੋਨਾ ਕੰਮ ਆਏਗਾ ਨਾ ਚਾਂਦੀ ਆਏਗੀ ਰੋਵੇਗਾ ਮੌਤ ਜਿਸ ਦਿਨ ਮੁਸਕਰਾਏਗੀ ਮੌਤ ਦਾ ਤਾਂ ਹਾਸੀ ਖੇਲ ਹੁੰਦਾ ਉਹਨੂੰ ਤਾਂ ਮੁਸਕਰਾਉਣਾ ਹੀ ਹੈ ਇਹ ਫਿਰ ਟੱਟੀ ਪਿਸ਼ਾਬ ਨਿਕਲਦਾ ਬੁਰਾ ਹਾਲ ਹੋ ਜਾਂਦਾ ਉਸ ਵੇਲੇ ਰੁੰਦਾ ਫਿਰ ਕਰਲਾਉਂਦਾ ਫਿਰ ਬਣਦਾ ਕੁਛ ਨਹੀਂ ਜਦੋਂ ਮੌਤ ਆਉਂਦੀ ਹੈ ਉਹ ਤਾਂ ਖੜੀ ਹੱਸਦੀ ਹੈ ਉਹਦਾ ਨਮੂਨਾ ਦੇਖਦੀ ਹੈ ਫਿਰ ਇਹਦਾ ਟੱਟੀ ਪਿਸ਼ਾਬ ਨਿਕਲਦਾ ਬੁਰਾ ਹਾਲ ਰੋਮ ਰੋਮ ਦੀ ਸਾਡੀ ਜਿਵੇਂ ਕੰਡਾਂ ਦੀ ਝਾੜੀ 'ਤੇ ਰੇਸ਼ਮੀ ਕੱਪੜਾ ਸਿੱਟ ਦਿਓ ਜੇ ਆਪਾਂ ਉਹਨੂੰ ਖਿੱਚੀਏ ਤਾਂ ਕੱਟੁਕ ਨਹੀਂ ਉਹ ਸਾਰਾ ਅਤੇ ਜੇ ਆਪਾਂ ਆਹਿਸਤਾ ਆਹਿਸਤਾ ਚੁਣ ਚੁਣ ਕੇ ਇਕੱਲਾ ਇਕੱਲਾ ਕੰਡਾ ਕੱਢ ਕਰਕੇ ਉਸਨੂੰ ਕੱਢੀਏ ਤਾਂ ਕੱਪੜਾ ਵੀ ਬਚ ਜਾਏਗਾ ਕੰਡੇ ਵੀ ਨਹੀਂ ਟੁੱਟਦੇ ਕੱਪੜਾ ਬਚ ਜਾਂਦਾ ਆਪਣਾ ਸਾਡੀ ਜਿਹੜੀ ਆਤਮਾ ਰੋਮ ਰੋਮ ਦੇ ਵਿੱਚ ਫਸੀ ਪਈ ਹੈ ਦੇਖੋ ਇੱਕ ਬਾਲ ਖਿੱਚੋ ਤੁਸੀਂ ਦਰਦ ਹੁੰਦਾ ਕਿ ਨਹੀਂ ਉਹ ਵਿੱਚ ਵਸੀਏ ਤਾਂ ਦਰਦ ਹੁੰਦਾ ਜੇ ਇੱਥੇ ਨਾ ਹੋਵੇ ਤਾਂ ਕਿਉਂ ਦਰਦ ਹੋਵੇ ਜਿੰਨਾ ਸਰੀਰ ਸੁੰਨਾ ਹੁੰਦਾ ਜਾਂ ਕਿਤੇ ਸੱਟ ਲੱਗੀ ਹੁੰਦੀ ਹੈ ਉੱਥੇ ਤੁਸੀਂ ਖਿੱਚੀ ਜੋ ਕੁਛ ਨਹੀਂ ਹੁੰਦਾ ਹੁਣ ਰੋਮ ਰੋਮ ਦੇ ਵਿੱਚ ਜ਼ਿੰਦਗੀ ਹੈ ਉਸਦੀ ਰੂਹ ਇਹਦੇ ਵਿੱਚ ਫਸੀ ਹੋਈ ਹੈ ਸਾਡੀ ਆਤਮਾ ਵਿੱਚ ਫਸੀ ਹੋਈ ਹੈ ਖਿਆਲ ਸਾਡਾ ਇੱਥੇ ਪਿਆ ਜਿੰਨਾ ਚਿਰ ਆਹਿਸਤਾ ਆਹਿਸਤਾ ਉਹ ਕਿਸੇ ਕੋਲੋਂ ਆਪਾਂ ਸਿੱਖੇ ਤਰੀਕੇ ਦੇ ਜੋ ਰੂਹ ਨੂੰ ਵਾਪਸ ਨਹੀਂ ਖਿੱਚਦੇ ਉਹਨਾਂ ਚਿਰ ਦਰਦ ਨਹੀਂ ਇਹ ਮੌਤ ਸਾਡੇ ਸਮਝੋ ਦਰਦ ਹੈ ਇਹ ਕਿਸਮ ਦਾ ਉਹਦਾ ਦੂਰ ਹੋਣਾ ਸਿੱਖ ਲਾਂਗੇ ਤਾਂ ਮੌਤ ਆਪਣੇ ਦੂਰ ਹੈ ਸਾਡੇ ਕੋਲੋਂ ਕਬੀਰ ਐਸੀ ਮਰਨੀ ਕੋਈ ਮਰੋ ਤੈਨੂੰ ਸਸਰਦਾਰ ਫਿਰ ਉਹ ਜਦ ਮਰਜ਼ੀ ਆਵੇ ਜਦੋਂ ਮਰਜ਼ੀ ਜਾਵੇ ਉਹਨੂੰ ਮੌਤ ਆਉਂਦੀ ਨਹੀਂ ਫਿਰ ਉਹਦੇ ਬੱਸ ਚੁੱਕ ਜਾਂਦੀ ਹੈ ਫਿਰ ਹੁਣ ਅਸੀਂ ਪ੍ਰਾਈਵੇਟ ਬੱਸ ਆਇਆ ਸਾਨੂੰ ਧੱਕੇ ਨਾਲ ਕੱਢਿਆ ਜਾਊ ਕੁੱਟ ਕੇ ਕੱਢਿਆ ਜਾਊਗਾ ਛੱਡੋ ਦੇ ਵਿੱਚੋਂ ਜਦੋਂ ਅਸੀਂ ਫਿਰ ਇਹਦੇ ਚੜ੍ਹਦੇ ਹਾਂ ਉਹ ਕਹਿੰਦੇ ਛੱਡ ਮੇਰੀ ਅਤੇ ਇੱਥੇ ਫਿਰ ਤੂੰ ਪੈਰ ਉਡਾਉਣਾ ਨਹੀਂ ਕੁੱਟਦਾ ਗੁਰਦ ਮਾਰਦਾ ਉਸ ਵੇਲੇ ਬਾਹਰ ਕੱਢਦਾ ਰੂਹ ਨੂੰ ਉਸ ਵੇਲੇ ਸਾਨੂੰ ਨਿਕਲਣਾ ਪੈਂਦਾ ਫਿਰ
ਕਬਜ਼ਾ ਕਿਸੇ ਤੇ ਅਸੀਂ ਕਰੀਏ, ਕੱਲ ਨੂੰ ਇਹ ਪੁਲਿਸ ਕੋਲ ਲਿਆ ਜਾ ਆਪਾਂ ਨੂੰ ਕਢਾਵੇ ਤੱਕ ਨਿਕਲਣਾ ਪੈਂਦਾ ਕਿ ਨਹੀਂ ਡੰਡੇ ਦੇ ਜ਼ੋਰ ਤੇ? ਇਸ ਤਰ੍ਹਾਂ ਡੰਡੇ ਦੇ ਜ਼ੋਰ ਤੇ ਸਾਨੂੰ ਕੱਢਣਗੇ ਇਹਦੇ ਵਿੱਚੋਂ ਫਿਰ, ਔਰ ਬਦਲਾ ਮੰਗਣਗੇ ਨਾਲੇ ਵੀ, ਦਸ ਇੰਨੇ ਚਿਰ ਹੋ ਗਿਆ ਤੈਨੂੰ, ਇੰਨਾ ਚਿਰ ਹੋ ਗਿਆ ਜ਼ਮੀਨ ਬਹੁਤ ਤੈਨੂੰ ਤੂੰ ਕਬਜ਼ਾ ਕੀਤਾ, 10 ਸਾਲ ਹੋ ਗਏ, ਦੇ ਉਹਦਾ ਹਿਸਾਬ ਨਾਲੇ ਕਿੰਨਾ ਠੇਕਾ ਬਣਦਾ, ਕਿੰਨੇ ਦਾਣੇ ਬਣਦੇ ਨੇ, ਦੇ ਉਹ ਸਾਰਾ ਹਿਸਾਬ ਕਰ, ਸਭ ਤੋਂ ਵੀ ਹਿਸਾਬ ਪਾਈ ਪਾਈ ਦਾ ਪੁੱਛਿਆ ਜਾਵੇ ਵੀ ਇੰਨਾ ਚਿਰ ਹੋ ਗਿਆ ਇਸ ਦੇਹ ਚ ਬੈਠੇ ਨੂੰ, ਤੂੰ ਕੀ ਕੱਢਿਆ ਇਹਦੇ ਵਿੱਚੋਂ, ਕੀ ਕਮਾਇਆ, ਕੀ ਰਾਮ ਨਾਮ ਕੱਢਿਆ ਇਹਦੇ ਵਿੱਚੋਂ, ਦੇਹ ਦਾ ਬਦਲਾ ਹੁਣ ਦੇ ਹਿਸਾਬ ਕਿਤਾਬ, ਜਦੋਂ ਨਹੀਂ ਸਾਡੇ ਕੋਲ ਹਿਸਾਬ ਪੂਰਾ ਹੁੰਦਾ ਤੂੰ ਸਵਾਸਾਂ ਦੀ ਪੂੰਜੀ ਸਾਨੂੰ ਮਿਲੀ ਹੁੰਦੀ ਹੈ ਉਹ ਵੀ ਅਸੀਂ ਖਤਮ ਕਰਕੇ ਚਲੇ ਜਾਂਦੇ, ਲੁਟਾ ਕੇ ਚਲੇ ਜਾਂਦੇ ਉਲਟਾ, ਵਿਆਜ ਤਾਂ ਵਿਆਜ, ਮੂਲ ਵੀ ਸਾਡਾ ਖਤਮ, ਤੇ ਪਹਿਲੇ ਸਾਡੇ ਕੁਛ ਵੀ ਨਹੀਂ, ਜਦੋਂ ਮੂਲ ਖਤਮ ਹੋ ਗਿਆ ਤਾਂ ਸਾਨੂੰ ਕੀ ਕਰਨਗੇ, ਬਦਲਾ ਦੇਣਾ ਹੀ ਪੈਣਾ, ਜਿਹਦਾ ਅਸੀਂ ਉਧਾਰ ਲਿਆ 1,000, 2,000, 10,000 ਕਿਸੇ ਕਮਾਈ ਵਾਸਤੇ, ਕਿਸੇ ਕੰਮ ਵਾਸਤੇ ਸਾਡਾ ਕੰਮ ਨਹੀਂ ਚੱਲਦਾ ਜਾਂ ਅਸੀਂ ਉਹਦੇ ਕੋਲ ਕੰਮ ਨਹੀਂ ਲੈਂਦੇ ਤਾਂ ਸਾਨੂੰ ਉਹ ਤਾਂ ਦੇਣਾ ਪਵੇਗਾ ਕਿ ਨਹੀਂ? ਸਾਡੀ ਜਾਂ ਕੁਛ ਵੀ ਚੀਜ਼ ਕੁਰਕ ਕਰੇ, ਜਾਂ ਮਕਾਨ ਕੁਰਕ ਕਰੇ, ਚਾਹੇ ਜ਼ਮੀਨ ਗਹਿਣੇ ਰਖਵਾਵੇ, ਚਾਹੇ ਕੁਛ ਕਰੇ, ਸਾਨੂੰ ਦੇਣਾ ਪੈਣਾ ਉਹ, ਤੇ ਕਾਰਨ ਨੇ ਸਾਡੇ ਕੋਲ ਲੈਣਾ, ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੋਗਾ, ਸਿੱਟੋ ਨਰਕਾਂ ਚ, ਹੋਰ ਕੋਈ ਚਾਰਾ ਨਹੀਂ ਉਹਦੇ ਕੋਲ, ਉਹਦੇ ਕੋਲੋਂ ਬਚਣ ਦੇ ਮਾਰੇ ਆਪਾਂ ਨੂੰ ਕਿਸੇ ਨਾ ਕਿਸੇ ਲੜ ਲੱਗਣਾ ਪੈਂਦਾ, ਦੂਸਰਾ ਪਰ ਆਪਾਂ ਨੂੰ ਦੇਖਣਾ ਪੈਂਦਾ, ਉਸ ਪਰ ਬਿਨਾਂ ਸਾਡਾ ਛੁਟਕਾਰਾ ਨਹੀਂ, ਉਹ ਪਰ ਹੈ ਪਰਮਾਰਥ ਦਾ, ਪਰਮਾਰਥ ਬਿਨਾਂ ਫਕੀਰਾਂ ਦੇ, ਪਰਮ ਸੰਤ ਦੇ ਬਿਨਾਂ ਉਹ ਪਰਮਾਰਥ ਮਿਲਦਾ ਨਹੀਂ, ਪਰਮਾਰਥ ਦਾ ਮਤਲਬ ਇਹ ਨਹੀਂ ਹੁੰਦਾ ਕਿਸੇ ਦੀ ਅਸੀਂ ਬਾਹਰ ਸੇਵਾ ਕਰ ਦਈਏ ਪਰਮਾਰਥ ਹੋ ਗਿਆ, ਨਹੀਂ, ਇੱਕ ਆਦਮੀ ਜੇਲ੍ਹ ਖਾਨੇ 'ਚ ਪਿਆ, ਉਹਦੇ ਨਾਲ ਬੁਰਾ ਸਲੂਕ ਹੋ ਰਿਹਾ, ਕੋਈ ਸ਼ਾਹੂਕਾਰ ਆਇਆ ਵੀ ਉਹ ਭੁੱਖਾ ਪਿਆਸਾ ਗੰਦੀ ਰੋਟੀ ਦਿੰਦੇ ਨੇ ਇਹਨੂੰ, ਤੂੰ ਕਿਸੇ ਨਾਲ ਮਿਲ ਮਿਲਾ ਕੇ ਚੰਗੀ ਰੋਟੀ ਦਾ ਇੰਤਜ਼ਾਮ ਕਰ ਜਾਂਦਾ, ਪਰ ਰਿਹਾ ਤਾਂ ਜੇਲ੍ਹ 'ਚ ਹੀ ਆਖਰ, ਚਲੋ ਚੰਗੀ ਰੋਟੀ ਖਾਣ ਲੱਗ ਜੂ, ਪਰ ਉਹਨੇ ਪਰਮਾਰਥ ਦਾ ਕਰਤਾ, ਪਰ ਰਿਹਾ ਤਾਂ ਜੇਲ੍ਹ 'ਚ ਹੀ ਉਹ, ਦੂਜੇ ਨੇ ਪਰਮਾਰਥ ਕੀਤਾ ਵੀ ਇਹਨੂੰ ਕੱਪੜੇ ਗੰਦੇ ਮਿਲਦੇ ਨੇ, ਰਹਿਣ ਦੀ ਚੰਗੀ ਜਗ੍ਹਾ ਨਹੀਂ ਹੈ, ਕਮਰੇ ਖਰਾਬ ਨੇ ਇਹਨਾਂ ਦੇ, ਜੂਆਂ ਪੈਂਦੀਆਂ, ਪਿੱਸੂ ਲੜਦੇ ਨੇ, ਚੰਗੇ ਕੱਪੜੇ ਸਫਾਈ ਦਾ ਇੰਤਜ਼ਾਮ ਕਰਾ ਜਾਂਦਾ ਉਹ ਜੇਲਰ ਨਾਲ ਮਿਲ ਕੇ, ਆਖਿਰ ਫਿਰ ਵੀ ਰਿਹਾ ਤਾਂ ਜੇਲ੍ਹ 'ਚ ਉਹ। ਇੱਕ ਆਦਮੀ ਦੀ ਐਸੀ ਪਹੁੰਚ ਹੁੰਦੀ ਹੈ, ਉਹਦਾ ਜਿੰਨਾ ਉਹਨਾਂ ਦੇ ਜਿਵੇਂ ਡੰਡ ਲੱਗਿਆ ਹੁੰਦਾ ਉਹਨੂੰ ਭਰ ਕੇ ਜੇ ਉਹਨੂੰ ਛੁਡਾ ਦੇਵੇ, ਤਿੰਨਾਂ 'ਚ ਕੌਣ ਚੰਗਾ ਹੋਇਆ? ਜਿਹੜਾ ਉਹਨੂੰ ਆਜ਼ਾਦ ਕਰ ਦੇਵੇ ਉਹ ਸਾਰਿਆਂ ਨਾਲ ਵਧੀਆ। ਅਤੇ ਇਸੇ ਤਰ੍ਹਾਂ ਅਸੀਂ ਹਾਂ ਜੇਲੀ ਧੱਕੇ ਖਾਂਦੇ ਹਾਂ, ਆਜ਼ਾਦ ਸਾਨੂੰ ਕਰਨ ਵਾਸਤੇ ਇੱਕ ਫਕੀਰ ਆਉਂਦਾ ਹੈ, ਉਹਦੀ ਕਿਉਂ ਪਹੁੰਚ ਉੱਥੇ ਤੱਕ ਹੁੰਦੀ ਹੈ? ਉਹਦੇ ਕੋਲ ਪੂੰਜੀ ਸੰਤਨ ਹੱਥ ਰਾਖੀ ਪੂੰਜੀ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ, ਉਹਨਾਂ ਦੇ ਹੱਥ 'ਚ ਉਸ ਦਰਬਾਰ ਦੀ ਕੁੰਜੀ ਹੁੰਦੀ ਹੈ, ਸਾਡੇ ਛੁਟਕਾਰੇ ਦੀ ਕੁੰਜੀ ਹੁੰਦੀ ਹੈ, ਸਾਨੂੰ ਤਰੀਕਾ ਦੱਸਦੇ ਨੇ ਵੀ ਇਸ ਤਰੀਕੇ ਨਾਲ ਤੁਸੀਂ ਜਪੋ ਤੁਹਾਡਾ ਛੁਟਕਾਰਾ ਹੋ ਗਿਆ। ਮੈਂ ਇਸ ਲਾਈਨ 'ਤੇ ਚੱਲਿਆਂ, ਮੇਰਾ ਛੁਟਕਾਰਾ ਹੋ ਗਿਆ, ਤੁਸੀਂ ਇਸ ਲਾਈਨ 'ਤੇ ਚੱਲੋ ਤੁਹਾਡਾ ਛੁਟਕਾਰਾ ਹੋ ਗਿਆ। ਉਹਨਾਂ ਦੇ ਹੱਥ ਕੁੰਜੀ ਹੈ, ਸਾਨੂੰ ਕੁੰਜੀ ਦੇ ਜਾਂਦੇ ਨੇ, ਅਸੀਂ ਉਹਨੂੰ ਚਾਹੇ ਗੁਰੂ ਕਹਿ ਲਓ, ਚਾਹੇ ਉਹਨੂੰ ਮੁਰਸ਼ਦ ਕਹਿ ਲਓ, ਚਾਹੇ ਉਹਨੂੰ ਕੁਛ ਕਹਿ ਲਓ, ਮੈਂ ਉਹ ਗੁਰੂ ਬਣ ਗਏ ਨੇ। ਉਹ ਕਹਿੰਦੇ ਅਸੀਂ ਨੀਚਾਂ ਅਤੇ ਨੀਚ ਹਾਂ, ਪੀਰ ਸਾਹਿਬ ਨੇ ਕਿਹਾ ਅਸੀਂ ਦਾਸਾਂ ਦੇ ਦਾਸ ਹਾਂ, ਉਹ ਦਾਸ ਬਣਦੇ ਨੇ, ਅਸੀਂ ਉਹਨਾਂ ਨੂੰ ਗੁਰੂ ਕਹਿ ਦੇਣੇ, ਕਿਉਂ? ਸਾਨੂੰ ਉਹਨਾਂ ਕੋਲ ਸਿਕਸ਼ਾ ਮਿਲੀ ਹੁੰਦੀ ਹੈ, ਮਾਸਟਰ ਕਹਿ ਲਓ, ਗੁਰੂ ਕਹਿ ਲਓ, ਰਬਰ ਕਹਿ ਲਓ, ਕੁਛ ਵੀ ਕਹਿ ਲਓ, ਉਹਨਾਂ ਨੂੰ ਸਭ ਕੁਝ ਕਹਾਉਣ ਦੇ ਉਹ ਹੱਕਦਾਰ ਨੇ। ਪਰ ਕਈ ਕਹਿੰਦੇ ਨੇ ਜੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਇਸ ਕਰਕੇ ਗੁਰੂ ਤਾਂ ਉਹੀ ਹੈ ਜਿਹੜਾ ਸਾਨੂੰ ਰਾਹ ਦੱਸੂਗਾ, ਜਿਹੜਾ ਸਾਨੂੰ ਰਾਹ ਦੱਸੂ, ਇੱਕ ਕਿਸਮ ਦਾ ਗੁਰੂ ਤਾਂ ਹੁੰਦਾ ਹੀ ਹੈ, ਪਰ ਸਾਨੂੰ ਰਾਹ ਵੀ ਦੱਸਣ ਵਾਲੇ ਨਹੀਂ ਨਾ ਮਿਲਦੇ, ਸਾਨੂੰ ਪੁਰਾਹੇ ਰਾਹ ਪਾਉਣ ਵਾਲੇ ਬਥੇਰੇ ਨੇ, ਪੁਰਾਹੇ ਰਾਹ ਪਾਉਂਦੇ ਨੇ, ਸਹੀ ਰਾਹ ਕੋਈ ਨਹੀਂ ਦੱਸਦਾ, ਪੁਰਾਹੇ ਰਾਹ ਪਾਉਣ ਵਾਲੇ ਬਥੇਰੇ ਨੇ। ਗੁਰੂ ਉਹ ਜਿਹੜਾ ਨੇਰੇ ਚਾਨਣ ਕਰ ਦੇਵੇ ਸਾਨੂੰ, ਸਾਡਾ ਅੰਦਰ ਖੋਲ ਦੇਵੇ, ਪਤਾ ਲੱਗੇ ਵੀ ਹਾਂ ਸਾਡੇ ਅੰਦਰ ਕੁਛ ਹੈ, ਸਾਡੇ ਬਾਹਰ ਕੁਛ ਨਹੀਂ, ਸਾਡੀ ਚੀਜ਼ ਹੁੰਦੀ ਹੈ ਸਾਨੂੰ ਫੜਾਉਂਦੇ ਨੇ, ਤਾਲਾ ਖੋਲਿਆ ਚਾਬੀ ਫੜਾਤੀ ਗਈ ਹੈ, ਤਰੀਕਾ ਸਾਡਾ ਜਾਂ, ਸਾਡਾ ਗੁਰੂ ਸਾਡੇ ਨਾਲ ਹੈ, ਸਾਡਾ ਮਾਲਕ ਸਾਡੇ ਨਾਲ ਹੈ, ਸਾਡਾ ਸਤਿਗੁਰ ਸਾਡੇ ਨਾਲ ਹੈ, ਜਿਹੜਾ ਸਾਨੂੰ ਦੱਸਣ ਵਾਲਾ ਉਹਦਾ ਸਤਿਗੁਰ ਉਹਦੇ ਨਾਲ ਹੈ। ਮਸਾਨਾ ਜੀ ਇੱਕ ਵਾਰੀ ਦਿੱਲੀ ਚਲੇ ਗਏ, ਨਾ ਦੱਸਦੇ ਨਾ ਮੁੜੇ,
ਪਿੱਛੇ ਹੁਣ ਜਿਹੜੇ ਸਾਧੂ ਉਹਨਾਂ ਦੇ ਆਸਰਿਤ ਰਹਿੰਦੇ ਨੇ, ਜਿਹਨਾਂ ਨੂੰ ਸਿਰਫ ਉਹਨਾਂ ਦੇ ਦਰਸ਼ਨ ਦਾ ਹੀ ਸਹਾਰਾ ਸੀ, ਉਹ ਵਿਚਾਰੇ ਬੇਹਾਲ ਹੋਏ, ਬੇਅਕਲ ਹੋਏ, ਵੀ ਹੁਣ ਸਾਨੂੰ ਕਿੰਨੇ ਦਿਨ ਹੋਏ ਦਰਸ਼ਨ ਨਹੀਂ ਹੋਏ, ਚਲੇ ਗਏ। ਇੱਥੇ ਚਿੱਠੀਆਂ ਲਿਖੀਆਂ, ਮਸਤਾਨਾ ਜੀ ਨੇ ਉਹਨਾਂ ਦੀ ਚਿੱਠੀ ਦਾ ਜਵਾਬ ਦਿੱਤਾ ਵੀ ਅਸੀਂ ਤੁਹਾਡਾ ਕੁਛ ਨਹੀਂ ਲੈ ਕੇ ਆਏ, ਸਾਡਾ ਗੁਰੂ ਸਾਡੇ ਕੋਲ ਛੱਡ ਕੇ ਆਇਆ, ਅਸੀਂ ਤਾਂ ਆਪਣਾ ਗੁਰੂ ਨਾਲ ਲੈ ਕੇ ਆਏ ਹਾਂ, ਤੁਸੀਂ ਕਿਉਂ ਲੈ ਸਕਦੇ ਹੋ, ਸਾਡਾ ਗੁਰੂ ਸਾਡੇ ਨਾਲ ਹੈ। ਦੇਖੋ ਫਕੀਰਾਂ ਦੀ ਦੀਨਤਾ ਕਿੰਨੀ ਹੈ, ਜੇ ਉਹ ਗੁਰੂ ਬਣਦੇ ਤਾਂ ਇਹ ਨਾ ਕਹਿੰਦੇ ਅਸੀਂ ਤੁਹਾਡੇ ਗੁਰੂ ਹਾਂ ਅਸੀਂ ਆਵਾਂਗੇ, ਨਹੀਂ ਉਹ ਕਹਿੰਦੇ ਸਾਡਾ ਗੁਰੂ ਅਸੀਂ ਤੁਹਾਡੇ ਨਾਲ ਛੱਡ ਕੇ ਆਏ ਹਾਂ, ਤੁਸੀਂ ਅੰਦਰੋਂ ਉਸਨੂੰ ਜਪੋ, ਅੰਦਰੋਂ ਕੰਮ ਲਓ, ਸਾਨੂੰ ਕੰਮ ਦਊਗਾ। ਇਸ ਤਰ੍ਹਾਂ ਸਾਡਾ ਗੁਰੂ ਸਾਡੇ ਨਾਲ ਹੀ ਹੈ, ਫਕੀਰ ਇੱਕ ਸਿਰਫ ਸਾਨੂੰ ਚਾਬੀ ਫੜਾਉਂਦੇ ਨੇ। ਹਾਂਜੀ ਸਾਥੀਆ ਹੈ ਤੂਨੇ ਤੇ ਸਾਥ ਜਾਏਗਾ, ਬੋਏ ਤੂਨੇ ਕਾਂਟੇ ਕੈਸੇ ਫੂਲ ਪਾਏਗਾ। ਪੇੜ ਬਬੂਲ ਕੇ ਆਮ ਕਹਾਂ ਸਿਖਾਏ, ਬੀਜੀਆਂ ਤਾਂ ਅਸੀਂ ਕਿੱਕਰਾਂ ਨੇ ਤੇ ਕੱਲ ਨੂੰ ਪਹਾੜੀ ਹੋ ਗਈ, ਇਹਨੂੰ ਅੰਬ ਲੱਗਣਗੇ, ਅਸੀਂ ਅੰਬ ਖਾਵਾਂਗੇ, ਕਿੱਥੋਂ ਮਿਲਣਗੇ ਸਾਨੂੰ? ਜੈਸੇ ਅਸੀਂ ਕਰਮ ਕਰਾਂਗੇ ਉਹਦਾ ਫਲ ਸਾਨੂੰ ਮਿਲਣਾ, ਔਰ ਜੈਸੇ ਕਰਕੇ ਆਏ ਹਾਂ ਪਿੱਛੇ ਉਹਦਾ ਸਾਨੂੰ ਹੁਣ ਮਿਲ ਰਿਹਾ, ਜੇ ਹੁਣ ਕਰਾਂਗੇ ਜੈਸੇ ਅੱਗੇ ਉਹਨੂੰ ਉਹਦਾ ਮਿਲੇਗਾ। ਜੈਸਾ ਕੀਆ ਹੈ ਤੈਸਾ ਤੇਰੇ ਸਾਥ ਜਾਏਗਾ, ਤੇਰੇ ਸਾਥ ਜਾਏਗਾ। ਬੋਏ ਹੈ ਤੂੰ ਕਾਂਟੇ ਕਹਾਂ ਸੇ ਫੁੱਲ ਪਾਏਗਾ, ਫੁੱਲ ਸਾਨੂੰ ਕਿੱਥੇ ਮਿਲਣਗੇ ਜਦੋਂ ਕਾਂਟੇ ਅਸੀਂ ਬੀਜੇ ਨੇ? ਅਸੀਂ ਕੰਮ ਹੀ ਐਸੇ ਕੀਤੇ ਨੇ ਤਾਂ ਸਰ ਛੁਟਕਾਰਾ ਕਿਵੇਂ ਹੋਊਗਾ? ਨਹੀਂ ਹੁੰਦਾ ਸਾਡਾ ਛੁਟਕਾਰਾ। ਹਾਂਜੀ ਜੇ ਸਾਥ ਕੀਆ ਹੈ ਤੂਨੇ ਤੇਰੇ ਸਾਥ ਜਾਏਗਾ, ਬੋਏ ਤੂਨੇ ਕਾਂਟੇ ਕੈਸੇ ਫੂਲ ਪਾਏਗਾ। ਕਰਨੀ ਹੀ ਪਿਆਰੇ ਤੇਰੀ ਤੇਰੇ ਸਾਥ ਜਾਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਕਰਨੀ ਹੀ ਪਿਆਰੇ ਤੇਰੀ ਤੇਰੇ ਸਾਥ ਜਾਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਕਦ ਕਰਕੇ ਮੌਤ ਕੀ ਸਜਾਤੀ ਆਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ, ਨਾ ਸੋਨਾ ਕਾਮ ਆਏਗਾ ਨਾ ਚਾਂਦੀ ਆਏਗੀ। ਜੈਸਾ ਅਸੀਂ ਕਰਾਂਗੇ ਉਹ ਕਰਨੀ ਦੇ ਸਾਨੂੰ ਫਲ ਮਿਲਣਾ। ਪਿੱਛੇ ਅਸੀਂ ਜੈਸੇ ਕੀਤੇ ਨੇ, ਸਾਡੇ ਸਟਾਕ ਦੇ ਵਿੱਚ ਸਾਨੂੰ ਬਣਾ ਕੇ ਤੋਰਿਆ ਪ੍ਰੋਡਕਟ, ਸਾਡੀ ਸਾਡੀ ਦੇ ਕੇ ਭੇਜੀ ਹੈ, ਉਹਦੇ ਅਨੁਸਾਰ ਸਾਡੇ ਕੰਮ ਚੱਲਦੇ ਨੇ। ਦੁੱਖ ਸੁੱਖ, ਅਮੀਰੀ ਗਰੀਬੀ, ਤੰਦਰੁਸਤੀ ਜਾਂ ਬਿਮਾਰੀ ਜੋ ਵੀ ਹੈ ਉਹਦੇ ਅਨੁਸਾਰ ਹੀ ਸਾਡੇ ਨਾਲ ਹੁੰਦੀ ਹੈ, ਔਰ ਉਹ ਭੋਗਣਾ ਸਾਨੂੰ ਪੈਣਾ, ਚਾਹੇ ਅਸੀਂ ਕਿੰਨਾ ਵੀ ਜ਼ੋਰ ਲਾ ਲਈਏ ਭੋਗੇ ਬਿਨਾਂ ਉਹਦਾ ਛੁਟਕਾਰਾ ਨਹੀਂ ਹੈ, ਕਿਉਂ ਸਾਨੂੰ ਪਿੱਛੋਂ ਧੁਰ ਦਰਗਾਹ ਲਿਖ ਕੇ ਆਏ ਹੋਏ ਨੇ। ਹਾਂ ਅੱਗੇ ਵਾਸਤੇ ਉਹਨਾਂ ਕੋਲੋਂ ਡਰ ਕੇ ਵੀ ਦੇਖ, ਪਿੱਛੇ ਇੱਕ ਆਦਮੀ ਦੀ ਲੱਤ ਬਾਂਹ ਟੁੱਟੀ ਹੁੰਦੀ ਹੈ ਤਾਂ ਪਿੱਛੇ ਉਹਨੇ ਕਿਸੇ ਨੂੰ ਤੋੜੀ ਹੈ, ਤਾਂ ਮਾਲਕ ਨੂੰ ਵੀ ਤੋੜ ਕੇ ਭੇਜਿਆ ਇੱਥੇ, ਤਾਂ ਚਾਹੇ ਹੱਸੇ ਚਾਹੇ ਰੋਏ ਉਹਨੂੰ ਉਹਦਾ ਭੁਗਤਾਨ ਤਾਂ ਕਰਨਾ ਹੀ ਪੈਣਾ। ਸਾਨੂੰ ਜਿਹੜੇ ਦੁੱਖ ਸੁੱਖ ਮਿਲੇ ਨੇ ਸਾਨੂੰ ਉਹਦਾ ਭੁਗਤਾਨ ਕਰਨਾ ਪੈਣਾ, ਹੱਸ ਕੇ ਮਾਲਕ ਦੀ ਰਜ਼ਾ ਦੇ ਵਿੱਚ ਰਹਿ ਕੇ ਅੱਗੇ ਵਾਸਤੇ ਉਹ ਗੁਨਾਹਾਂ ਤੋਂ ਦੂਰ ਹੋ ਕੇ ਮਾਲਕ ਦਾ ਨਾਮ ਜਪ ਕੇ ਅਸੀਂ ਛੁਟਕਾਰੇ ਦਾ ਬੰਦੋਬਸਤ ਕਰਨਾ। ਸਿਰਫ ਸੁਣਨ ਦੀ ਗੱਲ ਨਹੀਂ, ਅਸੀਂ ਅੰਦਰ ਬਿਠਾਉਣਾ, ਦੋ ਦਿਨ ਦੀ ਜ਼ਿੰਦਗੀ ਹੈ, ਫਿਰ ਪਤਾ ਨਹੀਂ ਕਦੋਂ ਆਉਣਾ ਕਿ ਨਹੀਂ ਆਉਣਾ, ਅਤੇ ਟਾਈਮ ਨੂੰ ਆਪਾਂ ਲੇਖੇ ਲਾਉਣਾ ਵੀ ਇਹ ਨਜਾਇਜ਼ ਨਾ ਜਾਵੇ ਸਾਡਾ। ਦੁਨੀਆਂ ਨੂੰ ਅਸੀਂ ਜਾਂਦੇ ਦੇਖਦੇ ਹਾਂ ਨਜਾਇਜ਼ ਸਾਡੇ ਸਾਹਮਣੇ ਤੁਰੀ ਜਾਂਦੀ ਹੈ, ਕੋਈ ਅੱਜ ਗਿਆ ਕੋਈ ਕੱਲ੍ਹ ਗਿਆ ਸਾਡੇ ਸਾਹਮਣੇ ਤੁਰੇ ਜਾਂਦੇ ਨੇ, ਪਰ ਅਸੀਂ ਉਹਨਾਂ ਕੋਲੋਂ ਕੋਈ ਫਾਇਦਾ ਨਹੀਂ ਉਠਾਉਂਦੇ, ਕੋਈ ਸਿੱਖਿਆ ਨਹੀਂ ਲੈਂਦੇ,
ਕੋਈ ਪ੍ਰੇਮੀ ਮਿਲਣ ਵਾਸਤੇ ਆਇਆ ਕਬੀਰ ਸਾਹਿਬ ਨੂੰ, ਤਾਂ ਲੋਹੀ ਕਹਿਣ ਲੱਗੀ ਜਦੋਂ ਘਰ ਪਹੁੰਚੇ ਉਹ, ਤਾਂ ਲੋਹੀ ਕਹਿਣ ਲੱਗੀ ਕਿ ਜੀ ਪਿੰਡ 'ਚ ਕੋਈ ਮਰਗ ਹੋ ਗਈ, ਉਹ ਤਾਂ ਉਹਦੇ ਨਾਲ ਗਏ ਨੇ, ਉਹ ਪਹਿਲੀ ਵਾਰ ਆਏ ਸੀ, ਉਹਨਾਂ ਨੂੰ ਪਛਾਣ ਨਹੀਂ ਸੀ। ਉਹ ਕਹਿਣ ਲੱਗਿਆ ਕਿ ਉਹ ਕਬੀਰ ਸਾਹਿਬ ਨੂੰ ਅਸੀਂ ਪਛਾਣੀਏ ਕਿਵੇਂ, ਉਹਨਾਂ ਦੀ ਕੀ ਪਛਾਣ ਹੈ। ਕਹਿਣ ਲੱਗੀ ਵੀ ਉਹਦੇ ਸਿਰ 'ਤੇ ਕਲਗੀ ਹੋ ਗਈ। ਤਾਂ ਜਦੋਂ ਸ਼ਮਸ਼ਾਨ 'ਚ ਪਹੁੰਚੇ ਉੱਥੇ ਸਾਰਿਆਂ ਦੇ ਸਿਰਾਂ 'ਤੇ ਕਲਗੀਆਂ। ਹੁਣ ਕਿਹਨੂੰ ਕਬੀਰ ਮੰਨਣ, ਉਹ ਸਾਰਿਆਂ ਦੇ ਸਿਰਾਂ 'ਤੇ ਕਲਗੀਆਂ ਉਸ ਵੇਲੇ। ਜਦੋਂ ਦਾਗ ਲਾ ਕੇ ਵਾਪਸ ਮੁੜੇ, ਹੱਥ ਪੈਰ ਧੋ ਕੇ, ਕਿਸੇ ਦੀ ਗਸ ਤੇ, ਕਿਸੇ ਦੀ ਦੋ ਗਸ ਤੇ, ਕਿਸੇ ਦੀ ਫਰਲਾਂਗ ਤੇ ਘਰ ਆਉਂਦੇ ਆਉਂਦੇ ਸਾਰਿਆਂ ਦੀਆਂ ਕਲਗੀਆਂ ਡਿੱਗੀਆਂ। ਤੇ ਕਬੀਰ ਸਾਹਿਬ ਦੀ ਇੱਕ ਰਹਿ ਗਈ, ਉਹਦੇ ਮਗਰ ਤੁਰੇ ਗਏ। ਜਦੋਂ ਕਬੀਰ ਸਾਹਿਬ ਘਰ ਚਲੇ ਗਏ, ਉਹਦੀ ਕਲਗੀ ਫਿਰ ਵੀ ਖੜੀ ਦੀ ਖੜੀ। ਤਾਂ ਉਹਨਾਂ ਨੇ ਕਿਹਾ ਵੀ ਇਹੀ ਕਬੀਰ ਹੈ। ਗਏ ਘਰ, ਮਿਲੇ ਉਹਨਾਂ ਨੂੰ, ਨਮਸਕਾਰ ਕੀਤੀ, ਕਾਰਨ ਪੁੱਛਿਆ ਵੀ ਅਸੀਂ ਜਦੋਂ ਸ਼ਮਸ਼ਾਨ 'ਚ ਪਹੁੰਚੇ ਤਾਂ ਸਾਰਿਆਂ ਦੇ ਸਿਰਾਂ 'ਤੇ ਕਲਗੀਆਂ ਸੀ, ਸਾਨੂੰ ਨਿਸ਼ਾਨੀ ਦੱਸੀ ਲੋਹੀ ਨੇ, ਮਾਤਾ ਨੇ, ਵੀ ਉਹਦੇ ਸਿਰ 'ਤੇ ਕਲਗੀ ਹੈ। ਸ਼ਮਸ਼ਾਨ 'ਚ ਪਹੁੰਚੇ ਸਾਰਿਆਂ ਦੇ ਸਿਰਾਂ 'ਤੇ ਕਲਗੀਆਂ ਸੀਗੀਆਂ। ਤਾਂ ਆਉਂਦੇ ਆਹਿਸਤਾ ਆਹਿਸਤਾ ਸਾਰਿਆਂ ਦੇ ਡਿੱਗੀਆਂ ਇੱਕ ਤੋਰੇ ਰਹਿ ਗਈ ਵੀ ਕਾਰਨ ਕੀ ਹੈ। ਉਹ ਕਹਿਣ ਲੱਗਿਆ ਜਦੋਂ ਬੰਦਾ ਮਰਦਾ ਉਸ ਵੇਲੇ ਅਰਥੀ ਦੇ ਨਾਲ ਸਭ ਨੂੰ ਜਾਣਾ ਚਾਹੀਦਾ, ਮੌਤ ਸਭ ਨੂੰ ਯਾਦ ਆਉਂਦੀ ਉਸ ਵੇਲੇ, ਵੀ ਤੈਂ ਵੀ ਇੱਕ ਦਿਨ ਮਰਨਾ। ਉਹ ਮੌਤ ਦੀ ਕਲਗੀ ਉਹਦੇ ਸਿਰ 'ਤੇ ਖੜੀ ਰਹਿੰਦੀ ਹੈ, ਉਸ ਵੇਲੇ ਉਹਨੂੰ ਯਾਦ ਹੁੰਦੀ ਹੈ। ਜਦੋਂ ਮੁੜਦਾ ਤਾਂ ਸਭ ਯਾਦ ਆਉਣ ਲੱਗ ਜਾਂਦੇ, ਮੇਰਾ ਫਲਾਣਾ, ਮੈਂ ਤਾਂ ਪੱਠੇ ਲਿਆਉਣੇ ਸੀ, ਮੈਂ ਫਲਾਣੀ ਜਗ੍ਹਾ ਕੰਮ ਕਰਨਾ ਸੀਗਾ, ਮੇਰੇ ਤਾਂ ਅੱਜ ਮੁਕੱਦਮਾ ਸੀ, ਤਰੀਕ ਨਾ ਕਿਤੇ ਨਿਕਲ ਜਾਵੇ, ਫਲਾਣਾ ਸੀ, ਇਹ ਉਹ, ਸਭ ਕੰਮ ਯਾਦ ਆਉਣ ਲੱਗ ਜਾਂਦੇ ਨੇ। ਪਿੰਡ ਤੱਕ ਆਉਂਦੇ ਆਉਂਦੇ, ਘਰ ਤੱਕ ਆਉਂਦੇ ਆਉਂਦੇ ਸਾਰੇ ਭੁੱਲ ਜਾਂਦੇ ਖਿਆਲ। ਇਹ ਸੋਚਦਾ ਵੀ ਹੁਣ ਤੈਂ ਤਾਂ ਮਰਨਾ ਨਹੀਂ, ਉਹ ਨਹੀਂ ਮਰਨਾ ਸੀ, ਉਹਨੂੰ ਅਸੀਂ ਦਾਗ ਲਾਇਆ, ਤੈਂ ਥੋੜ੍ਹਾ ਮਰਨਾ, ਉਹ ਭੁੱਲ ਗਿਆ। ਵੀਰ ਸਾਹਿਬ ਕਹਿੰਦਾ ਮੇਰੇ ਹਮੇਸ਼ਾ ਮੌਤ ਯਾਦ ਰਹਿੰਦੀ ਹੈ, ਉਹ ਮੌਤ ਦੀ ਕਲਗੀ ਮੇਰੇ ਸਿਰ 'ਤੇ ਖੜੀ ਰਹਿੰਦੀ ਹੈ। ਜਦੋਂ ਮੌਤ ਯਾਦ ਹੈ ਤਾਂ ਮਾਲਕ ਮੇਰੇ ਤੋਂ ਨਹੀਂ ਭੁੱਲਦਾ। ਔਰ ਮਸਤਾਨਾ ਜੀ ਦਾ ਵਚਨ ਹੈ, ਮੌਤ ਔਰ ਈਸ਼ਵਰ ਨੂੰ ਹਮੇਸ਼ਾ ਯਾਦ ਰੱਖੋ, ਮਸਤਾਨਾ ਜੀ ਦਾ ਵਚਨ ਹੈ ਵੀ ਇਹ ਦੋ ਚੀਜ਼ਾਂ ਦੁਨੀਆਂ ਦੇ ਵਿੱਚ ਆ ਕੇ ਯਾਦ ਕਰਨ ਵਾਲੀ ਯਾਦ ਦੇ ਕਾਬਲ ਨੇ। ਕਿਉਂ? ਇੱਕ ਮੌਤ, ਇੱਕ ਈਸ਼ਵਰ। ਜੇ ਮੌਤ ਯਾਦ ਹੈ ਤਾਂ ਸਾਨੂੰ ਈਸ਼ਵਰ ਯਾਦ ਹੈ, ਜੇ ਮੌਤ ਸਾਨੂੰ ਯਾਦ ਨਹੀਂ, ਇੱਕ ਦਿਨ ਇਹ ਵੀ ਸਾਨੂੰ ਆਉਣੀ ਨਹੀਂ, ਤਾਂ ਮਾਲਕ ਕਿੱਥੇ ਆ ਸਾਨੂੰ ਯਾਦ ਆਊਗਾ। ਜੇ ਮੌਤ ਯਾਦ ਆਊ ਤਾਂ ਡਰਦੇ ਮਾਰੇ ਮਾਲਕ ਨੂੰ ਕਦੇ ਤਾਂ ਯਾਦ ਕਰਾਂਗੇ। ਸਾਨੂੰ ਮੌਤ ਨਹੀਂ ਯਾਦ ਆਉਂਦੀ, ਅਸੀਂ ਸੋਚਦੇ ਅਸੀਂ ਸਦਾ ਜੀਣਾ ਹੀ ਜੀਣਾ ਹੈ, ਜੀਵਨ ਜੀਵਣਾ। ਹਰ ਕੋਈ ਕਹਿੰਦਾ ਮੌਤ ਕਿਸੇ ਕੋਲ ਯਾਦ ਨਹੀਂ, ਅਸੀਂ ਸੋਚਦੇ ਵੀ ਕਿੱਲੇ ਸਾਡੇ ਕੱਢੇ ਹੋਏ ਨੇ, ਸੰਦੂਕ ਪੱਟਣ ਵਾਲਾ ਹੈ ਹੀ ਨਹੀਂ ਇੱਥੋਂ। ਨਹੀਂ, ਉਹ ਇੱਕ ਦਿਨ ਜ਼ਰੂਰ ਆਉਣੀ ਹੈ ਮੌਤ ਦੀ ਸ਼ਹਿਜ਼ਾਦੀ। ਉਸ ਨੂੰ ਜਿਹੜਾ ਯਾਦ ਕਰਦਾ ਹੈ, ਮਾਲਕ ਉਸਨੂੰ ਜ਼ਰੂਰ ਯਾਦ ਰਹਿੰਦਾ, ਉਹ ਕਦੇ ਪਾਪ ਨਹੀਂ ਕਰਦਾ। ਫਕੀਰ ਨੇ ਕਿਹਾ ਆਪਣੇ ਚੇਲਿਆਂ ਨੂੰ, ਦੋ ਨੂੰ, ਦੋ ਅੱਗੇ ਕਹਿਣ ਲੱਗੇ ਅਸੀਂ ਨਾਮ ਲੈਣਾ। ਉਹ ਕਹਿੰਦਾ ਚੰਗਾ, ਦੋਹਾਂ ਨੂੰ ਬਟੇਰੇ ਦੇ ਤੇ ਵੀ ਜਾਓ ਇਹਨੂੰ ਮਾਰ ਲਿਆਓ, ਜਾ ਕੇ ਜਿੱਥੇ ਕੋਈ ਨਾਂ ਦੇਖੋ ਉੱਥੇ ਮਾਰ ਕੇ ਲਿਆਓ। ਇੱਕ ਤਾਂ ਗਿਆ ਉਹ ਝਾੜੀਆਂ ਓਹਲੇ ਕਿਧਰੇ ਹੋਇਆ, ਓਹਲੇ ਹੋ ਗਏ ਤੇ ਮਰੋੜੀ ਗਰਦਨ ਨੂੰ ਤਾਂ ਫਟਾਫਟ ਲੈ ਆਇਆ। ਦੂਜਾ ਸਾਰੇ ਫਿਰਦਾ ਰਿਹਾ ਉਹਨੂੰ ਵਾਪਸ ਲਿਆਇਆ। ਉਵੇਂ ਕਹਿੰਦਾ ਕੀ ਗੱਲ ਵੀ ਤੂੰ ਵਾਪਸ ਲਿਆ ਆ, ਤੈਨੂੰ ਸੁਣੀ ਜਗ੍ਹਾ ਨਹੀਂ ਮਿਲੀ ਕੋਈ? ਕਹਿੰਦਾ ਜੀ ਜਿੱਥੇ ਮੈਂ ਜਾਂਦਾ ਸੀ ਮਾਲਕ ਉੱਥੇ ਅੱਗੇ ਹਾਜ਼ਰ ਨਾਜ਼ਰ ਸੀਗਾ, ਮੈਂ ਹੁਣ ਮਾਰਦਾ ਨਹੀਂ, ਕਿਵੇਂ ਮਾਰਦਾ, ਸਾਹਮਣੇ ਦੇਖਣਾ ਦੇਖੀ ਜਾਂਦਾ ਮਾਲਕ। ਕਹਿੰਦਾ ਉਹ ਕਿਵੇਂ? ਕਹਿੰਦਾ ਜਦੋਂ ਮੈਂ ਦੇਖਦਾ ਸੀ ਤੇ ਮੈਨੂੰ ਦੇਖ ਲੈਂਦਾ ਸੀ, ਆਖਿਰ ਬਟੇਰੇ 'ਚ ਤਾਂ ਮਾਲਕ ਹੈਗਾ ਹੀ ਹੈ। ਜਦੋਂ ਮੈਂ ਇਹਦੇ ਪਾਸੇ ਧਿਆਨ ਕਰਦਾ, ਇਹਦੇ ਅੰਦਰ ਮਾਲਕ ਦੀ ਝਲਕ ਆਉਂਦੀ, ਮੈਂ ਸੋਚਦਾ ਮਾਲਕ ਮੈਨੂੰ ਦੇਖੀ ਜਾਂਦਾ, ਤੂੰ ਮਾਰਿਆ ਕਿਤੇ ਸਾਹਮਣੇ? ਕਹਿੰਦਾ ਤੂੰ ਆਜ਼ਾ, ਤੈਨੂੰ ਨਾਮ ਦਊਂਗਾ। ਜਿਹੜਾ ਮਾਲਕ ਨੂੰ ਹਾਜ਼ਰ ਨਾਜ਼ਰ ਸਮਝਦਾ, ਪਹਿਲਾਂ ਮੌਤ ਨੂੰ ਯਾਦ ਰੱਖਦਾ, ਮਾਲਕ ਉਹਦੇ ਨਾਲ ਹਾਜ਼ਰ ਨਾਜ਼ਰ ਹੈ, ਦੂਰ ਨਹੀਂ ਹੁੰਦਾ ਉਸ ਤੋਂ ਕਦੇ। ਸਾਨੂੰ ਮੌਤ ਭੁੱਲੀ ਆ, ਅਸੀਂ ਅਗਲੇ ਨੂੰ ਮਾਰ ਕੇ ਫਟਾਫਟ ਕੀਤਾ ਪਰੇ ਕਰ ਦਿੰਦੇ। ਦੋ ਆਦਮੀ ਲੜ ਪਊ, ਮਾੜਾ ਮੋਟਾ ਬੋਲਚਾਲ ਹੋਈ ਜਾਂਦੀ ਆ ਉਸ ਵਿੱਚ, ਤਾਂ ਉਹਨੂੰ ਗਾਲ ਕੱਢੀ, ਉਹਨੇ ਉਹਨੂੰ ਕੱਢੀ, ਲਿਆਂਦਾ ਡਾਂਗ ਸੋਟਾ, ਉਹਨੇ ਸਿਰ 'ਚ ਮਾਰਿਆ, ਉਹਨੂੰ ਮਾਰ ਕੇ ਭਰੇ ਰੱਖਦਾ, ਕੋਈ ਕਿਸੇ ਦਾ ਲਿਹਾਜ਼ ਕਿ ਮਾਲਕ ਤੋਂ ਡਰ ਨਹੀਂ। ਗਾਲ ਕੱਢ ਲਈ, ਹੱਥ ਜੋੜ ਦੋ, ਛੋਟਾ ਸਾ ਹੋ ਗਿਆ, ਚਲੋ ਮੈਨੂੰ ਮੇਰੇ ਪਹਿਲਾਂ ਸ਼ਬਦ ਬੋਲਿਆ ਕਿ ਨਹੀਂ, ਹੋ ਜਾਂਦੀ ਸਾਡੇ ਆਪਸ ਵਿੱਚ ਲੜਾਈ, ਪਰ ਉਹਦੇ ਅੱਗੇ ਹੱਥ ਜੋੜ ਦਿਓ, ਠੀਕ ਹੈ ਬਈ,
ਤਾਂ ਕੱਢ ਲਈ, ਹੋਰ ਕੱਢ ਲੈ ਬਈ, ਮਿਠਾਈ ਖਵਾਈਏ ਤੈਨੂੰ, ਉਲਟਾ ਉਹਦੇ ਪੈਰ ਪੁੱਜੋ, ਮਿਠਾਈ ਖਵਾਓ ਸਾਨੂੰ, ਕੋਈ ਨੀ। ਜਿਹੜਾ ਦੀਨਤਾ ਕਰਦਾ ਇੱਕ ਦਿਨ ਫਲ ਉਸੇ ਨੂੰ ਲੱਗਦਾ, ਜਿਹੜਾ ਨੀਵਾਂ ਹੁੰਦਾ ਫਲ ਉਸੇ ਨੂੰ ਲੱਗਦਾ, ਜਿੰਨਾ ਫਲ ਲੱਗੂਗਾ ਉਹਨੇ ਚੁੱਕੂ ਜਾਦੇ ਬੂਟਾ, ਜਿੰਨਾ ਨੀਵਾਂ ਹੋਊ ਉਹਨੇ ਮਾਰਗ ਦੀ ਰਹਿਮਤ ਤੇ ਅਸਰ ਕਰਦੀ ਇਹਦੇ ਤੇ। ਜਿੰਨਾ ਹੰਕਾਰੀ ਜੀ ਆਪਣੇ ਆਪ ਨੂੰ ਸਮਝਦਾ ਵੀ ਹਾਂ ਤੈਨੂੰ ਇਹ ਕਹਿ ਗਿਆ, ਹੰਗੂਰਾ ਮਾਰੇ ਗਲੀ ਚੋਂ ਨਿਕਲ ਜਾਂਦੇ, ਬੰਦੂਕ ਲਿਆ ਕੇ ਮਾਰ ਦਿੰਦੇ, ਸੁੱਕੀ ਗੱਲ ਹੈ ਵੀ ਨਹੀਂ, ਇਹ ਨੀਵੇਂ ਹੁਣ ਤਾਂ ਮਾਰ ਗਿਆ ਦੁਨੀਆਂ 'ਚ, ਅਸੀਂ ਚਾਰ ਦਿਨ ਦੀ ਜ਼ਿੰਦਗੀ ਭੋਗਣ ਵਾਸਤੇ ਆਏ ਹਾਂ, ਹੰਕਾਰ ਵਾਸਤੇ ਨਹੀਂ ਆਇਆ, ਹੰਕਾਰ ਨੂੰ ਮਾਰਿਆ, ਹੰਕਾਰੀ ਸਦਾ ਨਰਕਾਂ 'ਚ ਜਾਂਦਾ, ਕਾਲ ਹੰਕਾਰੀ ਨੂੰ ਨਹੀਂ ਛੱਡਦਾ, ਸਿੱਧਾ ਨਰਕਾਂ ਨੂੰ ਲੈ ਕੇ ਜਾਂਦਾ, ਪਰ ਉਹਨੇ ਛੱਡੇ ਵੀ ਆਪ ਹੀ ਹੋਏ ਨੇ ਨਾਲੇ, ਇਹ ਕਾਮ ਕ੍ਰੋਧ ਲੋਭ ਹੰਕਾਰ ਐਸੇ ਦੁਸ਼ਮਣ ਦੇ ਨਾਲ ਲਾਏ ਨੇ ਤਾਂ ਕਿ ਮਾਲਕ ਪਾਸੇ ਖਿਆਲ ਕਰ ਹੀ ਨਾ ਲਵੇ। ਇੱਥੇ ਪਹਿਲਾਂ ਜਦੋਂ ਅੰਗਰੇਜ਼ ਆਏ ਨੇ ਹਿੰਦੁਸਤਾਨ 'ਚ, ਉਸ ਵੇਲੇ ਰਜਵਾੜੇ ਸੀ ਛੋਟੇ ਛੋਟੇ ਕਈ, ਉਹਨਾਂ ਦੇ ਲੜਕਿਆਂ ਨੂੰ ਅੰਗਰੇਜ਼ਾਂ ਨੇ ਆਪਣੀ ਉਂਗਲਾਂ 'ਤੇ ਚੜਾ ਲਿਆ, ਪੈਸੇ ਵੀ ਉਹਨਾਂ ਦੇ, ਅਤੇ ਚੰਗੀ ਚੰਗੀਆਂ ਜਗ੍ਹਾ ਗਲਤ ਹੋਟਲਾਂ 'ਚ ਲਿਜਾ ਕੇ, ਹੋਰ ਐਸੀ ਜਗ੍ਹਾ 'ਤੇ ਲਿਜਾ ਕੇ ਉਹਨਾਂ ਤੋਂ ਗਲਤ ਕੰਮ ਕਰਾਉਣੇ, ਪੈਸਾ ਵੀ ਉਹਨਾਂ ਦਾ ਖਰਚ ਕਰਾਉਣਾ, ਅਤੇ ਫਿਰ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਪੈਸੇ ਹੋਰ ਲਿਆਓ, ਸਾਨੂੰ ਇੰਗਲੈਂਡ ਦਿਖਾ ਕੇ ਲਿਆਈਏ, ਉੱਧਰ ਲੈ ਜਾਂਦੇ, ਉੱਧਰ ਜਾ ਕੇ ਗਲਤ ਕੰਮ ਕਰਾਉਣੇ, ਪੈਸੇ ਉਹਨਾਂ ਨੂੰ ਦੇਈ ਜਾਣੇ, ਉਧਾਰ ਦੇਈ ਜਾਣਾ, ਪਿੱਛੋਂ ਜ਼ਮੀਨ ਲਿਖਾ ਲੈਣੀ ਉਹਨਾਂ ਤੋਂ, ਉੱਥੇ ਲਿਖਾ ਲੈਣੀ, ਅਤੇ ਉਹਨੂੰ ਅੱਗ ਬਾਦਸ਼ਾਹ ਦੇ ਪਿਓ ਨੂੰ ਕੈਦ ਕਰ ਲੈਣਾ, ਉਹਨੂੰ ਉੱਥੇ ਉਹਨਾਂ ਨੇ ਕੈਦ ਕਰ ਲੈਣਾ, ਉੱਥੇ ਆ ਜਾਓ ਉਹਦੇ ਪਿਓ ਨੂੰ ਕੈਦ ਕਰ ਲੈਣਾ ਵੀ ਆ ਦੇਖ ਤੇਰੇ ਮੁੰਡੇ ਨੇ ਲਿਖ ਕੇ ਦਿੱਤਾ ਇੰਨਾ ਕਰਜ਼ਾ ਸਾਡੇ ਕੋਲੋਂ ਲਿਆ, ਉਹਨੂੰ ਉੱਥੇ ਕੈਦ ਕਰ ਦੇਣਾ, ਉਹ ਰਾਜ ਕਰ ਲੈਣਾ ਆਪ। ਇਸੇ ਤਰ੍ਹਾਂ ਹੀ ਕਾਲ ਨੇ ਸਾਡੇ ਪਿੱਛੇ ਉਹ ਦੂਤ ਛੱਡੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਮਾਇਆ ਐਸੇ ਛੱਡੇ ਨੇ, ਸਾਡੇ ਹੀ ਪੈਸੇ, ਸਾਡੀ ਚੀਜ਼, ਸਾਡਾ ਹੀ ਅੰਮ੍ਰਿਤ, ਉਹ ਸਾਡੇ ਤੋਂ ਹੀ ਖਰਚ ਕਰਵਾ ਕੇ ਕੰਮ ਆਪਣਾ ਕਰਾ ਕੇ ਸਾਨੂੰ ਫਿਰ ਜੇਲ੍ਹ ਹੀ ਠੋਕ ਦਿੰਦੇ ਨੇ, ਸਾਡੇ ਕੋਲ ਹੀ ਕੰਮ ਕਰਾਉਂਦੇ ਸਾਰਾ ਨਾਲ, ਬਹਾਦਰੀ ਦੇਖੋ ਸਾਡੇ ਕੋਲ ਹੀ ਕੰਮ ਕਰਾਉਂਦੇ, ਜਿਵੇਂ ਅੰਗਰੇਜ਼ ਗੌਰਮੈਂਟ ਨੇ ਸਾਡੇ ਕੋਲੋਂ ਕੰਮ ਲੈ ਕੇ ਸਾਡੇ ਪੈਸੇ ਤੋਂ ਹੀ ਕੰਮ ਲੈ ਕੇ ਸਾਨੂੰ ਬਾਦਸ਼ਾਹ ਨੂੰ ਕੈਦ ਕੀਤਾ, ਹਿੰਦੁਸਤਾਨ ਨੂੰ ਗੁਲਾਮ ਬਣਾਤਾ। ਇਸ ਤਰ੍ਹਾਂ ਸਾਡੀ ਜਿਹੜੀ ਬਾਦਸ਼ਾਹ ਹੀ ਹੈ ਦੋ ਜਹਾਨ ਦੀ, ਉਹ ਸਾਡੇ ਕੋਲੋਂ ਹੀ ਸਾਡਾ ਅੰਮ੍ਰਿਤ ਖਾ ਪੀ ਕੇ ਤੇ ਸਾਨੂੰ ਉਲਟਾ ਗੁਲਾਮ ਕਰਤਾ ਵੀ ਤੂੰ ਕਰਜ਼ਾ ਹੀ ਹੋ ਗਿਆ, ਚੱਲ ਹੁਣ ਦੇ ਕਰਜ਼ਾ ਸਿੱਟੋ ਇਹਨਾਂ ਨਰਕਾਂ 'ਚ, ਇਹਨਾਂ ਨੇ ਨਰਕਾਂ ਦਾ ਭਾਗੀ ਸਾਨੂੰ ਬਣਾਇਆ। ਜਿਸ ਤਰ੍ਹਾਂ ਹੋ ਸਕੇ ਮਾਲਕ ਦਾ ਆਸਰਾ, ਮੌਕੇ ਤੇ ਮਾਲਕ ਨੂੰ ਯਾਦ ਕਰ ਲਓ, ਠੀਕ ਹੈ ਦੁਨੀਆਂ 'ਚ ਆਪਾਂ ਰਹਿੰਦੇ ਹਾਂ ਸੌ ਗੱਲਾਂ ਆਪਾਂ ਤਾਂ ਹੋ ਜਾਂਦੀਆਂ, ਪਰ ਮੌਕੇ ਤੇ ਮਾਲਕ ਨੂੰ ਯਾਦ ਰੱਖੋ, ਮਾਲਕਾ ਮੈਨੂੰ ਬਚਾ ਇਹਨਾਂ ਕੋਲੋਂ, ਜਿਸ ਤਰ੍ਹਾਂ ਵੀ ਹੋ ਸਕੇ ਰਾਹ ਕੱਢ, ਮੇਰੇ ਤੋਂ ਗਲਤ ਕੰਮ ਨਾ ਹੋ ਜਾਵੇ, ਸਾਡਾ ਸਾਰਿਆਂ ਦਾ ਹੱਕ ਹੈ ਇਸ ਤਰ੍ਹਾਂ ਮਾਲਕ ਅੱਗੇ ਫਰਿਆਦ ਕਰਨਾ। ਮੌਕੇ ਤੇ ਇੱਕ ਮਿੰਟ ਤੁਸੀਂ ਦੂਰ ਹੋ ਜਾਓ, ਗੁੱਸਾ ਢਲ ਜਾਂਦਾ, ਮੌਕੇ ਤੇ ਤੁਸੀਂ ਸਾਹਮਣੇ ਹੋਵੋਗੇ ਤਾਂ ਗੁੱਸਾ ਵੱਧ ਜੂਗਾ, ਕੋਈ ਨਾ ਕੋਈ ਝਗੜਾ ਵੱਧ ਜੂ, ਤੇ ਸਾਡੀ ਮਿੱਟੀ ਪਲੀਤ। ਹਾਂਜੀ, ਹੰਕਾਰ ਚ ਆ ਕੇ ਫਿਰ ਲੱਖਾਂ ਰੁਪਏ ਖਰਚ ਕਰ ਦਿੰਦੇ ਵੀ ਮੇਰੀ ਰਹਿ ਜਾਵੇ, ਪੈਸੇ ਦੇ ਕੋਈ ਜਾਇਦਾਦ ਭਾਵੇਂ ਸਾਰੀ ਵਿਕ ਜਾਵੇ, ਕੁੜਕ ਹੋ ਜਾਵੇ ਭਾਵੇਂ, ਕੋਈ ਗੱਲ ਨੀ। ਹਾਂਜੀ, ਸਿਮਰਨ ਬਿਨ ਗੋਤਾ ਖਾਏਗਾ, ਸਿਮਰਨ ਬਿਨ ਗੋਤਾ ਖਾਏਗਾ, ਸਿਮਰਨ ਬਿਨ ਗੋਤਾ ਖਾਏਗਾ, ਸਿਮਰਨ ਬਿਨ ਗੋਤਾ ਖਾਏਗਾ। ਆਇਆ ਜਗਤ ਮੇ ਕਿਆ ਲੈਕਰ ਤੂੰ, ਆਇਆ ਜਗਤ ਮੇ ਕਿਆ ਲੈਕਰ ਤੂੰ ਜਾਏਗਾ, ਕਿਆ ਲੈਕਰ ਤੂੰ ਜਾਏਗਾ, ਸਿਮਰਨ ਬਿਨ ਗੋਤਾ ਖਾਏਗਾ, ਸਿਮਰਨ ਬਿਨ ਗੋਤਾ ਖਾਏਗਾ।
जगत में हाथ पसारे जाएगा, हाथ पसारे जाएगा। बच्चा जब जन्म लेंदा तो मुट्ठी बंद होती है, ਤੁਸੀਂ ਬੱਚੇ ਦੀ ਖੁਲਾਓ, ਕੋਸ਼ਿਸ਼ ਕਰੋ ਖੋਲਦਾ ਨੀ ਛੇਤੀ, ਕਿਉਂ ਉਹਦੇ ਅੰਦਰ ਸਮਝ ਜਿਹੜੀ ਉਹਦੇ ਅੰਦਰ ਮਾਲਕ ਬੈਠਾ ਹੈ, ਕਿਉਂ ਉਹਨੂੰ ਪੂੰਜੀ ਦੇ ਕੇ ਭੇਜੀ ਹੈ, ਸੰਸਾਰ ਰੂਪੀ ਪੂੰਜੀ ਵੀ ਇੰਨੀ ਪੂੰਜੀ ਤੈਨੂੰ ਦੇ ਕੇ ਭੇਜਦੇ ਆ ਤਾਂ ਫਾਇਦਾ ਉਠਾਈ। ਪਰ ਇੱਥੇ ਆ ਕੇ ਜਿੰਨਾ ਚਿਰ ਛੋਟਾ ਹੁੰਦਾ, ਜਿੰਨਾ ਚਿਰ ਉਹਨੂੰ ਸਮਝ ਨਹੀਂ ਹੁੰਦੀ, ਤਾਂ ਆਪਣੇ ਖਿਆਲ ਚ ਮਸਤ ਰਹਿੰਦਾ, ਬੱਚੇ ਨੂੰ ਕੋਈ ਹੋਸ਼ ਨਹੀਂ ਹੁੰਦੀ। ਥੋੜੀ ਥੋੜੀ ਸਮਝ ਆਉਣ ਲੱਗੀ, ਬਾਹਰਲੀ ਹਵਾ ਲੱਗੀ, ਵਿਗੜਦਾ ਜਵਾਨੀ ਜੀ ਕੁਛ ਹੋਰ ਹੀ ਹੋ ਜਾਂਦਾ। ਆਹਿਸਤਾ ਆਹਿਸਤਾ ਜਿੰਨੀ ਸੰਸਾਰ ਰੂਪੀ ਪੂੰਜੀ ਉਹਨੂੰ ਆਪਣੇ ਕੰਮ ਵਾਸਤੇ ਮਿਲੀ ਹੁੰਦੀ ਹੈ, ਉਹ ਨਜਾਇਜ਼ ਖਰਚ ਕਰਕੇ ਚਲੇ ਜਾਂਦਾ, ਆਖਰ ਜਾਂਦਾ ਹੱਥ ਖੋਲ ਦਿੰਦਾ। ਪਹਿਲਾਂ ਨਹੀਂ ਖੋਲਦਾ, ਤੁਸੀਂ ਜ਼ੋਰ ਲਾ ਲਓ ਬੱਚੇ ਦੇ, ਫਿਰ ਉਹ ਨਾਲ ਬੰਦ ਕਰਦਾ, ਉਹਨੂੰ ਹੋਸ਼ ਹੁੰਦੀ ਹੈ ਵੀ ਮੇਰੀ ਇਹ ਖੋਹ ਨਾ ਲੈਣ, ਉਹਨੂੰ ਹੋਸ਼ ਹੁੰਦੇ ਬੱਚੇ ਨੂੰ, ਛੇਤੀ ਨਹੀਂ ਖੋਲਦਾ, ਪਰ ਜਾਂਦਾ ਆਪਣੇ ਆਪ ਹੀ ਖੋਲ ਦਿੰਦਾ, ਕੁਛ ਨਹੀਂ ਪੱਲੇ ਰਹਿੰਦਾ, ਖਾਲੀ ਕਰਕੇ ਨਿਕਲ ਜਾਂਦਾ। ਤੂੰ ਰਾਮ ਨਾਮ ਜਪਿਆ ਨਾ, ਸਿਮਰਨ ਕੀਤਾ ਨੀ, ਉਹਦੇ ਬਿਨਾਂ ਫਿਰ ਉਹ ਸਾਰਾ ਸੰਸਾਰ ਰੂਪੀ ਪੂੰਜੀ ਦੂਜੇ ਪਾਸੇ ਲਾਤੀ, ਬਚਿਆ ਸਾਡੇ ਕੋਲ ਕੁਛ ਵੀ ਨਾ, ਆਖਿਰ ਤਰਜਾਈ ਹੋ ਕੇ ਚਲੇ। ਹਾਂਜੀ, ਸਿਮਰਨ ਬਿਨਾਂ ਕੋਈ ਪਖ ਆਏਗਾ, ਫਿਰ ਗੋਤੇ ਗੋਤੇ ਨੇ ਸਿਮਰਨ ਨਹੀਂ ਕਰਾਂਗੇ, ਉਸ ਮਾਲਕ ਦਾ ਪੂੰਜੀ ਅਸੀਂ ਸੰਭਾਲ ਕੇ ਨੀ ਰੱਖਾਂਗੇ, ਤਾਂ ਫਿਰ ਆਖਿਰ ਗੋਤੇ ਹੀ ਨੇ। ਹਾਂਜੀ, ਮੁੱਠੀ ਬਾਂਧ ਕਰ ਆਇਆ ਜਗਤ ਮੇਰੇ, ਮੁੱਠੀ ਬਾਂਧ ਕਰ ਆਇਆ ਜਗਤ ਮੇਰੇ, ਹੱਥ ਸਾਰੇ ਜਾਏਗਾ, ਹੱਥ ਸਾਰੇ ਜਾਏਗਾ, ਚੋਰਾ ਜਾਏਗਾ, ਚੋਰਾ ਜਾਏਗਾ।
ਵੱਡੀ ਜਾਇਦਾਦ ਹੈ ਰਾਤ ਨੂੰ ਜਾਗਣਾ। ਰਾਤ ਨੂੰ ਜੀ ਜਾਗਦਾ ਤਾਂ ਮਾਲਕ ਬਰਕਤਾਂ ਦਿੰਦਾ ਉਹਨੂੰ। ਇੱਕ ਫਕੀਰ ਕਿਤੇ ਆ ਕੇ ਬਹਿ ਗਿਆ ਦਰਖਤ ਥੱਲੇ, ਪਿੰਡਾਂ ਚ ਆਮ ਦਰਖਤਾਂ ਥੱਲੇ ਬਹਿੰਦੇ ਹੁੰਦੇ ਆ ਕੇ ਫਕੀਰ, ਉਹ ਆ ਕੇ ਬਹਿ ਗਿਆ। ਉਹਦਾ ਮਾਮੂਲ ਸੀ ਰਾਤ ਨੂੰ ਜਾਗਣਾ, ਸਾਰੇ ਜਾਗਦਾ ਸੀ ਉਹ। ਤੇ ਉਹਦੇ ਸਾਹਮਣੇ ਪੜੋਸ ਚ ਇੱਕ ਆਦਮੀ ਸੀ, ਉਹ 3 ਵਜੇ ਉੱਠ ਕੇ ਹੁੱਕਾ ਭਰਦਾ ਹੁੰਦਾ। 3 ਵਜੇ ਉਹਨੇ ਹੁੱਕਾ ਭਰਨਾ, ਫਕੀਰ ਜਿਹੜਾ ਸੀਗਾ ਉਹ ਅੰਦਰ ਜਾਂਦਾ ਸੀ। ਉਹਨੇ ਦੇਖਿਆ ਵੀ ਇਹ ਆਦਮੀ ਰੋਜ਼ 3 ਵਜੇ ਉੱਠਦਾ ਹੈ, ਮਾਲਕ ਦੀ ਰਹਿਮਤ ਉਹਦੇ ਉੱਤੇ ਆਉਂਦੀ ਹੈ, ਪਰ ਕਿਉਂਕਿ ਉਹ ਜਾਗਦਾ ਕਿਸੇ ਹੋਰ ਮਤਲਬ ਲਈ ਹੈ, ਉਹ ਵਾਪਸ ਮੁੜ ਜਾਂਦੀ ਹੈ। ਮਾਲਕ ਰਹਿਮਤ ਤਾਂ ਉਹਦੀ ਆਉਂਦੀ ਮਾਲਕ ਦੀ ਉਹਦੇ ਕੋਲ, ਪਰ ਉਹ ਜਾਗਦਾ ਕਿਸੇ ਹੋਰ ਮਤਲਬ ਲਈ ਹੈ, ਇਸ ਕਰਕੇ ਮੁੜ ਜਾਂਦੀ ਸੀ। ਉਹਨੂੰ ਕਹਿਣ ਲੱਗਿਆ, ਕਹਿੰਦਾ ਤੂੰ ਮਾਲਕ ਦੇ ਨਾਮ ਤੇ ਜਾਗਿਆ ਕਰ, ਹੁੱਕਾ ਪੀਣਾ ਛੱਡ ਦੇ, ਤੂੰ ਮਾਲਕ ਵਾਸਤੇ ਜਾਗ, ਤੇਰੇ ਤੇ ਮਾਲਕ ਦੀ ਰਹਿਮਤ ਆਉਂਦੀ ਹੈ, ਬੜੀ ਉਹਦੀ ਮਿਹਰ ਹੈ ਤੇਰੇ ਤੇ, ਤੂੰ ਇਹ ਛੱਡ ਦੇ ਪਿੱਟਣਾ, ਜਾ ਉਹਦੇ ਵਾਸਤੇ ਜਾਗ ਤਾਂ ਕਿ ਤੇਰਾ ਅੰਦਰ ਖੁੱਲ ਜਾਵੇ। ਉਹਨੇ ਕਿਹਾ ਠੀਕ ਹੈ। ਅੱਛਾ, 1 ਦਿਨ 2 ਦਿਨ 4 ਦਿਨ 10 ਦਿਨ ਦੇਖਿਆ, ਹੌਲੀ ਹੌਲੀ ਕੋਸ਼ਿਸ਼ ਕੀਤੀ ਉਹਨੇ। ਫਿਰ 1 ਦਿਨ ਉਹਦੀ ਆਰਸ ਆ ਗਈ, ਕਹਿੰਦਾ ਆਪਾਂ ਕਿਹੜਾ ਹੁੱਕਾ ਭਰਨਾ, ਚਲੋ 10 ਮਿੰਟ ਠਹਿਰ ਕੇ ਉੱਠ ਖੜਾਂਗੇ। 10 ਮਿੰਟ ਕਰਦੇ ਅਗਲੇ ਹੌਲੀ ਹੌਲੀ ਕਰਦੇ ਉਹ ਨਾ ਘੰਟੇ ਤੇ ਆ ਗਿਆ, 2 ਘੰਟੇ ਤੇ ਆ ਗਿਆ, ਉੱਠਣੇ ਛੱਡ ਗਿਆ। ਫਕੀਰ ਕਹਿੰਦਾ ਚੰਗਾ, ਇਹਨੂੰ ਹੁੱਕਾ ਜਿਡਾਇਆ, ਇਸ ਤਰ੍ਹਾਂ ਕਹੀਏ ਤੂੰ ਪੀ ਲੈ, ਕਮ ਸੇ ਕਮ ਉੱਠਦਾ ਤਾਂ ਹੈ। ਇਹ ਹਾਲ ਸਾਡਾ ਹੈ, ਮਤਲਬ ਨਹੀਂ ਅਸੀਂ ਜਾਗਦੇ ਹਾਂ, ਪਰ ਉਹ ਨਹੀਂ ਅਸੀਂ ਜਾਗਦੇ, ਮਾਲਕ ਵਾਸਤੇ ਨਹੀਂ ਅਸੀਂ ਜਾਗਦੇ। ਪੈਰੇ ਜਾ ਰਹਾ ਹੁੱਕੇ ਮਾਰਦਾ ਸਾਰੀ ਰਾਤ, ਜਾਗਦੇ ਰਹੋ ਦੂਜਿਆਂ ਵਾਸਤੇ, ਆਪਣੇ ਵਾਸਤੇ ਨਹੀਂ। ਦੂਜਿਆਂ ਵਾਸਤੇ ਜਾਗਦਾ ਉਹ, ਆਪਣੇ ਵਾਸਤੇ ਨਹੀਂ ਜਾਗਦਾ। ਪਹਿਰੇਦਾਰ ਬੱਚਾ ਬਿਮਾਰ ਹੋ ਜਾਂਦਾ, ਉਹਦੀ ਯਾਦ ਚ ਮਾਂ ਪਿਓ ਸਾਰੀ ਰਾਤ ਬੈਠੇ ਰਹਿੰਦੇ, ਰਿਸ਼ਤੇਦਾਰ। ਜੇ ਮਾਲਕ ਵਾਸਤੇ ਬੈਠਣਾ ਹੋਵੇ ਨਹੀਂ, ਕਿਸੇ ਵੀ ਕੰਮ ਵਾਸਤੇ, ਬਾਹਰ ਮੁਖੀ ਕੰਮ ਵਾਸਤੇ ਜ਼ਰੂਰ ਜਾਗਦਾ ਰਹੇਗਾ, ਜੇ ਮਾਲਕ ਵਾਸਤੇ ਜਾਗੇ ਤਾਂ ਮਾਲਕ ਮਿਲ ਜਾਵੇ। ਤੇ ਅਸੀਂ ਮਾਲਕ ਵਾਸਤੇ ਜਾਗਦੇ ਨਹੀਂ ਜਿੰਨਾ ਹੋ ਸਕੇ। ਇਹ ਨਹੀਂ ਕਿਸੇ ਨੂੰ ਸੋਚਣਾ ਚਾਹੀਦਾ ਵੀ ਮੈਂ ਪ੍ਰੇਮੀ ਨਹੀਂ ਹਾਂ ਜਾਂ ਮੈਂ ਨਾਮ ਨਹੀਂ ਲਿਆ, ਨਹੀਂ। ਹਰ ਆਦਮੀ ਦਾ ਫਰਜ਼ ਹੈ, ਜਿਹੜਾ 2 ਰੋਟੀ ਖਾਂਦਾ ਹੈ ਉਹਦੇ ਵਾਸਤੇ, ਜਿਹੜਾ ਭੁੱਖਾ ਰਹਿੰਦਾ ਉਹਦੀ ਮੈਂ ਨਹੀਂ ਕਹਿੰਦਾ, ਜਿਹੜਾ ਵੀ ਮਾਲਕ ਦੀ ਦਾਤ ਨਹੀਂ ਖਾਂਦਾ, ਜੋ ਆਦਮੀ ਮਾਲਕ ਦੀ ਦਾਤ ਖਾਂਦਾ ਹੈ ਉਹਦੇ ਵਾਸਤੇ ਹੱਕ ਹੈ, ਰਾਤ ਨੂੰ ਉਸ ਮਾਲਕ ਦੇ ਵਾਸਤੇ ਜ਼ਰੂਰ ਟਾਈਮ ਦੇਵੇ, ਉਸਨੂੰ ਯਾਦ ਕਰੇ, ਉਹਦਾ ਸ਼ੁਕਰਾਨਾ ਕਰੇ, ਮਾਲਕਾ ਇਹ ਤਾਂ ਦਿੱਤੀ ਹੈ, ਜੇ ਤੂੰ ਨਾ ਦੇਵੇਂ ਤਾਂ ਮੈਂ ਕਿੱਥੋਂ ਖਾਵਾਂ।
ਤੇਰੀ ਮਿਹਰ ਨਾਲ ਮੈਨੂੰ ਦੋ ਫੁਲਕੇ ਜਿਹੜੇ ਮਿਲੇ ਨੇ, ਜੇ ਤੂੰ ਨਾ ਦੇਵੇਂ ਤਾਂ ਮੈਂ ਕਿੱਥੋਂ ਖਾਵਾਂਗਾ, ਤੇਰੀ ਬਹਾਦਰੀ ਆ, ਤੂੰ ਮੇਰੇ ਅੰਦਰ ਬੈਠ ਕੇ ਕੰਮ ਕਰਦਾ, ਜੇ ਤੂੰ ਨਾ ਇਹਦੇ ਵਿੱਚੋਂ ਨਿਕਲੀਏ ਤਾਂ ਮੇਰਾ ਸਰੀਰ ਕਿਵੇਂ ਹਿੱਲੇਗਾ, ਜਬ ਆਪਣੀ ਜੋਤ ਖਿੱਚੇ ਤੂੰ ਸਵਾਮੀ ਫਿਰ ਕੋਈ ਕਰ ਵਿਖਾ ਵਿਖਾਨਾ, ਚਲੋ ਜੋਤ ਹੀ ਅੰਦਰੋਂ ਖਿੱਚ ਲਈ ਫਿਰ ਬੋਲ ਕੇ ਦਿਖਾਓ ਕੋਈ ਨਹੀਂ, ਇਹ ਉਹਦੀ ਬਹਾਦਰੀ ਹੈ, ਆਪਣੇ ਅੰਦਰ ਬੈਠ ਕੇ ਉਹ ਕੰਮ ਕਰਦਾ। ਮਸਾਨਾ ਜੀ ਗਿਆ ਦਿੱਲੀ ਬਿਰਲਾ ਮੰਦਿਰ ਜਾ ਕੇ ਦੇਖਿਆ, ਬੜਾ ਸੋਹਣਾ ਬਿਰਲਾ ਮੰਦਿਰ, ਜਿਹਨੇ ਦੇਖਿਆ ਉਹਨਾਂ ਨੂੰ ਪਤਾ। ਮਸਾਨਾ ਜੀ ਕਹਿੰਦੇ ਵੀ ਕਿਹਨੇ ਬਣਾਇਆ, ਕਹਿੰਦੇ ਜੀ ਰਾਜ ਨੇ ਬਣਾਇਆ। ਅੱਛਾ ਰਾਜ ਨੂੰ ਕਿਸਨੇ ਬਣਾਇਆ, ਰਾਜ ਕਹਿੰਦੇ ਮਿਸਤਰੀ ਨੂੰ, ਰਾਜ ਨੂੰ ਕਿਸਨੇ ਬਣਾਇਆ, ਅੱਛਾ ਜੀ ਉਹ ਤਾਂ ਮਾਲਕ ਨੇ ਬਣਾਇਆ। ਫਿਰ ਤੁਸੀਂ ਮਾਲਕ ਦੇ ਗੁਣ ਕਿਉਂ ਨੀ ਗਾਉਂਦੇ, ਰਾਜ ਦੇ ਗੁਣ ਦਾ ਗਾਉਣਗੇ ਵੀ ਇਹ ਬਿਰਲਾ ਮੰਦਿਰ ਮਾਲਕ ਨੇ ਬਣਾਇਆ, ਤੁਹਾਨੂੰ ਰਾਜ ਨੇ ਬਣਾਇਆ। ਤੇ ਰਾਜ ਨੂੰ ਬਣਾਉਣ ਵਾਲਾ ਕੌਣ ਹੈ, ਉਹਦੇ ਅੰਦਰ ਬੈਠ ਕੇ ਕੰਮ ਕਰਾਇਆ ਉਹਨੇ, ਜਿਸਨੇ ਉਸ ਰਾਜ ਨੂੰ ਬਣਾਇਆ ਉਸ ਨੂੰ ਮੱਥਾ ਟੇਕੋ, ਜਿਹਨੇ ਉਹਦੇ ਅੰਦਰ ਬੈਠ ਕੇ ਕੈਸੀ ਚੀਜ਼ ਕੱਢੀ ਆ, ਉਸਨੇ ਅਸਲ ਪੂਜਣ ਦਾ ਲਾਇਕ ਉਹ ਹੈ, ਉਹ ਜੀਵ ਦੇ ਅੰਦਰ ਬੈਠਾ ਹੈ ਬਾਹਰ ਕਿਤੇ, ਉਹਦੀ ਬਹਾਦਰੀ ਹੈ ਸਾਡੇ ਕੋਲੋਂ ਕੰਮ ਲੈ ਕੇ ਸਾਨੂੰ ਦੋ ਫੁਲਕੇ ਦਿੰਦਾ, ਉਹਦਾ ਸ਼ੁਕਰਾਨਾ 2 ਮਿੰਟ ਜ਼ਰੂਰ ਕਰਨਾ ਚਾਹੀਦਾ। ਇਹ ਹਰ ਚੀਜ਼ ਦਾ ਫਰਜ਼ ਹੈ ਜਿਹੜਾ ਰੋਟੀ ਖਾਂਦਾ, ਜੇ ਅਸੀਂ ਉਸਦਾ ਕੋਈ ਬਖਸ਼ੀ ਹੋਈ ਚੀਜ਼ ਚੋਂ ਅਸੀਂ ਨਹੀਂ ਖਾਂਦੇ ਤਾਂ ਠੀਕ ਹੈ, ਉਹਦੀ ਮਰਜ਼ੀ ਲਵੇ ਨਾ ਲਵੇ, ਜਿਹੜਾ ਖਾਂਦਾ ਉਹਦਾ ਹੱਕ ਬਣਦਾ, ਨਹੀਂ ਤਾਂ ਇਹਦਾ ਬਦਲਾ ਦੇਣਾ ਪਵੇਗਾ, ਆਖਰੀ ਹਿਸਾਬ ਪੁੱਛਿਆ ਜਾਵੇਗਾ ਇਹ ਸਭ ਕੋਲੋਂ। ਫਿਰ ਇੱਕ ਆਦਮੀ ਨਾਲ ਭੋਲ ਹੋਵੇ ਉਹਦਾ ਵੀ ਛੁਟਕਾਰਾ ਹੋ ਜਾਂਦਾ, ਪਤਾ ਹੁੰਦੇ ਹੋਏ ਹੁਣ ਮੈਂ ਤੈਨੂੰ ਕਹਿੰਦਾ ਸਾਹਮਣੇ ਖੱਡਾ ਨਾ ਜਾ, ਖੱਡੇ ਚ ਡਿੱਗ ਪਏਗਾ, ਤੂੰ ਕਹੇਗਾ ਮੈਂ ਤਾਂ ਇਸੇ ਰਾਹ ਜਾਊਂਗਾ, ਡਿੱਗੇਗਾ ਬਾਅਦ ਚ ਉਲਾਂਭਾ ਦੇਗਾ ਤਾਂ ਤੈਨੂੰ ਪੁੱਛੂ ਕੋਈ ਤੈਨੂੰ ਕਿਸੇ ਰੋਕਿਆ ਸੀ ਕਿ ਨਹੀਂ ਗਈ, ਤਾਂ ਤੂੰ ਕਹੇਗਾ ਮੈਨੂੰ ਰੋਕਿਆ ਤਾਂ ਸੀ ਪਰ ਮੈਂ ਹੀ ਨਹੀਂ ਮੰਨਿਆ। ਮਾਲਕ ਨੇ ਹਿਸਾਬ ਪੁੱਛਣਾ ਵੀ ਤੈਨੂੰ ਕਿਸੇ ਨੇ ਕਿਹਾ ਸੀ ਕਿ ਨਹੀਂ ਵੀ ਇਹ ਗੱਲ ਵੀ ਰਾਤ ਨੂੰ ਜਪਣਾ, ਮਾਲਕ ਦਾ ਨਾਂ ਜਪਣਾ, ਉੱਥੇ ਹਿਸਾਬ ਸਾਰਾ ਪੁੱਛਿਆ ਜਾਵੇਗਾ। ਅਸੀਂ ਇਹ ਵੀ ਕਹਿ ਸਕਦੇ ਵੀ ਅਸੀਂ ਅਣਭੋਲ ਹਾਂ, ਪਰ ਜਦੋਂ ਦੱਸਣ ਵਾਲਾ ਹੋਵੇ ਤਾਂ ਉਹਦੀ ਜ਼ਰੂਰ ਇਹ ਮੰਨ ਗਿਆ, ਇਹ ਯਾਰ ਹੱਕ ਦੀ ਗੱਲ ਹੈ ਸਾਡੇ, ਇਹ ਸਾਡੇ ਹੱਕ ਦੀ ਗੱਲ ਹੈ। ਜਿਹੜਾ ਵੀ ਜੀਵ ਦੁਨੀਆਂ ਚ ਪੈਦਾ ਹੋਇਆ ਉਸ ਮਾਲਕ ਦੇ ਸ਼ੁਕਰਾਨੇ ਵਾਸਤੇ ਹੋਇਆ, ਆਪਣੇ ਛੁਟਕਾਰੇ ਵਾਸਤੇ ਹੋਇਆ। ਜਿਹੜਾ ਰਾਤ ਨੂੰ ਬੈਠ ਕੇ ਉਹਦਾ ਸ਼ੁਕਰਾਨਾ ਕਰਦਾ, ਇੱਕ ਦਿਨ ਮਾਲਕ ਨੂੰ ਜ਼ਰੂਰ ਮਿਲੇਗਾ, ਉਹਦਾ ਛੁਟਕਾਰਾ ਜ਼ਰੂਰ ਹੋਵੇਗਾ। ਦੇਖੋ ਕਿੰਨੇ ਕਿੰਨੇ ਜਨਮ ਅਸੀਂ ਧੱਕੇ ਖਾ ਖਾ ਕੇ ਪਤਾ ਨਹੀਂ ਮਾਲਕ ਨੇ ਸਾਡੇ 'ਤੇ ਕੀ ਮਿਹਰ ਕਰਕੇ ਇਨਸਾਨੀ ਜਨਮ ਸਾਨੂੰ ਦਿੱਤਾ, ਇਹ ਬਹੁਤ ਵੱਡੀ ਮਿਹਰ ਹੈ ਉਹਦੀ। ਸ਼ਿਵ ਵਰਮਾ ਵਿਸ਼ਨੂੰ ਨੂੰ ਇਸ ਦੇਹੀ ਕੋ ਲੋਕੇ ਦੇਵ, ਉਸ ਨੂੰ ਤਰਸਦੇ ਨੇ ਵੀ ਸਾਨੂੰ ਨਾਮ ਦੇ, ਅਸੀਂ ਵੀ ਤੇਰਾ ਨਾਮ ਜਪੀਏ, ਕਿਉਂ ਉਹਨਾਂ ਨੂੰ ਤਾਂ ਇਹ 84 ਦੇ ਚੱਕਰ ਚ ਨੇ ਉਹ ਵੀ। ਸ਼ਿਵ ਵਰਮਾ ਵਿਸ਼ਨੂੰ ਦੇਹੀ ਦੇਵਤੇ ਜਿੰਨੇ ਵੀ ਨੇ ਉਹ ਸਾਡੀ ਰੱਖਿਆ ਵਾਸਤੇ ਪੈਦਾ ਕੀਤੇ ਨੇ ਮਾਲਕ ਨੇ, ਜਿਸ ਤਰ੍ਹਾਂ ਜਿੰਨੇ ਵੀ ਸਾਡੇ ਅਫਸਰ ਨੇ ਗਵਰਨਮੈਂਟ ਨੇ ਲਾਏ ਨੇ ਸਾਡੀ ਰੱਖਿਆ ਵਾਸਤੇ ਲਾਏ ਨੇ, ਸਾਡੇ ਤੋਂ ਕੋਈ ਅਫਸਰ ਨਹੀਂ ਸਾਡੀ ਰੱਖਿਆ ਵਾਸਤੇ ਨੇ ਉਹ, ਠੀਕ ਹੈ। ਉਹਨਾਂ ਦਾ ਥੋੜਾ ਜਿਹਾ ਅਹੁਦਾ ਦਿੱਤਾ ਹੋਇਆ ਗਵਰਨਮੈਂਟ ਦਾ ਹੁਕਮ ਹੈ ਉਹਨਾਂ ਕੋਲ, ਇਸ ਕਰਕੇ ਅਸੀਂ ਉਲਟਾ ਉਹਨਾਂ ਤੋਂ ਡਰਦੇ ਹਾਂ, ਉਲਟਾ ਉਹਨਾਂ ਦੇ ਗੁਲਾਮ ਬਣ ਗਏ ਅਸੀਂ। ਮਾਲਕ ਨੇ ਜਿਹੜੇ ਵੀ ਦੇਵੀ ਦੇਵਤੇ ਬਣਾਏ ਨੇ, ਸ਼ਿਵ ਵਰਮਾ ਵਿਸ਼ਨੂੰ ਬਣਾਏ ਨੇ, ਦੁਨੀਆਂ ਨੂੰ ਚਲਾਉਣ ਵਾਸਤੇ ਬਣਾਏ ਨੇ, ਸਾਡੇ ਦੇਖਭਾਲ ਵਾਸਤੇ ਬਣਾਏ ਨੇ, ਸਾਡੀ ਰੱਖਿਆ ਵਾਸਤੇ ਬਣਾਏ ਨੇ, ਸਾਡੇ ਪੂਜਣ ਵਾਸਤੇ ਨਹੀਂ ਬਣਾਏ। ਉਹ ਉਲਟਾ ਕਹਿੰਦੇ ਨੇ ਸਾਨੂੰ ਮਾਨਸ ਦੇ ਮਿਲੇ, ਅਸੀਂ ਆਪਣੇ ਛੁਟਕਾਰੇ, ਜਦੋਂ ਰਾਹ ਚ ਦੇਖਦੇ ਨੇ ਕਿਸੇ ਜੀਵ ਨੂੰ ਜਾਂਦੇ ਨੂੰ ਵੀ ਆਪਣੇ ਮਾਲਕ ਦੇ ਨਾਲ ਆਪਣੇ ਸਤਿਗੁਰ ਦੇ ਨਾਲ ਲੱਗੇ ਆਪਣੇ ਦਰਗਾਹ ਚ ਜਾ ਰਿਹਾ, ਤੇ ਅਸੀਂ ਇੱਥੇ ਫਸੇ ਬੈਠੇ ਹਾਂ ਆਪਣੇ ਆਪਣੇ ਹੰਕਾਰ ਚ, ਮੈਂ ਸ਼ਿਵ ਹਾਂ, ਮੈਂ ਬ੍ਰਹਮਾ, ਮੈਂ ਵਿਸ਼ਨੂੰ ਹਾਂ, ਵੀ ਸਾਨੂੰ ਵੀ ਮਾਲਕ ਆ ਤੂੰ ਅਸੀਂ ਦੇ ਦੇ ਇਨਸਾਨੀ ਦੇ ਦੇ, ਅਸੀਂ ਤੇਰਾ ਨਾਮ ਜਪੀਏ, ਸਾਡਾ ਛੁਟਕਾਰਾ ਹੋਵੇ, ਅਸੀਂ ਆਪਣੇ ਘਰ ਜਾਈਏ। ਤੇ ਜੇ ਬਹੁਤ ਵੱਡੀ ਮਿਹਰ ਹੁੰਦੀ ਹੈ ਤਾਂ ਇਹ ਮਿਲਦੀ ਹੈ, ਫਿਰ ਉਸ ਤੋਂ ਵੱਡੀ ਮਿਹਰ ਹੈ ਫਕੀਰ ਮਿਲ ਜਾਵੇ, ਜੇ ਕੋਈ ਮਾਲਕ ਦਾ ਬਖਸ਼ਿਆ, ਮਾਲਕ ਦਾ ਭੇਜਿਆ, ਉਸਦੇ ਹੁਕਮ ਨਾਲ ਆਇਆ, ਪਰਮ ਸੰਤ ਕੋਈ ਮਿਲੇ, ਇਹ ਉਸ ਤੋਂ ਵੱਡੀ ਮਿਹਰ ਹੈ। ਅਗਰ ਉਸ ਤੋਂ ਕੋਈ ਮਾਨ ਮਿਲ ਗਿਆ ਤਾਂ ਸਭ ਤੋਂ ਵੱਡੀ ਮਿਹਰ ਹੈ, ਫਿਰ ਇਹਨੂੰ ਜਪਣਾ ਜੀਵ ਦਾ ਆਪਣਾ ਹੱਕ ਹੈ, ਤੈਨੂੰ ਮੇਰਾ ਮਾਲਕ ਕਰਦਾ ਇਸ ਤੇ ਖਾਸ।
ਫਿਰ ਉਸ ਨੂੰ ਜਪ ਕੇ ਆਪਣੇ ਛੁਟਕਾਰੇ ਦਾ ਬੰਦੋਬਸਤ ਕਰੇ, ਉਸ ਨੂੰ ਜਪਣਾ ਪੈਣਾ। ਪਰ ਜੀਵ ਦੇ ਛੁਟਕਾਰੇ ਦਾ ਰਾਹ ਵੀ ਇੱਕੋ ਹੀ ਹੈ, ਇਸ ਤੋਂ ਬਿਨਾਂ ਕੋਈ ਹੋਰ ਨਹੀਂ ਰਾਹ ਹੈ। ਆਉਣ ਦਾ ਇੱਕ ਰਾਹ ਤੇ ਜਾਣ ਦਾ ਵੀ ਇੱਕੋ ਹੀ ਰਾਹ ਹੈ, ਦੋ ਕਦੇ ਨਹੀਂ ਹੋ ਸਕਦੇ। ਅਸੀਂ ਤਾਂ ਐਵੇਂ ਲੜ ਲੜ ਕੇ ਮਰ ਜਾਂਦੇ ਹਾਂ, ਕੋਈ ਕਹਿੰਦਾ ਮੈਂ ਇਹ ਮਸਜਿਦ ਬਣਾਉਣੀ, ਉਹ ਕਹਿੰਦਾ ਮੈਂ ਮੰਦਰ ਬਣਾਉਣਾ, ਹਜ਼ਾਰਾਂ ਜੀਵਾਂ ਦੇ ਕਤਲ ਕਰਦੇ, ਉਹ ਉੱਥੇ ਦੀ ਉੱਥੇ ਜਗ੍ਹਾ ਪਈ ਹੈ, ਦੱਸੋ ਕੀ ਬਣਿਆ ਬਈ? ਜਿਸਨੇ ਉਹ ਚੀਜ਼ ਬਣਾਈ, ਜਿਹਦੇ ਪਿੱਛੇ ਬਣੀ, ਉਹਨਾਂ ਜੀਵਨ ਨੂੰ ਅਸੀਂ ਮਾਰੀ ਜਾਂਦੇ ਹਾਂ, ਉਹਨਾਂ ਦੀ ਅਸੀਂ ਰੱਖਿਆ ਕਰਦੇ ਹਾਂ, ਉਹਦੇ ਪਿੱਛੇ ਲੜ ਲੜ ਕੇ ਅਸੀਂ ਮਰ ਗਏ, ਹਾਲ ਤਾਂ ਆਖਰ ਮਿੱਟੀ ਉਹ ਕਹਿੰਦਾ ਮੈਂ ਇਹ ਬਣਾਉਣਾ, ਉਹ ਕਹਿੰਦਾ ਮੈਂ ਇਹ ਬਣਾਉਣਾ, ਉਹ ਕਹਿੰਦਾ ਕਿਸੇ ਦਾ ਦਿਲ ਨਾ ਤੋੜੀ। ਜਦੋਂ ਆਪਾਂ ਬੰਦੇ ਨੂੰ ਮਾਰਤਾ, ਦਿਲ ਕਿੱਧਰ ਰਹਿ ਗਿਆ? ਅੱਛਾ ਮੰਦਰ ਢਾ ਦੇ, ਮਸਜਿਦ ਢਾ ਦੇ, ਢਾ ਦੇ ਜੋ ਕੁਛ ਢਾਂਦਾ, ਇੱਕ ਬੰਦੇ ਦਾ ਦਿਲ ਨਾ ਤੋੜੀ ਜਿਸ ਵਿੱਚ ਮਾਲਕ ਰਹਿੰਦਾ। ਇੱਥੇ ਤੱਕ ਫਕੀਰ ਕਹਿੰਦੇ ਨੇ ਵੀ ਜੋ ਕੁਛ ਮਰਜ਼ੀ ਢਾਵੇ, ਪਰ ਕਿਸੇ ਦਾ ਦਿਲ ਨਾ ਤੋੜ, ਕਿਸੇ ਦਾ ਦਿਲ ਨਾ ਦੁਖਾ, ਸਭ ਦੇ ਅੰਦਰ ਮਾਲਕ ਬੈਠਾ ਹੈ। ਇੱਕ ਫਿੱਕਾ ਨਾ ਗਲਾਏ ਮਾਣਕ ਸਭ ਅਮੋਲ ਹੋਵੇ, ਫੋਰੀ ਸਾਹਿਬ ਨੇ ਕਿਹਾ ਵੀ ਕਿਸੇ ਨੂੰ ਮਾੜਾ ਨਾ ਬੋਲ, ਸਭ ਦੇ ਅੰਦਰ ਮਾਲਕ ਬੈਠਾ, ਕਿਸੇ ਨੂੰ ਮਾੜਾ ਨਾ ਬੋਲ। ਇੱਕ ਫਿੱਕਾ ਨਾ ਗਲਾਏ ਮਾਣਕ ਸਭ ਅਮੋਲ ਹੋਵੇ, ਸਭ ਦੇ ਅੰਦਰ ਮਾਲਕ ਬੈਠਾ ਹੈ, ਹੀਰੇ ਜੈਸਾ ਮਾਲਕ ਬੈਠਾ ਹੈ, ਮਾੜਾ ਨਾ ਬੋਲ। ਮਾੜਾ ਬੋਲੇਗਾ ਤਾਂ ਉਸ ਮਾਲਕ ਨੂੰ ਬੋਲੇਗਾ ਤੂੰ, ਤੇਰਾ ਹੀ ਘਾਟਾ ਉਹਦੇ ਚ। ਦੂਜੇ ਪਾਸੇ ਮੈਨੇ ਇੱਕ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ, ਧਰਤਰਾ ਜੀ ਤੋਲੀਏ ਨਿਵੇ ਸਦਾਰਾ ਹੋਏ। ਜੇ ਅਸੀਂ ਕਿਸੇ ਨੂੰ ਗੱਲ ਕਰਦੇ ਹਾਂ ਸਾਹਮਣੇ, ਸਾਨੂੰ ਕਿਸੇ ਨੇ ਗੱਲ ਕਰਤੀ, ਅਸੀਂ ਸਾਹਮਣੇ ਕਰਦੀ, ਅਸੀਂ ਤਾਂ ਬਰਾਬਰ ਹੋ ਗਏ। ਹਾਂ, ਸਾਨੂੰ ਉਹਨੇ ਗੱਲ ਕਰਤੀ, ਅਸੀਂ ਉਹਦੇ ਅੱਗੇ ਹੱਥ ਜੋੜਾਂਗੇ ਤਾਂ ਪਰੜਾ ਸਾਡਾ ਭਾਰੀ ਰਹੂਗਾ, ਜਿਹੜਾ ਨੀਵਾਂ ਹੋਊ ਉਹਦਾ ਪਰੜਾ ਭਾਰੀ ਹੋ। ਤੱਕੜੀ ਤੋਲ ਕੇ ਦੇਖ ਲਓ ਤੁਸੀਂ, ਜਿਹੜਾ ਪਾਸਾ ਨੀਵਾਂ ਹੋਊਗਾ ਉਹਦੇ ਲਈ ਭਾਰ ਜ਼ਿਆਦਾ ਹੋਊ ਤਾਂ ਨੀਵਾਂ ਹੁੰਦਾ। ਤੱਕੜੀ ਨੂੰ ਬਰਾਬਰ ਦੋਨੋਂ ਪਾਸੇ ਕਿਲੋ ਕਿਲੋ ਪਾ ਦੇ ਤਾਂ ਬਰਾਬਰ ਰਹੂਗਾ। ਜੇ ਮੈਨੂੰ ਕਿਸੇ ਨੇ ਗਾਇਆ ਕਰਤੀ, ਮੈਂ ਉਹਨੂੰ ਕੱਢਤੀ ਤਾਂ ਅਸੀਂ ਤਾਂ ਬਰਾਬਰ ਹੋ ਗਏ ਨਹੀਂ, ਜੇ ਮੈਂ ਸਹਿਲੀ ਤਾਂ ਭਾਰਾ ਹੋ ਗਿਆ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ, ਧਰ ਤਰਾਜੂ ਤੋਲੀ ਨਿਵੇ ਸਦਾਰਾ ਹੋਏ। ਤਰਾਜੂ ਤਾਂ ਕਹਿ ਕਰਕੇ ਦੇਖ ਲਓ, ਜਿਹੜਾ ਪਾਸਾ ਨਿਭੂਗਾ ਉਹ ਭਾਰੀ ਹੁੰਦਾ, ਹਮੇਸ਼ਾ ਨਿਗਰ ਹੁੰਦਾ ਉਹ। ਹਰ ਫਕੀਰ ਨੇ ਕਿਹਾ ਵੀ ਨੀਵੇਂ ਹੋ ਗਏ ਚਲੋ, ਛੋਟਾ ਸਾਹ ਹੋ ਗਿਆ ਚਲੋ ਮੇਰੇ ਤੇ। ਪਹਿਲਾਂ ਕਬੀਰ ਸਾਹਿਬ ਨੇ ਵੀ ਕਿਹਾ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਹਰ ਬੰਦੇ ਨੇ ਕਿਹਾ ਨੀਵਾਂ ਹੋ ਗਏ ਚਲੋ। ਦੁਨੀਆਂ ਚੋਂ ਨਿਕਲਣ ਦਾ ਕਿਰਾਇਆ ਨੀਵਾਂ ਹੋ ਕੇ ਚੱਲਣ ਦਾ, ਸਿਮਰਨ ਕਰਕੇ ਨੀਵਾਂ ਹੋ ਕੇ, ਦੀਨਤਾ ਕਰਕੇ, ਸਭ ਅੱਗੇ ਹੱਥ ਜੋੜ ਕੇ, ਦੋ ਦਿਨ ਦੀ ਜ਼ਿੰਦਗੀ ਸਮਝ ਕੇ ਅਸੀਂ ਛੱਡ ਕੇ ਜਾਣਾ ਹੈ ਇਸ ਨੂੰ। ਅਸੀਂ ਇੱਥੇ ਕਿੱਲੇ ਨਹੀਂ ਕੱਢਣੇ, ਦੋ ਦਿਨ ਵਾਸਤੇ ਆਇਆ, ਸਿਰਫ ਇਹ ਸੁਣਨ ਦੀ ਗੱਲ ਨਹੀਂ, ਇਸ ਤੇ ਅਸੀਂ ਅਮਲ ਕਰਨਾ ਹੈ, ਅਮਲ ਕਰਕੇ ਚੱਲਣਾ ਹੈ, ਇਸ ਤੇ ਚੱਲ ਕੇ ਆਪਣਾ ਛੁਟਕਾਰਾ ਕਰਨਾ ਹੈ ਅਸੀਂ। ਅਪਰਾਧੀ ਦੂਣਾ ਨਿਵੇ, ਫਿਰ ਦੂਜੇ ਪਾਸੇ ਕਹਿੰਦੇ ਨੇ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ, ਕਹਿੰਦਾ ਇਹਦਾ ਅਪਰਾਧੀ ਜਿਹੜਾ ਮਿਰਗ ਨੂੰ ਮਾਰਦਾ ਹੈ ਉਹ ਵੀ ਨੀਵਾਂ ਹੋ ਕੇ ਮਾਰ ਗਿਆ। ਨੀਵਾਂ ਹੁੰਦਾ ਹੈ ਵੀ ਮਿਰਗ ਨੂੰ ਦੇਖ ਨਾ ਲਵੇ, ਸਿਰ ਥੱਲੇ ਕਰਕੇ ਨਿਸ਼ਾਨਾ ਕਰਕੇ ਫਿਰ ਮਾਰਦਾ। ਸੀਸ ਨਵਾਏ ਕਿਆ ਸੀ ਜਾਂ ਇਹਦੇ ਕਸੂਦੇ ਜਾ, ਉਹ ਕਹਿੰਦੇ ਅਸੀਂ ਨੀਵਾਂ ਤਾਂ ਹੋਇਆ, ਪਰ ਜੇ ਸਾਡੇ ਅੰਦਰੋਂ ਮੈਲ ਨਾ ਗਈ ਤਾਂ ਨੀਵਾਂ ਹੁੰਦਾ ਵੀ ਕੀ ਫਾਇਦਾ। ਕਹਿੰਦਾ ਉਹਦਾ ਸ਼ਿਕਾਰੀ ਜਿਹੜਾ ਹੁੰਦਾ ਨੀਵਾਂ ਤਾਂ ਵੀ ਬਥੇਰਾ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਿਕਾਰੀ ਵੀ ਨੀਵਾਂ ਬਹੁਤ ਹੁੰਦਾ, ਕਿ ਜਦੋਂ ਮੁਰਗ ਨੂੰ ਮਾਰਦਾ ਤਾਂ ਨੀਵਾਂ ਹੋ ਕੇ ਸਿਸ ਲਾ ਕੇ ਫਿਰ ਮਾਰਦਾ, ਉਹ ਸਾਹਮਣੇ ਦੇਖ ਵੀ ਨਾ ਲਵੇ। ਪਰ ਕਹਿੰਦਾ ਉਹਦਾ ਨੀਵੇਂ ਹੁੰਦਾ ਵੀ ਕੀ ਫਾਇਦਾ ਜੀ, ਅੰਦਰ ਪਾਪ ਹੈ ਤਾਂ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਏ, ਸੀਸ ਨਿਵਾਏ ਕਿਆ ਥੀ ਜਾ ਰਹੇ ਕਿਸੇ ਜਾਏ। ਜਦ ਤੱਕ ਮਨ ਦੀ ਮੈਲ ਨਹੀਂ ਜਾਂਦੀ, ਪਾਪ ਨਹੀਂ ਅੰਦਰੋਂ ਅਸੀਂ ਕਰਦੇ ਤਾਂ ਨੀਵੇਂ ਹੋਣ ਦਾ ਵੀ ਕੀ ਫਾਇਦਾ। ਅੰਦਰ ਸਾਡੇ ਤੇਰੇ ਤਾਂ ਮੈਨੂੰ ਗੱਲ ਕੱਢੀ ਤੇਰੇ ਪ੍ਰਤੀ, ਮੇਰੇ ਅੰਦਰ ਗੁੱਸਾ ਦਾ ਭਰਿਆ ਪਿਆ, ਉਹਨੂੰ ਬਾਰਾਂ ਦੁਨੀਆਂ ਦਿਖਾਵਾਂਗਾ, ਕਹਿੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਥੋੜਾ ਵੀ ਕੋਈ ਫਾਇਦਾ ਨਹੀਂ। ਅੰਦਰੋਂ ਨਾ ਹੋਵੇ ਖਿਆਲ, ਅੰਦਰੋਂ ਉਹਨੂੰ ਬਖਸ਼ ਦਿਓ, ਅੰਦਰੋਂ ਉਹਨੂੰ ਮਾਫ਼ ਕਰ ਦਿਓ, ਫਿਰ ਉਹਦਾ ਫਾਇਦਾ।
ਉਹਨੂੰ ਕਹਿੰਦੇ ਨੀਵਾਂ ਹੋਣਾ। ਨਹੀਂ ਤਾਂ ਸਿਮਲ ਰੁੱਖ ਸਰਾ ਰਾਤ ਦੀ ਰਗਤ ਮੁੱਛ ਉਹ ਜੇ ਆ ਗਏ ਆਸ ਪਰ ਜਾਏ ਨਿਰਾਸੇ ਕਿ। ਸਿਮਲ ਦਾ ਜਿਹੜਾ ਰੁੱਖ ਹੈ ਬਹੁਤ ਵੱਡਾ ਹੁੰਦਾ, ਉੱਚਾ ਹੁੰਦਾ, ਇੰਨਾ ਤਗੜਾ ਹੁੰਦਾ ਕਿ ਮੈਂ ਮੀਂਹ ਨੇਰੀ ਆ ਜਾਵੇ ਉਹ ਟੁੱਟਦਾ ਨੀ ਕਦੇ ਵੀ, ਸਖ਼ਤ ਹੁੰਦਾ। ਉਹ ਜੇ ਆ ਗਏ ਆਸ ਪਰ ਜਾਏ ਨਿਰਾਸੇ ਕਿ, ਜੇ ਕੋਈ ਆਦਮੀ ਉਹਦੇ ਥੱਲੇ ਚਲੇ ਜਾਵੇ ਵੀ ਮੈਂ ਛਾਵੇਂ ਬਹਿ ਜਾ, ਤਾਂ ਕਹਿੰਦਾ ਲੈਣ ਦੇਣ ਨੂੰ ਕੁਛ ਨੀ। ਕਿਉਂ? ਪੱਤੇ ਨੀ ਹੁੰਦੇ ਉਹਦੇ, ਸਿੱਧਾ ਲੰਬਾ ਲੰਬਾ, ਜਿੰਨਾ ਉੱਚਾ ਹੋਊਗਾ ਉਨੀ ਛਾਂ ਘੱਟ ਹੋਊਗੀ। ਉਹ ਜੇ ਆਵੇ ਕੋਈ ਆਸ ਕਰਕੇ ਆਵੇ, ਜੇ ਪੰਛੀ ਵੀ ਆਵੇ ਉਹਦੇ ਤੇ ਆਸ ਕਰਕੇ ਵੀ ਮੈਂ ਉਹਦੇ ਫਲ ਖਾ ਲਾਂ, ਤਾਂ ਮਾਰੀ ਚੋਂਚ ਨਿਕਸੀ ਰੋਈ ਸਿਰ ਦਿਨ ਦਿਨ ਪਛਤਾਇਆ, ਫਿਰ ਉਹ ਜੋ ਕੀ ਨਿਕਲਦਾ, ਉਹਦੇ ਫਲ ਵੀ ਐਸਾ ਹੀ ਹੁੰਦਾ, ਚੁੰਝ ਮਾਰੇ ਰੂਹ ਨਿਕਲਦੀ, ਕੁਛ ਵੀ ਨੀ ਹੁੰਦਾ, ਸਵਾਦ ਵੀ ਨੀ ਹੁੰਦਾ ਉਹਦੇ ਚ। ਹੰਕਾਰੀਆਂ ਦਾ ਇਹ ਹਾਲ ਹੁੰਦਾ। ਸਿਮਲ ਰੁੱਖ ਸਰਾ ਰਾਤ ਦੀ ਰਗਤ ਮੁੱਚ, ਬਥੇਰਾ ਲੰਬਾ ਹੁੰਦਾ, ਕਹਿੰਦਾ ਬਥੇਰਾ ਤਗੜਾ ਹੁੰਦਾ, ਮੁੜਦਾ ਨੀ, ਜਿਵੇਂ ਆ ਸਖ਼ਤ ਹੈ ਇਸ ਤਰ੍ਹਾਂ ਮੁੜਦਾ ਨੀ, ਕਹਿੰਦਾ ਮੀਂਹ ਨੇਰੀ ਆ ਜਾਵੇ। ਉਹ ਜੋ ਆਸ ਕਰ ਜਾਏ ਨਿਰਾਸੇ ਕਿ, ਫਲ ਫਿੱਕੇ ਫੁੱਲ ਬਕ ਵਗੇ, ਕੰਮ ਨਾ ਆਵਣ ਪੱਤ, ਨਾ ਉਹਦੇ ਪੱਤ ਕੰਮ ਆਉਂਦੇ ਨੇ, ਨਾ ਉਹਦੇ ਫਲ ਕੰਮ ਆਉਂਦਾ, ਫਿੱਕਾ ਫਲ ਹੈ ਫੁੱਲ ਜਿਹੜੇ ਬਕ ਵਗੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗੀਆਂ ਤੱਤ, ਨੀਵਾਂ ਹੋਣਾ ਹੰਕਾਰੀ ਨੀ, ਨੀਵਾਂ ਹੋਣਾ ਸਭ ਤੋਂ ਵੱਡਾ ਗੁਣ ਹੈ, ਤੱਤ ਹੈ। ਫਲ ਨੂੰ ਜਿਸ ਦਰਖਤ ਨੂੰ ਫਲ ਲੱਗੂਗਾ ਉਨਾ ਹੀ ਦਰਖਤ ਜ਼ਿਆਦਾ ਝੁਕੂਗਾ, ਉਨੀਆਂ ਟਹਿਣੀਆਂ ਹੋਣਗੀਆਂ ਨੀਵੇਂ ਥੱਲੇ ਜਾ ਕੇ ਲੱਗਣਗੀਆਂ, ਜਿੰਨਾ ਜ਼ਿਆਦਾ ਫਲ ਹੋਊ ਉਨੀ ਹੀ ਨੀਵਾਂ ਥੱਲੇ ਹੋ ਜਾਵੇਗਾ, ਜਿੰਨਾ ਹੰਕਾਰੀ ਹੋਊਗਾ ਉਨੀ ਜ਼ਿਆਦਾ ਉੱਚਾ ਹੋਊਗਾ। ਲੈਣ ਦੇਣ ਉਹਦੇ ਕੁਛ ਵੀ ਨਹੀਂ ਹੁੰਦਾ। ਅਤ ਦੀਰਘ ਬਹੁਤ ਲੰਬਾ, ਅਤ ਮੁੱਛ ਟੁੱਟਦਾ ਵੀ ਨਹੀਂ। ਕੋਈ ਜੇ ਆਵੇ ਆਸ ਕਰ ਜਾਏ ਨਿਰਾਸੇ ਕਿ, ਕਿਉਂ ਜਿਹੜਾ ਵੀ ਉੱਥੇ ਕੋਈ ਆਸ ਲੈ ਕੇ ਆਊਗਾ ਵੀ ਮੈਂ ਫਲਾਣੇ ਕੋਲ ਕੋਈ ਚੀਜ਼ ਲੈ ਲਾਂ ਹੰਕਾਰੀ ਕੋਲ, ਉੱਥੇ ਤਾਂ ਨਿਰਾਸਾ ਹੋ ਕੇ ਮੁੜੂਗਾ, ਲੈਣ ਦੇਣ ਨੂੰ ਕੁਛ ਨਹੀਂ ਉਹਦੇ ਕੋਲ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵਣ ਪੱਤ, ਫਲ ਫਿੱਕੇ ਨੇ ਫੁੱਲ ਬਕ ਬਕੇ ਨੇ, ਮਤਲਬ ਹੰਕਾਰੀ ਦਾ ਇਹ ਹਾਲ ਹੈ, ਉਹਦੇ ਪਹਿਲੇ ਕੁਛ ਨਹੀਂ ਹੁੰਦਾ। ਨੀਵਾਂ ਜਿਸਮ ਫਲ ਲੱਗਦਾ ਦਰਖਤ ਨੂੰ, ਥੱਲੇ ਨੀਵਾਂ ਹੋਊਗਾ, ਕੁਛ ਲੈ ਕੇ ਮਰੂਗਾ। ਜਿਹੜਾ ਆਦਮੀ ਉਹਦੇ ਕੋਲ ਜਾਊਗਾ ਤਾਂ ਕਮ ਸੇ ਕਮ ਮਿਠਾਸ ਫਲ ਤਾਂ ਖਾਊਗਾ ਉਹਦੇ ਕੋਲੋਂ, ਜਿਹੜਾ ਨੀਵਾਂ ਹੋਊ ਉਹਨੂੰ ਫਲ ਲੱਗਦਾ, ਮਾਲਕ ਦੀ ਰਹਿਮਤ ਉਹ ਤੇ ਅਸਰ ਕਰਦੀ ਜਾ। ਹਰ ਫਕੀਰ ਨੇ ਨੀਵਾਂ ਹੋਣਾ ਆਪਣੇ ਗੁਜ਼ਾਰੇ ਵਾਸਤੇ ਦੱਸਿਆ, ਬਸ ਦੁਨੀਆਂ ਚ ਰਹਿ ਗਏ ਨੀਵੇਂ ਹੋ ਕੇ, ਦੀਨਤਾ ਕਰਕੇ ਹੱਥ ਜੋੜ ਕੇ ਅਸੀਂ ਜਾਣਾ ਹੈ, 4 ਦਿਨ ਦੀ ਜ਼ਿੰਦਗੀ ਹੈ, ਸਾਡਾ ਕੋਈ ਪਤਾ ਨਹੀਂ। ਹਾਂਜੀ ਮਾਸੀ ਬੋਲੋ। ਪਰਸੋਂ ਜਦ ਇੱਥੇ ਝੱਖੜ ਆਇਆ ਸੀ ਨਾ, 5-7 ਦਿਨ ਹੋ ਗਏ, 30 ਤਰੀਕ ਨੂੰ ਝੱਖੜ ਆਇਆ ਸੀਗਾ, ਸਤਸੰਗ ਤੋਂ ਪਹਿਲਾਂ ਦੀ ਗੱਲ ਹੈ, ਲੈਂਟਰ ਜਦੋਂ ਪੈਂਦਾ, ਜਿਹੜੇ ਮੇਰੇ ਵਰਗੇ ਆਕੜ ਖਾਂ ਸੀਗੇ ਦਰਖਤ ਸਾਰੇ ਰਸਤੇ 'ਚ ਮੈਂ ਦੇਖਿਆ, ਉਹ ਜਗ੍ਹਾ ਜਗ੍ਹਾ ਟੁੱਟੇ ਪਏ ਸੀ, ਜਿਹੜੇ ਨਵੇਂ ਲਵੇ ਸੀ ਲਿਖਣ ਵਾਲੇ ਸੀਗੇ, ਜਿਹੜੇ ਲਿਖ ਗਏ ਉਹਦੇ ਅੱਗੇ ਦੀਨ ਹੋ ਗਏ, ਦੀਨਤਾ ਕਰ ਲਈ, ਉਹ ਸਾਰੇ ਉਵੇਂ ਖੜੇ ਨੇ, ਅਤੇ ਜਿਹੜੇ ਮੇਰੇ ਵਰਗੇ ਹੰਕਾਰੀ ਸੀ ਝੱਖਣ ਨੇ ਮਾਰਿਆ, ਸਾਰੇ ਤੋੜ ਕੇ ਮਾਰੇ ਚਲਾ ਗਏ। ਇਹ ਹੰਕਾਰੀਆਂ ਦਾ ਹਾਲ ਹੁੰਦਾ। ਹਾਂਜੀ ਬੋਲਦੇ ਤਾਂ ਨਾਲ ਨਾਲ ਸ਼ਾਇਦ ਵੀ ਸੁਣੋ। ਬੰਦੇ ਆ ਤੁਰ ਸਟਾ ਚੱਲੇ ਆ, ਬੰਦੇ ਆ ਤੁਰ
ਸੁਤਾ ਦੇਖ ਕਚਾਲੇ ਤੈਨੂੰ ਸਾਥੇ ਗੁਰੂ ਚਿੱਠੀਆਂ ਰੱਖੀਆਂ ਤੈਨੂੰ ਸਾਥੇ ਗੁਰੂ ਚਿੱਠੀਆਂ ਰੱਖੀਆਂ ਰਸਤੇ ਤੁਰੇ ਜਾਂਦੇ ਹੁੰਦੇ ਆ, ਦੋ ਚਾਰ ਜਣੇ ਨਾਲ ਹੁੰਦੇ ਨੇ, ਆਪਾਂ ਦਾ ਕੋਈ ਭੁਲੇਖਾ ਹੋ ਜਾਂਦਾ, ਕੋਈ ਚੀਜ਼ ਥੱਲੇ ਆ ਗਈ ਜਾਂ ਕੋਈ ਚੀਜ਼ ਨਾ ਦੇਖੀ ਠੋਕਰ ਲੱਗੀ, ਤੇ ਨਾਲ ਦਾ ਆਪਾਂ ਨੂੰ ਕਹਿੰਦਾ ਦੇਖ ਕੇ ਚੱਲ ਨਾ, ਦੇਖ ਕੇ ਤੇ ਕਹਿੰਦੇ ਕਿ ਨਹੀਂ, ਚੰਗੇ ਭੁਲੇਖਾ ਹੁੰਦੇ ਹੁੰਦੇ ਆਪਾਂ ਨੂੰ ਕਹਿੰਦੇ ਕਿ ਨਹੀਂ, ਤੇ ਅਸੀਂ ਜਦੋਂ ਮਾਲਕ ਦਾ ਇਸ ਦੁਨੀਆਂ ਜਾ ਕੇ ਅਸੀਂ ਆਪਣਾ ਆਪ ਨਹੀਂ ਪਹਿਚਾਣਦੇ, ਤੇ ਅੱਖਾਂ ਰੱਖਣ ਦਾ ਵੀ ਸਾਡਾ ਕੀ ਫਾਇਦਾ, ਸਾਨੂੰ ਇਹੀ ਕਹਿਣਗੇ ਤੂੰ ਨਾ ਅੱਖਾਂ ਦੇ ਹੁੰਦੇ ਹੁੰਦੇ, ਸਾਨੂੰ ਮਾਲਕ ਨੇ ਅੱਖੀਆਂ ਦਿੱਤੀਆਂ ਹੈ ਆਪਣਾ ਆਪ ਪਛਾਣਨ ਵਾਸਤੇ ਦਿੱਤੀਆਂ, ਵੀ ਤੂੰ ਦੇਖ ਤੂੰ ਕੌਣ ਹੈ, ਵੀ ਤੂੰ ਕੌਣ ਹੈ ਆਪਣੇ ਆਪ ਨੂੰ ਪਛਾਣ, ਜਦੋਂ ਤੈਨੂੰ ਅੱਖਾਂ ਦਿੱਤੀਆਂ ਕਿਉਂ ਨਹੀਂ ਪਛਾਣਦਾ, ਅੰਨਾ ਕਿਉਂ ਬਣਿਆ, ਜੇ ਅੰਨਾ ਹੋਵੇ ਉਹਨੂੰ ਤਾਂ ਅਸੀਂ ਅੰਨਾ ਕਹੀਏ, ਜੇ ਸੁਜਾਖੀ ਨੂੰ ਅੰਨਾ ਕਹੀਏ, ਅਣਭੋਲ ਆਦਮੀ ਨੂੰ ਪਤਾ ਨਹੀਂ ਉਹਨੂੰ ਤਾਂ ਅਸੀਂ ਕਹੀਏ ਵੀ ਇਹਨੂੰ ਪਤਾ ਨਹੀਂ, ਜੇ ਪਤਾ ਹੁੰਦੇ ਗਲਤੀ ਕਰਿਓ ਉਹ ਜ਼ਿਆਦਾ ਬਣਨ ਦਾ ਅਧਿਕਾਰੀ ਹੈ, ਜੇ ਮਾਸਟਰ ਹੋ ਕੇ ਬੱਚਾ ਹੈ ਬੱਚਾ ਤਾਂ ਗਲਤੀ ਕਰੂਗਾ, ਜੇ ਮਾਸਟਰ ਹੋ ਕੇ ਗਲਤੀ ਕਰੇ ਤਾਂ ਮਾਸਟਰ ਨੂੰ ਗੱਲ ਕਹਿਣਗੇ ਨਾ, ਵੀ ਤੂੰ ਤਾਂ ਮਾਸਟਰ ਆ ਫਿਰ ਤੈਨੂੰ ਤਾਂ ਸਾਰਾ ਕੁਛ ਪਤਾ ਸੀਗਾ, ਤੇ ਤੂੰ ਬੱਚੇ ਵਾਲੀ ਗਲਤੀ ਕਿਉਂ ਕੀਤੀ, ਵੀ ਸਾਨੂੰ ਕਹਿ ਜਾ ਮਾਲਕ ਕਹੂਗਾ ਜੇ ਤੈਨੂੰ ਦੋ ਅੱਖੀਆਂ ਪੈ ਕੇ ਭੇਜਿਆ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਪਛਾਣ, ਕੀ ਪਛਾਣਿਆ ਤੂੰ ਅੰਨਾ ਆ ਕੇ ਫਿਰਦਾ ਰਿਹਾ ਨਾ, ਆਪਣਾ ਰਾਹ ਪਛਾਣਦਾ ਨਹੀਂ ਤੂੰ ਅੱਖੀਆਂ ਕਾਸ ਨੂੰ ਰੱਖੀਆਂ, ਸਾਨੂੰ ਆਪਣੇ ਰਾਹ ਦਾ ਨਹੀਂ ਪਤਾ ਵੀ ਕਿਹੜੇ ਰਾਹ ਤੋਂ ਅਸੀਂ ਆਏ ਹਾਂ ਜਾਣਾ ਕਿਵੇਂ ਹੈ, ਫਿਰ ਅੱਖੀਆਂ ਰੱਖਣ ਦਾ ਵੀ ਕੀ ਫਾਇਦਾ, ਹਾਂਜੀ ਆਪਣਾ ਰਾਹ ਪਛਾਣਦਾ ਨਹੀਂ, ਹੋਰ ਸਾਬਾਲੋ ਅੱਖਾਂ ਪੈ ਗਿਆ ਹੋਰ ਸਾਬਾਲੋ ਪਿਆ ਦੇਖੋ ਤਾਬਾਲੋ ਪਿਆ ਦੇਖੋ ਤਾਬਾਲੋ ਕਦੇ ਝਾਤ ਨਮਾਰੀ ਸਤਿਗੁਰੂ ਵੱਲ ਕਦੇ ਝਾਤ ਨਮਾਰੀ ਸਤਿਗੁਰੂ ਵੱਲ ਜੈ ਬਜਾਏ ਅਸੀਂ ਆਪਣੇ ਅੰਦਰੋਂ ਕੱਢਣ ਦੇ ਬਾਹਰ ਮੁਖੀ ਖਿਆਲਾਂ ਚ ਪੈ ਗਏ, ਬਾਹਰ ਕਿਤਾਬਾਂ ਪੜ੍ਹ ਗਏ ਅਸੀਂ ਕਹਿੰਦੇ ਸ਼ਾਇਦ ਮਾਲਕ ਮਿਲ ਜਾਵੇ, ਹੁਣ ਇੱਕ ਕਿਤਾਬ ਬਣੀ ਹੋਈ ਹੈ ਖਾਣ ਪੀਣ ਦੇ ਮੁਤਲਕ ਵੀ, ਆ ਫਲਾਣੀ ਚੀਜ਼ ਇਸ ਤਰ੍ਹਾਂ ਬਣਦੀ ਆ, ਫਲਾਣੀ ਚੀਜ਼ ਇਸ ਤਰ੍ਹਾਂ ਬਣੂਗੀ, ਕੜਾਹ ਇਸ ਤਰ੍ਹਾਂ ਬਣੋ, ਦਾਲ ਸਬਜ਼ੀ ਇਸ ਤਰ੍ਹਾਂ ਬਣੋ, ਤੇ ਮਤਲਬ ਹਰ ਚੀਜ਼ ਦੀ ਉਹ ਕਿਤਾਬ ਦੇ ਵਿੱਚ ਲਿਖਿਆ ਹੁੰਦਾ ਬਣਾਉਣ ਦਾ ਤਰੀਕਾ, ਤੇ ਜੇ ਅਸੀਂ ਪੜ੍ਹੀ ਜਾਈਏ ਪੜ੍ਹੀ ਜਾਈਏ ਪੜ੍ਹੀ ਜਾਈਏ ਵੀ ਹਲਵੇ 'ਚ ਘਿਓ ਵੀ ਪੈਣਾ, ਮਿੱਠਾ ਵੀ ਪੈਣਾ, ਪਾਣੀ ਵੀ ਪੈਣਾ, ਆਟਾ ਵੀ ਪੈਣਾ, ਤੇ ਆਪਾਂ ਹਲਵਾ ਖਾ ਲਾਂਗੇ।